ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤੀਜੇ ਪਹਿਰ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਧਨ ਜੋਬਨ ਸੋ ਚਿਤ ਹਰ ਕਾ ਨਾਮ ਨਾ ਚੇਤ ਹੀ ਵਣ ਜਾ ਰਿਹਾ ਮਿੱਤਰਾ ਬੱਧਾ ਛੁੱਟ ਹੈ ਜਿਤ ਹਰ ਕਾ ਨਾਮ ਨਾ ਚੇਤ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਉਂ ਰਤਾ ਜੋਬਨ ਮਤਾ ਅਹਿਲਾ ਜਨਮ ਗਵਾਇਆ ਧਰਮ ਛੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿਤ ਧਰਮ ਛੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੈ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਜਿਵੇਂ ਆਪ ਜੀ ਨੂੰ ਸਟੇਜ ਤੇ ਇਹ ਦਰਸਾਇਆ ਵੀ ਗਿਆ ਹੈ ਕਿ ਇਸ ਵਾਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਹਿਰਿਆਂ ਦੇ ਸਿਰਲੇਖ ਥੱਲੇ ਜੋ ਬਾਣੀ ਹੈ ਇਸ ਦੀ ਵਿਚਾਰ ਆਰੰਭ ਕੀਤੀ ਹੈ। ਭਾਵੇਂ ਹਜ਼ੂਰ ਨੇ ਇਸ ਜੀਵ ਨੂੰ ਵਣਜਾਰਾ ਮਿੱਤਰ ਕਹਿ ਕੇ ਸੰਬੋਧਨ ਕੀਤਾ, ਵਣਜਾਰਿਆ ਮਿੱਤਰਾ ਸ਼ਬਦ ਦੀ ਵਰਤੋਂ ਕੀਤੀ, ਪਰ ਇੱਕ ਗੱਲ ਉਸ ਦਿਨ ਵੀ ਮੈਂ ਆਪ ਨਾਲ ਸਾਂਝੀ ਕੀਤੀ ਸੀ
ਕਿ ਰੂਹਾਨੀ ਉਪਦੇਸ਼ ਕਿਸੇ ਸਮੇਂ ਕਿਸੇ ਪ੍ਰਤੀ ਕਿਸੇ ਥਾਂ 'ਤੇ ਹੋਵੇ ਪਰ ਉਹ ਸਰਬਕਾਲੀ ਅਤੇ ਸਰਬਦੇਸੀ ਹੀ ਰਹਿੰਦਾ ਹੈ। ਕਿਸੇ ਪ੍ਰਥਾਏ ਭਾਵੇਂ ਹੋਵੇ, ਇਸੇ ਕਰਕੇ ਅਸੀਂ ਇਹ ਬਚਨ ਸਤਿਗੁਰਾਂ ਦੇ ਪੜ੍ਹਦੇ ਹਾਂ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਕਿ ਸਾਰੇ ਸੰਸਾਰ ਵਾਸਤੇ ਉਹ ਸਰਬ ਸਾਂਝਾ ਹੀ ਉਪਦੇਸ਼ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਦੋ ਪਹਿਰਿਆਂ ਦੀ ਵਿਚਾਰ ਆਪਾਂ ਕੱਲ੍ਹ ਤੱਕ ਕਰ ਚੁੱਕੇ ਹਾਂ। ਤੀਸਰੇ ਪਹਿਰ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਵਿੱਚ ਵਰਤ ਕੇ ਹਜ਼ੂਰ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਤਿਗੁਰਾਂ ਨੇ ਬਾਣੀ ਆਈ ਕਿਵੇਂ, ਬਾਣੀ ਦਾ ਅਸਰ ਕੀ ਹੈ ਤੇ ਜਿਹੜਾ ਇਨਸਾਨ ਇਸ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰਦਾ ਹੈ ਉਸ ਦੇ ਜੀਵਨ ਵਿੱਚ ਕਿਤਨੀ ਕੁ ਵੱਡੀ ਤਬਦੀਲੀ ਹੈ। ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਇਹ ਜੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ, ਹਜ਼ੂਰ ਨੇ ਫਰਮਾਇਆ ਕਿ ਇਸ ਤਰ੍ਹਾਂ ਨਹੀਂ ਕਿ ਬੋਧਕ ਗਿਆਨ ਇਕੱਠਾ ਕਰਕੇ ਜਾਂ ਬਹੁਤ ਸਾਰੇ ਗ੍ਰੰਥਾਂ ਦਾ ਮੁਤਾਲਿਆ ਕਰਕੇ ਪਠਨ ਪਾਠਨ ਕਰਕੇ ਅਤੇ ਉਹ ਸਭ ਕੁਝ ਇਕੱਠਾ ਕਰਕੇ ਅਤੇ ਛੰਦਾਬੰਦੀ ਵਿੱਚ ਰਚਨਾ ਕਰ ਦਿੱਤੀ। ਨਹੀਂ, ਮਹਾਰਾਜ ਜੀ ਦੇ ਬਚਨ ਨੇ ਅੰਮ੍ਰਿਤ ਬਾਣੀ ਤਤ ਵਖਾਣੀ, ਤਤ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ, ਵਾਹਿਗੁਰੂ ਜੀ ਦਾ ਵਖਿਆਨ ਕਰਦੀ ਹੈ। ਪਰ ਆਈ ਕਿਵੇਂ? ਇਹ ਜਿਹੜਾ ਗਿਆਨ ਹੈ ਇਹ ਰੂਹਾਨੀ ਗਿਆਨ ਹੈ, ਗਿਆਨ ਧਿਆਨ ਵਿੱਚ ਆਈ ਪਿਆਰਿਓ, ਉਸ ਪਰਮੇਸ਼ਵਰ ਦੇ ਨਾਮ ਵਿੱਚ ਜੋ ਧਿਆਨ ਜੋੜਿਆ ਉਸ ਅਨੁਭਵ ਦੇ ਵਿੱਚੋਂ ਇਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਈ ਹੈ, ਜਿਸ ਨੂੰ ਹੁਣੇ ਭਾਈ ਸਾਹਿਬ ਪੜ੍ਹ ਰਹੇ ਸਨ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸੇ ਹੀ ਬਾਣੀ ਵਿੱਚ ਪਹਿਲਾ ਪਹਿਰ ਜੋ ਇਨਸਾਨ ਦੀ ਜ਼ਿੰਦਗੀ ਦਾ ਹੈ, ਅਸੀਂ ਰੋਜ਼ ਜਿਹੜੀ ਕਥਾ ਇੱਕ ਦਿਨ ਪਹਿਲਾਂ ਕੀਤੀ ਹੁੰਦੀ ਹੈ ਉਸ ਨੂੰ ਸੰਖੇਪ ਜਿਹਾ ਵਿਚਾਰ ਰਹੇ ਹਾਂ ਕਿ ਜ਼ਿੰਦਗੀ ਦਾ ਪਹਿਲਾ ਪਹਿਰ ਜੀਵ ਦਾ ਕਹਿ ਲਵੋ, ਉਹ ਮਾਤਾ ਦੇ ਉਦਰ ਵਿੱਚ ਬਤੀਤ ਹੋਇਆ ਹੈ।
ਉਸ ਦਿਨ ਮੈਂ ਆਪ ਜੀ ਨੂੰ ਬੇਨਤੀ ਕੀਤੀ ਵੀ ਜੋ ਰੂਹਾਨੀਅਤ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਉਹ ਜਦੋਂ ਸਰੀਰਕ ਤੌਰ 'ਤੇ ਗੱਲ ਕਰਨਗੇ ਤਾਂ ਵੀ ਜੀਵ ਆਤਮਾ ਦੀ ਹੈ ਅਤੇ ਪਹਿਲੇ ਪੈਰ ਵਿੱਚ ਉਸ ਪਰਮਾਤਮਾ ਦੇ ਹੁਕਮ ਰਾਹੀਂ ਹੀ ਅਤੇ ਆਪ ਨੂੰ ਅਰਜ਼ ਕੀਤੀ ਸੀ ਹੁਕਮ ਦਾ ਅਰਥ ਬਾਹਰ ਮੁਖੀ ਔਡਰ ਨਹੀਂ ਕੇਵਲ ਉਸ ਪ੍ਰਭੂ ਦੀ ਆਪਣੀ ਜਿਹੜੀ ਦੈਵੀ ਇੱਛਾ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਇਹ ਜੀਵ ਮਾਤਾ ਦੇ ਉਦਰ ਵਿੱਚ ਨਿਵਾਸ ਕਰਦਾ ਹੈ ਜੁੜਿਆ ਹੋਇਆ ਉਸ ਨਾਲ ਭਾਵੇਂ ਇਸ ਦੇ ਸਰੀਰ ਦੀ ਬਣਤਰ ਵੇਲੇ ਇਹ ਉਰਦ ਮੁਖੀ ਹੈ ਪਰ ਉੱਥੇ ਪਰਮਾਤਮਾ ਦਾ ਚਿੰਤਨ ਉਸ ਦੀ ਬੰਦਗੀ ਜਾਂ ਲਗਾਤਾਰ ਇਸ ਦੀ ਲਿਵ ਇਸ ਦਾ ਧਿਆਨ ਉਸ ਵਿੱਚ ਹੀ ਜੁੜਿਆ ਹੈ। ਕੱਲ੍ਹ ਸਤਿਗੁਰਾਂ ਨੇ ਬਚਨ ਕੀਤਾ ਪਹਿਲਾਂ ਤਾਂ ਇਹ ਸੀ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਨਿਵ ਲਾਗਾ ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਭਇਆ ਗਰਭਾਸ ਪਹਿਲਾ ਪਹਿਰ। ਉਹ ਦੂਸਰਾ ਪਹਿਰ ਕੱਲ੍ਹ ਅਸੀਂ ਵਿਚਾਰਿਆ ਸੀ ਕਿ ਜਿਹੜਾ ਧਿਆਨ ਜਿਹੜੀ ਸੁਰਤ ਜਿਹੜੀ ਲਿਵਲੀਨਤਾ ਪਹਿਲੇ ਪੈਰ ਦੇ ਵਿੱਚ ਸੀ ਸੱਚ ਇਵੇਂ ਉਹ ਦੂਸਰੇ ਪੈਰ ਦੇ ਅੰਦਰ ਧਿਆਨ ਦਾ ਰੁੱਖ ਜਿਹੜਾ ਉਹ ਚੇਂਜ ਹੋ ਗਿਆ। ਧਿਆਨ ਤਾਂ ਹੁਣ ਵੀ ਹੈ ਪਰ ਉਹ ਜਿਹੜਾ ਚਿੱਤ ਹੈ ਉਹਦਾ ਧਿਆਨ ਹੈ ਉਹਦਾ ਰੁੱਖ ਚੇਂਜ ਹੋ ਗਿਆ ਉਹਦਾ ਵੇਗ ਦੂਸਰੇ ਪਾਸੇ ਚੱਲ ਪਿਆ। ਉਹ ਕੀ ਸੀ ਜੀ? ਉਹ ਸਾਹਿਬ ਨੇ ਫਰਮਾਇਆ ਦੂਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਹੇ ਰਾਤ ਦੇ ਵਪਾਰੀਆ ਵਣਜ ਕਰਨ ਆਏ ਜੀਵ ਆ ਜਦੋਂ ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੋਇਆ ਉਹ ਇਹ ਹੋ ਗਿਆ ਵਿਸਰ ਗਿਆ ਧਿਆਨ। ਫਿਰ ਬੇਨਤੀ ਸੁਣਿਓ ਜਿਹੜਾ ਧਿਆਨ ਜਿਹੜੀ ਲਿਵ ਜਿਹੜਾ ਟਿਕਾ ਜਿਹੜੀ ਨਿਰੰਤਰਤਾ ਮਾਤਾ ਦੇ ਉਦਰ ਵਿੱਚ ਸੀ ਸੱਚ ਇਹ ਵੇ ਕਿ ਉਹ ਧਿਆਨ ਜਿਹੜਾ ਹੈ ਉਹ ਵਿਸਰ ਗਿਆ ਅਤੇ ਉਹਦੇ ਵਿਸਰਨ ਵਿੱਚ ਬਾਹਰ ਮੁਖੀ ਪਰਿਵਾਰ ਨੇ ਵੀ ਯੋਗਦਾਨ ਪਾਇਆ। ਅੱਗੇ ਸਤਿਗੁਰਾਂ ਨੇ ਫਰਮਾਇਆ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਉਸ ਜੀਵ ਨੂੰ ਜਿਹਨੂੰ ਹੁਣ ਸਰੀਰ ਮਿਲ ਗਿਆ ਉਹ ਢਾਂਚਾ ਉਹ ਸਰੀਰ ਪਰਮਾਤਮਾ ਨੇ ਨਰ ਦਾ ਮਾਦਾ ਦਾ ਜੋ ਵੀ ਉਹ ਸਰੀਰ ਦਿੱਤਾ ਜਦੋਂ ਉਹਨੂੰ ਪਰਿਵਾਰ ਜਿਹੜਾ ਹੈ ਆਪਣੇ ਹੱਥਾਂ ਦੇ ਵਿੱਚ ਖੜਾਉਂਦਾ ਹੈ ਨਚਾਉਂਦਾ ਹੈ ਉਹਨੂੰ ਜ਼ਮੀਨ 'ਤੇ ਨਹੀਂ ਟਿਕਣ ਦਿੰਦੇ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਅਤੇ ਇਸ ਤਰ੍ਹਾਂ ਲਾਡ ਕਰਦੇ ਨੇ ਜਿਉਂ ਜਸੁ ਦਾ ਘਰ ਕਾਂ ਕਿ ਜਿਵੇਂ ਯਸ਼ੋਧਰਾ ਜੀ ਕਾਂ ਨੂੰ ਕ੍ਰਿਸ਼ਨ ਜੀ ਨੂੰ ਮੁਹੱਬਤ ਕਰਦੇ ਨੇ। ਅੱਗੇ ਸਾਹਿਬ ਨੇ ਫਰਮਾਇਆ ਹੱਥੋ ਹੱਥ ਨਚਾਈਏ ਪ੍ਰਾਣੀ ਇਸ ਪ੍ਰਾਣਾਂ ਦੇ ਸਹਾਰੇ ਚੱਲਣ ਵਾਲੇ ਨੂੰ ਹੱਥੋ ਹੱਥ ਨਚਾਇਆ ਜਾਂਦਾ ਹੈ। ਮਾਤ ਕਹੇ ਸੁੱਤ ਮੇਰਾ ਮਾਂ ਕਹਿੰਦੀ ਇਹ ਮੇਰਾ ਪੁੱਤਰ ਇਹ ਮੇਰਾ ਬੱਚਾ ਪਰ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਨੇ ਚੇਤ ਚੇਤ ਦਾ ਅਰਥ ਯਾਦ ਕਰ ਅਚੇਤ ਜਿਹੜਾ ਅਚੇਤ ਹੈ ਯਾਦ ਨਹੀਂ ਕਰ ਰਿਹਾ ਚੇਤ ਅਚੇਤ ਮੂੜ ਮਨ ਮੇਰੇ ਹੇ ਮੇਰੇ ਮੂਰਖ ਮਨਾ ਇਹ ਸਾਨੂੰ ਉਪਦੇਸ਼ ਦੇ ਰਿਹਾ ਮੇਰੀ ਬੇਨਤੀ ਕਰਾਂ ਮੇਰੀ ਬੇਨਤੀ ਹੈ ਇਹ ਨਹੀਂ ਕਿ ਮਹਾਰਾਜ ਜੀ ਲਈ ਸੀ ਚਲੋ ਅਰਥ ਤਾਂ ਕਰਾਂਗੇ ਭਾਈ ਸਾਹਿਬ ਬੈਠਿਆ ਵਿਆਕਰਨ ਅਨੁਸਾਰ ਕਰਾਂਗੇ ਮੂੜ ਮਨ ਮੇਰੇ ਮਹਾਰਾਜ ਕਹਿ ਰਹੇ ਆ
ਪਰ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਬਹੁਤ ਜ਼ਿਆਦਾ ਬਾਣੀ ਦਾ ਹਿੱਸਾ ਸਤਿਗੁਰਾਂ ਨੇ ਉੱਤਮ ਪੁਰਖ ਵਿੱਚ ਉਚਾਰਨ ਕੀਤਾ ਹੈ, ਪਰ ਉਸ ਦਾ ਉਪਦੇਸ਼ ਸਾਰੀ ਮਾਨਵਤਾ ਵਾਸਤੇ ਹੈ। ਜੇ ਹੁਣ ਸ਼ਬਦ ਮੂੜ ਮਨ ਮੇਰੇ ਸਤਿਗੁਰੂ ਉਪਦੇਸ਼ ਦੇ ਰਹੇ, ਇੱਕ ਵਾਰ ਇਹ ਵੀ ਅਰਜ਼ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਜਿਵੇਂ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਹੁਣ ਇਹ ਉਪਦੇਸ਼ ਜਿਹੜੇ ਨੇ, ਜਿਵੇਂ ਇੱਕ ਪਾਠ ਅਸੀਂ ਕਰਨੇ ਹਾਂ ਗੁਰੂ ਰਾਮਦਾਸ ਜੀ ਦਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਜਾਂ ਅਸੀਂ ਪਾਠ ਰੋਜ਼ ਕਰਨੇ ਹਾਂ, ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ। ਮੇਰੇ ਕਹਿਣ ਤੋਂ ਮੁਰਾਦ ਜਿਹੜੇ ਉੱਤਮ ਪੁਰਖ ਵਿੱਚ ਵੀ ਸਤਿਗੁਰਾਂ ਨੇ ਨਿਮਰਤਾ ਸੰਯੁਗਤ ਬਚਨ ਉਚਾਰਨ ਕੀਤੇ ਨੇ, ਵਿਆਕਰਨ ਅਨੁਸਾਰ ਅਸੀਂ ਅਰਥ ਉਸ ਤਰ੍ਹਾਂ ਹੀ ਕਰਾਂਗੇ, ਪਰ ਸੱਚ ਇਹ ਵੇ ਉਹ ਸਤਿਗੁਰੂ ਸਾਡੇ ਮਨ ਨੂੰ ਉਪਦੇਸ਼ ਦਿੰਦੇ ਪਏ ਆ। ਇੱਥੇ ਸਾਹਿਬ ਕਹਿ ਰਹੇ ਨੇ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕੱਛ ਤੇਰਾ। ਜਿਸ ਪੁੱਤਰ ਨੂੰ ਜਿਸ ਬੱਚੇ ਨੂੰ ਤੂੰ ਕਹਿ ਰਿਹਾ ਮੇਰਾ, ਉਹਦਾ ਧਿਆਨ ਹਟਾ ਦਿੱਤਾ ਤੂੰ ਇਬਾਦਤ ਵੱਲੋਂ, ਉਹ ਮੂਰਖ ਮਨਾ ਅੰਤ ਨੂੰ ਉਹ ਤੇਰਾ ਨਹੀਂ। ਕਿਉਂ ਨਹੀਂ ਤੂੰ ਯਾਦ ਕਰਦਾ ਜਿਨ ਰਚ ਰਚਿਆ ਤਿਸੈ ਨਾ ਜਾਣੇ। ਜਿਸ ਪਰਮਾਤਮਾ ਨੇ ਪਾਣੀ ਦੀ ਬੂੰਦ ਤੋਂ ਇਹ ਢਾਂਚਾ ਬਣਾ ਦਿੱਤਾ ਤੂੰ ਉਸ ਨੂੰ ਤੂੰ ਯਾਦ ਨਹੀਂ ਕੀਤਾ। ਮਹਾਰਾਜ ਕਹਿੰਦੇ ਮਨ ਭੀਤਰ ਧਰ ਗਿਆਨ, ਆਪਣੇ ਮਨ ਦੇ ਵਿੱਚ ਇਸ ਗਿਆਨ ਨੂੰ ਇਸ ਸੋਝੀ ਨੂੰ ਕਾਇਮ ਰੱਖ ਜਿਹਨੇ ਤੈਨੂੰ ਬਣਾਇਆ ਹੈ, ਜਿਹਨੇ ਰਚਨਾ ਕੀਤੀ ਹੈ, ਤੂੰ ਰਚਨ ਵਾਲੇ ਨੂੰ ਕਿਉਂ ਭੁੱਲ ਗਿਆ। ਇੱਥੇ ਆਪਾਂ ਕੱਲ੍ਹ ਸਮਾਪਤੀ ਕੀਤੀ ਸੀ, ਮੈਂ ਥੋੜ੍ਹੀ ਜਿਹੀ ਬੇਨਤੀ ਕਰਕੇ ਕਿਉਂਕਿ ਅਗਲੇ ਪਹਿਰ ਸੰਬੰਧੀ ਵਿਚਾਰ ਕਰਨੀ ਹੈ, ਕਿਉਂਕਿ ਗੁਰਬਾਣੀ ਅਨੁਸਾਰ ਤੇ ਉਂਝ ਸੰਸਾਰੀ ਤੌਰ 'ਤੇ ਵੀ ਟੁੱਕਦਾ। ਅਕਸਰ ਬੰਦਾ ਜਦੋਂ ਕੋਈ ਚੀਜ਼ ਵਸਤੂ ਪ੍ਰਾਪਤ ਹੋ ਜਾਂਦੀ ਹੈ ਉਹ ਵਸਤੂ ਨੂੰ ਚੰਬੜ ਜਾਂਦਾ ਹੈ, ਪਰ ਜਿਹਨੇ ਦਿੱਤੀ ਹੈ ਉਹਨੂੰ ਭੁਲਾ ਦਿੰਦਾ ਹੈ। ਥੋੜ੍ਹਾ ਜਿਹਾ ਇਹਨੂੰ ਸਤਿਗੁਰੂ ਦੀ ਬਾਣੀ 'ਚ ਦੇਖੀਏ, ਕੀਤੇ ਕਹੋ ਮੇਰਾ ਸਮਾਨ ਹੈ, ਕੀਤਾ ਕੋ ਜਿਹੜਾ ਕੀਤਾ ਗਿਆ, ਮੇਰਾ ਦਾ ਅਰਥ ਸੁਮੇਰ ਪਹਾੜ, ਜਿਹੜੀ ਚੀਜ਼ ਬਣੀ ਹੈ ਕੋਈ ਦਾਤ ਵੀ ਹੋਵੇ ਸਤਿਗੁਰੂ ਸਮਤ ਦੇ ਰਹੇ, ਭਾਵੇਂ ਉਹ ਗੱਡੀ ਹੈ, ਭਾਵੇਂ ਘਰ ਹੈ, ਭਾਵੇਂ ਵਿੱਦਿਆ ਹੈ, ਭਾਵੇਂ ਪਰਿਵਾਰ, ਕੋਈ ਵੀ ਜੋ ਪਰਮਾਤਮਾ ਨੇ ਕੀਤਾ ਉਸ ਕੀਤੀ ਹੋਈ ਚੀਜ਼ ਨੂੰ ਬੰਦਾ ਪਹਾੜ ਦੀ ਤਰ੍ਹਾਂ ਸਮਝਦਾ। ਪਰ ਕਰਨਹਾਰ ਤ੍ਰਿਣ ਜਾਣੈ, ਜਿਸ ਕਰਤੇ ਨੇ ਪੈਦਾ ਕੀਤੀ। ਗੁਰਮੁਖ ਸੱਚ ਇਹ ਵੇ ਕਰਨ ਵਾਲੇ ਨੂੰ ਤੀਲੇ ਦੇ ਤੁਲ ਜਾਣਦਾ, ਤਿਣਕੇ ਦੇ ਤੁਲ, ਅਤੇ ਜਿਹੜੀ ਚੀਜ਼ ਦੀ ਮਿਲੀ ਹੈ ਉਹਨੂੰ ਇਸ ਤਰ੍ਹਾਂ ਸਮਝਦਾ ਬੜਾ ਵੱਡਾ ਪਹਾੜ ਹੈ ਜਿਹਨੇ ਰਚਿਆ ਹੈ। ਇਹਨੂੰ ਸਤਿਗੁਰਾਂ ਨੇ ਬਾਣੀ 'ਚ ਇਹ ਫਰਮਾਇਆ ਕਿ ਜਿਸ ਨੇ ਰਚਿਆ ਉਹਨੂੰ ਤੂੰ ਯਾਦ ਨਹੀਂ ਕਰ ਰਿਹਾ। ਹਜ਼ੂਰ ਫਰਮਾ ਰਹੇ ਨੇ ਕਿ ਜਿਨ ਰਚ ਰਚਿਆ ਤਿਸੈ ਨਾ ਜਾਣੈ, ਮਨ ਭੀਤਰ ਧਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜਾ ਪਹਿਰੈ ਵਿਸਰ ਗਿਆ ਧਿਆਨ। ਇਹ ਸੀ ਜੀ, ਇਉਂ ਸਮਝੋ ਮਾਂ ਦਾ ਦੁੱਧ ਪੀਣ ਤੋਂ ਲੈ ਕੇ 15-16 ਸਾਲ ਤੱਕ ਆ ਜੀ, ਕਿਸ਼ੋਰ ਅਵਸਥਾ ਤੱਕ ਆ ਜੀ, ਹੁਣ ਜ਼ਿੰਦਗੀ ਦਾ ਤੀਜਾ ਪਹਿਰ ਸ਼ੁਰੂ ਹੋਇਆ। ਇਸ ਪਾਠ ਆਪਨੇ ਸੁਣਿਆ, ਬੜੇ ਸਰਲ ਸ਼ਬਦ ਨੇ ਸਾਰੇ ਜੀ। ਸਤਿਗੁਰਾਂ ਨੇ ਤੀਜਾ ਪਹਿਰ ਜਿਹੜਾ ਹੈ ਇਹ ਭਰ ਜੋਬਨ ਦਾ ਹੈ। ਸਤਿਗੁਰਾਂ ਨੇ ਫਰਮਾਇਆ ਤੀਜਾ ਪਹਿਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ। ਜ਼ਿੰਦਗੀ ਦਾ ਤੀਜਾ ਪਹਿਰ ਸ਼ੁਰੂ ਹੋਇਆ, ਉਹ ਰਾਤ ਦੇ ਵਪਾਰੀ ਆ ਉਹ ਮਿੱਤਰਾ, ਅਤੇ ਕੀ ਹੋਇਆ ਧਨ ਜੋਬਨ ਸਿਉਂ ਚਿੱਤ। ਹੁਣ ਇਸ ਨੁਕਤੇ ਨੂੰ ਥੋੜ੍ਹਾ ਜਿਹਾ ਆਪ ਜੀ ਫਿਰ ਸੁਣਿਓ।
ਇੱਥੇ ਬਹੁਤ ਬਰੀਕ ਗੱਲ ਕੀਤੀ, ਧਨ ਜੋਬਨ ਸਿਉ ਚਿੱਤ, ਕਿਉਂਕਿ ਪਹਿਲੇ ਪੈਰ ਦੀ ਚਿਤਵਨੀ ਜਿਹੜੀ ਹੈ ਤੀਜੇ ਪੈਰ ਕੀ ਬਣ ਗਈ। ਪਹਿਲੇ ਪੈਰ ਸੀ ਉਰਦ ਧਿਆਨ ਲਈ ਵਿਲਾਗਾ, ਪਹਿਲੇ ਪੈਰ ਵਿੱਚ ਚਿੰਤਨ ਸੀ ਪਾਰ ਬ੍ਰਹਮ ਪਰਮੇਸ਼ਵਰ ਦਾ। ਹੁਣ ਇੱਥੇ ਗਿਰ ਯਾਦ ਫਿਰ ਮੈਂ ਰਿਪੀਟ ਕਰਾਂਗਾ ਕਿ ਚਿੱਤ ਸ਼ਬਦ ਇੰਨਾ ਬਰੀਕ ਹੈ ਕਿ ਭਾਵੇਂ ਇਨਸਾਨ ਕੋਲ ਧਨ ਨਹੀਂ, ਕਿਸੇ ਰੂਪ ਦੀ ਪ੍ਰਾਪਤੀ ਵੀ ਨਹੀਂ, ਪਰ ਅੰਤਰ ਜਿਹੜੀ ਚਿੰਤਨ ਦੀ ਧਾਰਾ ਚੱਲਦੀ ਪਈ, ਚੇਤਾ ਚੱਲਦਾ ਪਿਆ ਹਰ ਵੇਲੇ, ਜਾਂ ਜਵਾਨੀ ਦਾ ਚੇਤਾ ਹੁੰਦਾ ਅਤੇ ਜਾਂ ਪੈਸੇ ਦਾ ਚੇਤਾ ਹੁੰਦਾ ਹੈ। ਇਸ ਨੂੰ ਥੋੜ੍ਹੀ ਜਿਹੀ ਫਿਰ ਬੇਨਤੀ ਸੁਣਿਓ। ਤੀਜਾ ਪੈਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਧਨ ਜੋਬਨ ਸਿਓ ਚਿੱਤ, ਚਿੱਤ ਵਿੱਚ ਗਿਆ ਹਰ ਵੇਲੇ, ਚਿੱਤ ਪੈਸੇ ਵੱਲ, ਹਰ ਵਾਲੇ ਚਿੱਤ ਮਾਇਆ ਵੱਲ, ਹਰ ਵੇਲੇ ਚਿੱਤ ਜਵਾਨੀ ਵੱਲ, ਧਨ ਜੋਬਨ ਸਿਓ ਚਿੱਤ। ਅਤੇ ਸਾਹਿਬ ਨੇ ਅੱਗੇ ਫਰਮਾਇਆ, ਹਰ ਕਾ ਨਾਮ ਨਾ ਚਿੱਤ ਹੀ, ਹਰੀ ਦੇ ਨਾਮ ਨੂੰ ਨਹੀਂ ਚੇਤੇ ਕਰਦਾ। ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੈ ਜਿੱਤ, ਜਿਹੜੀ ਤੂੰ ਚਿੰਤਨ ਰੋਜ਼ ਕਰ ਰਿਹਾ, ਬਾਹਰੋਂ ਤਾਂ ਨਹੀਂ ਦਿਸਦਾ, ਪਰ ਇਹ ਚਿੰਤਨ ਨੇ ਤੇਰੇ ਅੰਦਰ ਨੂੰ ਜੰਜੀਰਾ ਪਾ ਕੇ ਚਕੜ ਲਿਆ, ਕਿਉਂਕਿ ਤੇਰੇ ਖਿਆਲਾਂ ਨੂੰ, ਤੇਰੇ ਚਿੱਤ ਨੂੰ ਇੰਨਾ ਕੁ ਘੁੱਟ ਕੇ ਬੰਨ ਲਿਆ ਕਿ ਪਰਮਾਤਮਾ ਦਾ ਨਾਮ ਤੈਨੂੰ ਚੇਤੇ ਆਉਂਦਾ ਹੀ ਨਹੀਂ। ਥੋੜ੍ਹੀ ਜਿਹੀ ਮੈਂ ਅੱਜ ਅਰਜ਼ ਕਰਨੀ, ਭਾਵੇਂ ਬਹੁਤ ਸਮਾਂ ਪਹਿਲਾਂ ਇੱਥੇ ਇੱਕ ਬੇਨਤੀ ਕੀਤੀ ਸੀ। ਆ ਜਿਹੜਾ ਧਨ ਜੋਬਨ ਸੀ ਉਹ ਚਿੱਤ ਹੈ ਨਾ, ਯਾਦ ਰੱਖਿਓ, ਇਹਦਾ ਸੰਬੰਧ ਹੀ ਐਸਾ ਹੈ ਕਿ ਸਰੀਰ ਕਿਤੇ ਵੀ ਬੈਠਾ ਹੋਵੇ ਚਿੰਤਨ ਅੰਦਰ ਚੱਲੀ ਜਾ ਰਿਹਾ ਹੈ। ਇਹ ਚਿੱਤ ਵਾਲੀ ਕਹਾਣੀ ਕੀ ਹੈ, ਇਸ ਨੂੰ ਥੋੜ੍ਹਾ ਜਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿੱਥੇ ਮਨ ਦੀ, ਆਤਮਾ ਦੀ, ਜੀਵ ਆਤਮਾ ਦੀ, 25 ਪ੍ਰਕਿਰਤੀਆਂ ਦੀ, 5 ਤੱਤਾਂ ਦੀ, 5 ਤੱਤਾਂ ਦੇ 5 ਗੁਣਾਂ ਦੀ, 5 ਕਰਮ ਇੰਦਰੀਆਂ ਦੀ, 5 ਗਿਆਨ ਇੰਦਰੀਆਂ ਦੀ ਗੱਲ ਕੀਤੀ, ਉੱਥੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਰਮ ਖੰਡ ਦੇ ਵਿੱਚ ਹਜ਼ੂਰ ਨੇ ਅੰਤਹਿਕਰਨ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਆਪਾਂ ਅੰਤਸ਼ਕਰਨ ਕਹਿੰਦੇ ਹਾਂ ਨਾ, ਚੁਤਿਸ਼ਟਾ ਜਿਹਨੂੰ ਕਹਿੰਦੇ ਹਾਂ, ਅੰਤਹਿਕਰਨ, ਅੰਤਸ਼ਕਰਨ। ਉਸ ਵਿੱਚ 4 ਸ਼ਬਦ ਨੇ, ਤਿੱਥ ਹੈ, ਘੜੀਐ, ਸੁਰਤ, ਮਤ, ਮਨ, ਬੁੱਧ, 4 ਨੇ। ਹੁਣ ਜਦੋਂ ਅਸੀਂ ਇਹਦੀ ਵਿਆਖਿਆ ਕਰਨੀ ਹੈ, ਸੁਰਤ, ਮਤ, ਮਨ, ਬੁੱਧ, ਆਮ ਤੌਰ 'ਤੇ ਅਸੀਂ ਬੁੱਧੀ ਨੂੰ ਅਤੇ ਮਤ ਨੂੰ ਇੱਕ ਅਰਥ 'ਚ ਲੈਂਦੇ ਹਾਂ, ਮਤ ਅਤੇ ਬੁੱਧੀ ਇੱਕੋ ਹੀ ਹੈ ਨਾ, ਅਸੀਂ ਵਰਤਨੇ ਸਾ ਮਤ ਦਿਓ ਦਿਆਲ ਜਾਂ ਬੁੱਧੀ ਸ਼ਬਦ, ਕਿਉਂਕਿ ਜਿਹੜੀ ਬੁੱਧੀ ਵੀ ਹੈ ਇਹ ਵੀ ਸਰੀਰ ਦੇ ਢਲਣ ਦੇ ਨਾਲ ਨਾਲ ਇਹ ਕਈ ਪੜਾਵਾਂ ਵਿੱਚੋਂ ਨਿਕਲਦੀ ਹੈ। ਜੇ ਸਰੀਰ ਇੱਕ ਸਾਰ ਨਹੀਂ ਰਹਿੰਦਾ, ਬੁੱਧੀ ਥੋੜ੍ਹਾ ਇੱਕ ਸਾਰ ਰਹਿੰਦੀ, ਬੁੱਧੀ ਵੀ ਜਿਹੜੀ ਉਹ ਪੜਾਂ ਦਰ ਪੜਾਂ ਜਿਹੜੀ ਉਹ ਚੇਂਜ ਹੁੰਦੀ ਜਾਂਦੀ। ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਪ ਦੇਖੋਗੇ, ਇੱਕ ਬੁੱਧੀ ਦਾ ਪੜਾਂ ਇਹ ਵੀ ਜਦੋਂ ਜਿਹੜਾ ਬਾਲ ਅਵਸਥਾ ਹੈ, ਪਰ ਉਹ ਬਾਲ ਬੁੱਧੀ ਵੀ ਪਰਮਾਰਥ ਵਿੱਚ ਬੜੀ ਵੱਡੀ ਸਹਾਇਕ ਰਹਿੰਦੀ ਜੇ ਬੰਦੇ ਦੀ ਉਹ ਵੀ ਬੁੱਧੀ ਰਹੇ ਤਾਂ। ਧੰਨੈ ਸੇਵਿਆ ਬਾਲ ਬੁੱਧ, ਦੇਖੋ ਸ਼ਬਦ ਬਾਲ ਬੁੱਧ ਹੈ, ਹੁਣ ਉਹਦੀ ਬਾਲ ਬੁੱਧੀ ਹੈ, ਉੱਥੇ ਬਾਲ ਬੁੱਧੀ ਦਾ ਅਰਥ ਨਾ ਕੋਈ ਉਹਨੂੰ ਮੈਲ, ਨਾ ਕੋਈ ਉਹਦਾ ਕਿਸੇ ਨਾਲ ਵੈਰ, ਜੇ ਕਹਿ ਦਿੱਤਾ ਸੱਤ ਬਚਨ ਕਰ ਲਿਆ ਉਹਨੇ, ਬਾਲ ਬੁੱਧੀ ਹੈ। ਦੂਸਰਾ, ਇਹ ਬੁੱਧੀ ਜਦੋਂ ਵਿਕਸਿਤ ਹੁੰਦੀ ਆ ਤੀਜੇ ਪੈਰ 'ਚ, ਤੇ ਆ ਕੇ ਤੇ ਪੁੱਛੋ ਕੁਝ ਨਹੀਂ, ਇਹ ਅੰਗ ਬੁੱਧ ਬਣ ਜਾਂਦੀ ਹੈ ਪਿਆਰਿਓ, ਅੰਗ ਬੁੱਧ ਬਣਦੀ ਹੈ। ਇੱਥੋਂ ਤੱਕ ਇਸੇ ਹੀ ਨਾਲ ਜਦੋਂ ਅੰਗ ਬੁੱਧ ਬਣਦੀ ਹੈ, ਇਹਦਾ ਇੱਕ ਪੜਾਅ ਹੋਰ ਨਿਕਲਿਆ ਕਿਸ਼ੋਰ ਅਵਸਥਾ ਵਿੱਚ, ਉਦੋਂ ਚੰਚਲ ਬੁੱਧ, ਬਾਲ ਬੁੱਧ,
ਚੰਚਲ ਬੁੱਧ, ਮੈਂ ਸ਼ਬਦ ਵਰਤਿਆ ਅੰਗ ਬੁੱਧ, ਜਿਹਦੇ ਉੱਤੇ ਰੱਬ ਤਰਸ ਕਰਦਾ ਹੈ ਨਾ, ਉਹਨੂੰ ਕਿਰਪਾ ਕਰਕੇ ਵਿਵੇਕ ਬੁੱਧੀ ਦੇ ਦਿੰਦਾ ਹੈ। ਦੇਖੋ ਇਹ ਪੜਾਂ ਦਰ ਪੜਾਂ ਨੇ, ਵਿਦਾਂਤ ਵਿੱਚ ਸ਼ਬਦ ਵਰਤਦੇ ਸਨ ਆਤਮ ਵਿਸ਼ੈਣੀ ਬੁੱਧੀ, ਇਹ ਵਰਤਿਆ ਜਾਂਦਾ ਸੀ। ਪਰ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਦੇਖਦੇ ਹਾਂ, ਬਾਲ ਬੁੱਧ, ਚੰਚਲ, ਚਪਲ, ਬੁੱਧ ਕਾ ਖੇਲ, ਅੰਗ ਬੁੱਧ ਨਾ ਬੋਹਿਤੇ, ਸਤਿਗੁਰਾਂ ਨੇ ਸ਼ਬਦ ਵਰਤਿਆ। ਅਤੇ ਇੱਥੋਂ ਤੱਕ ਗੁਰੂ ਸਾਹਿਬ ਤਾਂ ਵਿਵੇਕ ਬੁੱਧੀ ਦੀ ਜਾਚਨਾ, ਜਿਵੇਂ ਨਾਮ ਦੀ ਜਾਚਨਾ, ਇਸ ਤਰ੍ਹਾਂ ਉਹਦੀ ਵੀ ਜਾਚਨਾ। ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਸੋ ਬੇਨਤੀ ਸੁਣਿਓ, ਮੈਂ ਲਫ਼ਜ਼ ਚਿੱਤ ਵੱਲ ਥੋੜ੍ਹਾ ਜਿਹਾ, ਕਿਉਂਕਿ ਸਾਰੀ ਗੱਲ ਗੁਰੂ ਜੀ ਕਹਿੰਦੇ ਜਵਾਨੀ 'ਚ ਅੰਦਰ ਚਿੰਤਨ ਕਾਹਦਾ ਚੱਲ ਰਿਹਾ, ਕਿਹੜੀ ਧਾਰਾ ਬੰਦੇ ਦੇ ਅੰਦਰ ਸੁੱਤਿਆਂ ਜਾਗਦਿਆਂ ਬੈਠਦਿਆਂ ਨਿਰੰਤਰ ਇੱਕੋ, ਉਹ ਜਪਣ ਦੀ ਲੋੜ ਨਹੀਂ, ਉਹ ਚੇਤੇ ਵਿੱਚ ਆ ਰਹੀ। ਮੈਂ ਅਰਜ਼ ਕਰਾਂਗਾ, ਸੁਰਤ, ਮਤ, ਮਨ ਅਤੇ ਬੁੱਧ, ਉਂਝ ਚੁਤਿਸ਼ਟੇ ਨੂੰ ਆਪਾਂ ਕਹਿੰਦੇ ਹਾਂ, ਮਨ, ਬੁੱਧ, ਚਿੱਤ ਅਤੇ ਹੰਕਾਰ, ਇਹ ਕਹਿੰਦੇ ਨਾ ਜੀ ਸਾਡੇ ਅੰਤਹਿਕਰਨ, ਮਨ, ਬੁੱਧ, ਚਿੱਤ, ਹੰਕਾਰ। ਸ਼੍ਰੀਮਾਨ ਇਹ ਭਾਈ ਕਾਨ ਸਿੰਘ ਜੀ ਨਾਭਾ ਨੇ ਜਦੋਂ ਸ਼ਰਮਖੰਡ ਦੇ ਅਰਥ ਕੀਤੇ ਨਾ, ਉਹਨਾਂ ਨੇ ਗੁਰਮਤ ਦਾ ਅੰਤਹਿਕਰਨ ਇਸ ਤੁਕ ਨੂੰ ਮੰਨਿਆ। ਉਹਨਾਂ ਨੇ ਸੁਰਤ ਨੂੰ ਚਿੱਤ ਨਾਲ ਤੁਲਨਾ ਦਿੱਤੀ ਹੈ। ਜੇ ਆਪ ਕਹਿੰਦੇ ਮਨ, ਬੁੱਧ, ਚਿੱਤ, ਸੁਰਤ ਨੂੰ ਚਿੱਤ ਵੱਲ ਲਿਜਾ ਰਹੇ ਨੇ, ਅਤੇ ਮਤ ਨੂੰ ਮਮਤਲ ਵੱਲ, ਮਮਤਵ ਮੇਰਾ, ਫਿਰ ਬੇਨਤੀ, ਮਮਤਵ ਅੰਗ ਜਿਹਨੂੰ ਕਹਿੰਦੇ ਆ, ਮਨ, ਬੁੱਧ, ਚਿੱਤ, ਹੰਕਾਰ, ਉਹ ਮਤ ਨੂੰ ਮਮਤਵ ਦੇ ਅਰਥ ਕਰਦੇ ਨੇ, ਜਿਹੜਾ ਸੁਰਤ ਹੈ ਉਹਨੂੰ ਚਿੱਤ ਵੱਲ ਕਰਦੇ ਆ, ਅੱਗੇ ਜਿਹੜੇ ਸ਼ਬਦ ਦੋ ਨੇ ਮਨ ਅਤੇ ਬੁੱਧੀ, ਮਨ ਅਤੇ ਬੁੱਧੀ। ਹੁਣ ਥੋੜ੍ਹੀ ਜਿਹੀ ਮੇਰੀ ਇੱਕ ਬੇਨਤੀ ਫਿਰ ਸੁਣਿਓ, ਇਹਨੂੰ ਥੋੜ੍ਹਾ ਜਿਹਾ ਆਪਾਂ ਹੋਰ ਸਰਲ ਕਰ ਲਈਏ। ਉਂਝ ਮੈਂ ਆਪ ਜੀ ਨੂੰ ਇੱਕ ਵਾਰ ਭਾਈ ਸਾਹਿਬ ਬੇਨਤੀ ਕੀਤੀ ਸੀ, ਅੱਜ ਜੇ ਕਿਸੇ ਨੇ ਵਿਦਾਂਤ ਦੇ ਗ੍ਰੰਥਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਹ ਬਰੀਕ ਵਿਸ਼ੇ ਜਿਹੜੇ ਨੇ, ਇਕੱਲੇ ਵਿਸ਼ੇ ਕਹਿਣ ਮਾਤਰ ਨਹੀਂ, ਜੋ ਸਾਡੇ ਤਨ ਨਾਲ ਸੰਬੰਧਿਤ ਨੇ, ਜੇ ਕਿਸੇ ਨੇ ਇਸ ਮਨੋਵਿਗਿਆਨ ਨੂੰ ਪੜ੍ਹਨਾ ਹੈ, ਤਾਂ ਮੇਰੀ ਅਰਜ਼ ਹੈ ਕਿ ਡਾਕਟਰ ਨੇਕੀ ਦੀ ਕਿਤਾਬ ਗੁਰਮਤ ਮਨੋਵਿਗਿਆਨ ਜ਼ਿੰਦਗੀ ਵਿੱਚ ਜ਼ਰੂਰ ਉਹ ਪੜ੍ਹੇ, ਉਹਨੂੰ ਪਤਾ ਲੱਗੇਗਾ ਸਾਰੀ ਗੱਲ ਹੈ ਕੀ। ਹੁਣ ਮਨ, ਬੁੱਧ ਅਤੇ ਚਿੱਤ, ਮਨ ਤਾਂ ਸਿਰਫ ਇੱਕ ਫੁਰਨਾ ਹੀ ਪੈਦਾ ਕਰਦਾ ਨਾ, ਖਿਆਲ ਕਹਿ ਲਓ, ਫੁਰਨਾ ਕਹਿ ਲਓ, ਅਤੇ ਜਿਹੜੀ ਬੁੱਧੀ ਹੈ ਉਸ ਖਿਆਲ ਦੀ ਨਿਗਰਾਨੀ ਕਰਦੀ ਹੈ। ਫਿਰ ਬੇਨਤੀ ਹੈ, ਕਿਉਂਕਿ ਅੱਜ ਇਹ ਧਨ ਜੋਬਨ ਨਾਲ ਚਿੱਤ ਜੁੜ ਗਿਆ। ਪਿਆਰਿਓ, ਜਦੋਂ ਅੰਦਰ ਦਾ ਚਿੱਤ ਕਿਤੇ ਹੋਰ ਜੁੜਿਆ ਹੋਵੇ, ਤਾਂ ਮੂੰਹ ਜੋ ਮਰਜ਼ੀ ਬੋਲੀ ਜਾਏ, ਗੱਲ ਬਣਦੀ ਨਹੀਂ ਛੇਤੀ। ਫਿਰ ਅਰਜ਼ ਸੁਣੋ, ਮੂੰਹ ਦਾ, ਮਨ ਦਾ ਅਤੇ ਚਿੱਤ ਦਾ ਇੱਕ ਲਾਈਨ ਵਿੱਚ, ਇੱਕ ਇੱਕ ਕਤਾਰ ਵਿੱਚ ਹੋਣਾ ਅਤ ਲਾਜ਼ਮੀ ਹੈ। ਜੇ ਮੂੰਹ ਕੁਛ ਕਹਿੰਦਾ, ਚਿੱਤ ਕੁਝ ਕਹਿੰਦਾ, ਤਾਂ ਗੱਲ ਬਣਦੀ ਕੋਈ ਨਹੀਂ। ਹੁਣ ਇੱਥੇ ਚਿੰਤਨ ਕੀ ਚੱਲ ਰਿਹਾ? ਤੀਜੇ ਪੈਰ 'ਚ ਜਿੱਥੇ ਬੰਦਾ ਬੈਠਾ, ਉੱਥੇ ਚਿੰਤਨ ਜਾਂ ਪੈਸੇ ਦਾ ਜਾਂ ਜਵਾਨੀ ਦਾ ਜਾਂ ਵਾਸ਼ਨਾ ਜਾਂ। ਮੈਂ ਅਰਜ਼ ਕਰਾਂਗਾ, ਮਨ ਸਿਰਫ ਫੁਰਨਾ ਹੈ, ਖਿਆਲ ਹੈ, ਅਤੇ ਬੁੱਧੀ ਉਸ ਖਿਆਲ ਦੀ ਨਿਗਰਾਨੀ ਕਰਦੀ ਹੈ। ਜਿਵੇਂ ਚੰਗਾ ਅਫਸਰ, ਮੈਂ ਭਾਰਤ 'ਚ ਇਸ ਤਰ੍ਹਾਂ ਉਦਾਹਰਨ ਦਿੰਦਾ, ਇੱਕ ਬੰਦਾ ਇੱਕ ਵਾਰੀ ਇੱਥੇ ਵੀ ਦਿੱਤੀ, ਕਲਰਕ ਕੋਈ ਫਾਈਲ ਸਾਈਨ ਕਰ ਰਿਹਾ, ਉਹ ਬੇਈਮਾਨ ਹੈ, ਕਰਪਟ ਹੈ, ਅਤੇ ਜਿਹੜੀ ਫਾਈਲ ਤਿਆਰ ਕਰਕੇ ਉਹਨੇ ਅੱਗੇ ਭੇਜਣੀ ਹੈ, ਉਹਨੇ ਅਫਸਰ ਆਪਣੇ ਤੋਂ ਵੱਡੇ ਨੂੰ ਵੀ ਆਪਣੇ ਨਾਲ ਗੰਢ ਲਿਆ। ਫਿਰ ਉਹ ਜਿਹੜਾ ਅਫਸਰ ਹੈ ਨਾ ਜੀ, ਉਹ ਕੋਈ ਵੀ ਬਰੀਕੀ ਨਾਲ ਪੜਚੋਲ ਨਹੀਂ ਕਰਦਾ,
ਉਹਨੂੰ ਪਤਾ ਵੀ ਕਲਰਕ ਨੇ ਇੰਨਾ ਕੁਝ ਮੇਰਾ ਪ੍ਰਬੰਧ ਕਰ ਦਿੱਤਾ, ਉਹ ਅੱਖਾਂ ਮੀਟ ਕੇ ਸਾਈਨ ਕਰਦਾ ਹੈ। ਅਤੇ ਜੇ ਆਫੀਸਰ ਜਾਂ ਉੱਪਰ ਵਾਲਾ ਜਿਹੜਾ ਉੱਚੇ ਰੁਤਬੇ ਵਾਲਾ ਹੈ ਉਹ ਇਮਾਨਦਾਰ ਹੋਵੇ, ਉਹ ਕਹੇਗਾ ਰੋਕ, ਮੈਂ ਇਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਮੈਂ ਸਾਈਨ ਕਰਾਂਗਾ, ਮੈਂ ਘਰ ਲੈ ਜਾਵਾਂਗਾ, ਇਹਨੂੰ ਪੜ੍ਹਾਂਗਾ। ਪਿਆਰਿਓ, ਜਦੋਂ ਬੁੱਧੀ ਭ੍ਰਿਸ਼ਟ ਹੋ ਜਾਏ ਨਾ, ਇਹ ਫਿਰ ਮਨ ਨਾਲ ਸਮਝੌਤੀਆਂ ਕਰ ਲੈਂਦੀ। ਜਦੋਂ ਅਕਲ ਬੁੱਧੀ ਅਕਲੀ ਮਾਰੀ ਗਈ, ਜਦੋਂ ਮਤ ਮਲੀਨ ਹੋ ਜਾਏ, ਬੁੱਧੀ ਮਲੀਨ ਹੋ ਜਾਏ, ਜੋ ਮਨ ਕਰੇਗਾ ਇਹਨੇ ਬਸ ਅੱਖਾਂ ਮੀਟ ਕੇ ਮਨ ਦੇ ਪਿੱਛੇ ਚੱਲਣਾ। ਅਤੇ ਜੇ ਬੁੱਧੀ ਨਿਰਮਲ ਹੋਵੇ, ਮਤ ਨਿਰਮਲ ਹੋਵੇ, ਉੱਤੇ ਗੁਰੂ ਦਾ ਸ਼ਬਦ ਹੋਵੇ, ਸੱਚ ਇਵੇਂ ਮਤ ਉਹ ਸ਼ਕਤੀ ਹੈ ਜਿਹੜੀ ਮਨ ਦੇ ਖਨ ਫੁਰਨੇ ਨੂੰ ਕਰਮ ਬਣਨ ਹੀ ਨਹੀਂ ਦਿੰਦੀ। ਪਰ ਜੇ ਮੈਲੀ ਹੋ ਗਈ ਫਿਰ ਤਾਂ ਕਰਮ ਬਣੇਗਾ ਨਾ ਜੀ। ਮੈਂ ਇਸ ਕਰਕੇ ਇੱਕ ਵਾਰੀ ਆਪ ਨੂੰ ਅਰਜ਼ ਕੀਤੀ ਸੀ, ਮਹਾਰਾਜ ਦਾ ਬਚਨ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ, ਲੇਲੇ ਕੋ ਚੁੰਘੈ ਨਿਤ ਭੇਡ। ਉਦਾਹਰਨ ਤਾਂ ਬਾਹਰ ਦਿੱਤੀ ਨਾ ਜੀ, ਭੇਡ ਦਾ ਲੇਲਾ ਹੁੰਦਾ, ਬੱਕਰੀ ਦਾ ਮੇਮਣਾ ਹੁੰਦਾ, ਆਪਾਂ ਜਿਹੜੇ ਪੁਰਾਣੇ ਸ਼ਬਦ ਵਰਤ ਰਹੇ। ਚਾਹੀਦਾ ਤਾਂ ਇਹ ਵੇ ਕਿ ਜਿਹੜਾ ਲੇਲਾ ਹੈ ਉਹ ਭੇਡ ਪਿੱਛੇ ਜਾਏ, ਭੇਡ ਨੂੰ ਚੁੰਘੈ। ਪਰ ਉਲਟੀ ਖੇਡ ਹੋ ਗਈ, ਇੱਥੇ ਭੇਡ ਜਿਹੜੀ ਉਹ ਲੇਲੇ ਨੂੰ ਚੁੰਘਦੀ ਪਈ ਹੈ। ਇਹਦਾ ਭਾਵ ਇਹ ਵੇ ਕਿ ਜਿਹੜੀ ਮਤ ਹੈ ਵਾਹਿਗੁਰੂ ਜੀ, ਉਹ ਮਨ ਦੇ ਪਿੱਛੇ ਤੁਰੀ ਬੈਠੀ ਹੈ। ਫਿਰ ਅਰਜ਼ ਕਰਾਂਗਾ ਕਿ ਮਤ ਚੰਗੀ ਹੋਵੇ ਉਹ ਨਿਗਰਾਨੀ ਕਰੇਗੀ। ਹੁਣ ਜਿਹੜਾ ਚਿੱਤ ਹੈ ਉਹ ਅਸਲ 'ਚ ਉਹਦੇ ਵਿੱਚ ਨਿਰੰਤਰ ਹੀ ਚਿੰਤਨ ਚੱਲਦਾ ਪਿਆ ਹੈ, ਨਿਰੰਤਰ ਚਿੰਤਨ ਚੱਲ ਰਿਹਾ ਹੈ। ਕੋਈ ਐਸਾ ਵੇਲਾ ਨਹੀਂ ਜਦੋਂ ਚਿੰਤਨ ਨਾ ਚੱਲੇ। ਪਿਆਰਿਓ, ਜੇ ਮਨ ਮੈਲਾ ਹੈ, ਬੁੱਧੀ ਮੈਲੀ ਹੈ, ਚਿੱਤ ਦਾ ਨਿਰਮਲ ਹੋਣਾ ਬਹੁਤ ਮੁਸ਼ਕਲ ਹੈ, ਚਿੱਤ ਮਲੀਨ ਹੀ ਰਹੇਗਾ। ਇੱਥੇ ਸਤਿਗੁਰਾਂ ਨੇ ਫਰਮਾਇਆ ਕਿ ਜਦੋਂ ਤੀਜਾ ਪਹਿਰ ਆਇਆ, ਇੰਨਾ ਅੰਦਰ ਮੈਲਾ ਹੋ ਗਿਆ, ਇੱਕ ਧਨ ਅਤੇ ਦੂਜਾ ਪੈਸਾ, ਇਹ ਵਾਹਿਗੁਰੂ ਜਵਾਨੀ ਇਹਦੇ ਵਿੱਚ ਹੀ ਖਰਚਤ ਹੈ, ਇਹਦੇ ਚਿੱਤ ਵਿੱਚ ਨਿਰੰਤਰ ਇਹ ਹੀ ਚੱਲਦਾ ਪਿਆ ਹੈ। ਥੋੜ੍ਹਾ ਜਿਹਾ ਆਓ ਅਸੀਂ ਬਾਣੀ 'ਚੋਂ ਦੇਖੀਏ। ਵੈਸੇ ਤਾਂ ਜਵਾਨੀ ਪਰਮਾਤਮਾ ਦੀ ਦਿੱਤੀ ਉਹ ਇੱਕ ਦਾਤ ਹੈ। ਪਿਆਰਿਓ, ਮੈਂ ਦੋਨੋਂ ਪੱਖ, ਕੱਲ੍ਹ ਬਚਪਨ ਦਾ ਖੁਆਰੀ ਵਾਲਾ ਪੱਖ ਵੀ ਅਸਾਂ ਵੇਖਿਆ ਸੀ, ਅਤੇ ਜਿਨ੍ਹਾਂ ਨੇ ਬਚਪਨ 'ਚ ਕਮਾਇਆ ਉਹਨਾਂ ਦਾ ਜ਼ਿਕਰ ਵੀ ਕੀਤਾ ਸੀ। ਅੱਜ ਵੀ ਦੋਨੋਂ ਪੱਖ ਨੇ। ਇੱਕ ਪੱਖ ਹੋਵੇ, ਜਦੋਂ ਬੰਦੇ ਕੋਲ ਜੋਬਨ ਹੁੰਦਾ, ਜਵਾਨੀ ਆਉਂਦੀ ਹੈ, ਪੈਸਾ ਆਉਂਦਾ, ਇਹ ਦੋ ਚੀਜ਼ਾਂ ਬੰਦੇ ਕੋਲੋਂ ਨਾ, ਹੰਕਾਰ ਤੋਂ ਬਚਣਾ ਬਹੁਤ ਮੁਸ਼ਕਲ ਹੈ। ਇੱਕ ਪੈਸਾ, ਇੱਕ ਜਵਾਨੀ, ਤਾਕਤ ਅਤੇ ਪੈਸਾ, ਦੋਨੋਂ ਚੀਜ਼ਾਂ ਜਦੋਂ ਬੰਦਾ ਫਿਰ ਇਹਦੇ ਨਸ਼ੇ ਵਿੱਚ ਡੁੱਬਦਾ, ਜਵਾਨੀ ਅਤੇ ਪੈਸੇ ਦੇ ਨਸ਼ੇ ਵਿੱਚ, ਕਈ ਵਾਰੀ ਉਹਦੇ ਰਿਜ਼ਲਟ ਕਹਿ ਲਓ ਜਾਂ ਉਹਦਾ ਫਲ ਜਾਂ ਉਹਦਾ ਜਿਹੜਾ ਅਖੀਰ 'ਤੇ ਨਿਕਲਦਾ, ਸਿੱਟਾ ਨਿਕਲਦਾ, ਉਹਦਾ ਜਿਹੜਾ ਬੋਲ ਬਹਿੰਦਾ ਉਹ ਇੰਨਾ ਕੁ ਖਤਰਨਾਕ ਹੁੰਦਾ ਕਿ ਇਸ ਵਿੱਚ ਖਚਤ ਹੋਏ ਬੰਦਿਆਂ ਦੀ ਪੱਤ ਵੀ ਰੁਲਦੀ ਦੇਖੀ ਹੈ। ਫਿਰ ਅਰਜ਼ ਆਪਾਂ ਸਾਰੇ ਬਚਨ ਬਾਣੀ 'ਚੋਂ ਲਾਂਗੇ ਕਿ ਜੋਬਨ ਜਵਾਨੀ ਇੱਕ ਹੜ੍ਹ ਦੀ ਤਰ੍ਹਾਂ ਹੈ। ਥੋੜ੍ਹਾ ਜਿਹਾ ਫਿਰ ਬੇਨਤੀ, ਜੇ ਤਾਂ ਹੜ੍ਹ ਨੂੰ ਮਾਰ ਲੈ ਕੋਈ ਬੰਨ, ਪਾਣੀ ਰੋਕ ਲੈ, ਕੋਈ ਡੈਮ ਬਣ ਜਾਏ, ਉਹੀ ਪਾਣੀ ਝੀਲ ਬਣਿਆ, ਡੈਮ ਦੇ ਵਿੱਚ ਰੁਕਿਆ ਹੋਇਆ, ਕਿੰਨੇ ਕਿੰਨੇ ਸਾਲ ਲੋਕਾਂ ਨੂੰ ਜ਼ਿੰਦਗੀ ਦਿੰਦਾ ਹੈ। ਅਤੇ ਜੇ ਪਿਆਰਿਓ ਆਪ ਮੁਹਾਰਾ ਚੱਲ ਪਏ ਨਾ, ਉਹੀ ਪਾਣੀ ਜਿਹੜਾ ਤਬਾਹੀਆਂ ਕਰ ਦਿੰਦਾ। ਸੱਚੀ ਮੁੱਚੀ ਜਵਾਨੀ ਇੱਕ ਬਹੁਤ ਵੱਡਾ ਹੜ੍ਹ ਹੈ। ਗੁਰੂ ਦੀ ਮਤ, ਗੁਰਮਤ ਜਿਹੜੀ ਇਹਨੂੰ ਰੋਕਦੀ ਹੈ, ਸਹੀ ਤਰੀਕੇ ਨਾਲ ਵਰਤਨ ਦਾ ਵੱਲ ਦੱਸਦੀ ਹੈ, ਅਤੇ ਜੇ ਇਹ ਨਾ ਰੁਕੇ ਇਹ ਤਬਾਹੀ ਵੀ ਬਹੁਤ ਜ਼ਿਆਦਾ ਕਰਦਾ ਹੈ। ਸਤਿਗੁਰਾਂ ਨੇ ਬਾਣੀ 'ਚ ਉਪਦੇਸ਼ ਦੇਣ ਲਈ
ਇਸ ਜੋਬਨ ਨੂੰ, ਇਸ ਪੈਸੇ ਨੂੰ ਜਿਹਦੇ ਵਿੱਚ ਚਿੰਤਨ ਲਗਾਤਾਰ ਚੱਲ ਰਹੇ ਹੈ, ਇਹ ਸਾਨੂੰ ਸਮਝਾਇਆ ਹੈ। ਥੋੜ੍ਹੇ ਜਿਹੇ ਅਸੀਂ ਬਚਨ ਲੈਂਦੇ ਹਾਂ। ਇੱਕ ਤਾਂ ਸਤਿਗੁਰਾਂ ਜੀ ਦਾ ਇਹ ਬਚਨ ਹੈ ਕਿ ਹਜ਼ੂਰ ਐਮਨਾਬਾਦ ਗਏ। ਸਾਰੇ ਅਸੀਂ ਸ਼ਬਦ ਪੜ੍ਹਦੇ ਹਾਂ, ਇਹ ਉਂਝ ਸਾਡੀ ਸ਼ਬਦਾਵਲੀ 'ਚ ਚੜ੍ਹਿਆ ਹੋਇਆ ਬਾਬਰ ਬਾਣੀ, ਬਾਬਰ ਬਾਣੀ ਦਾ ਸ਼ਬਦ, ਇਹਨੂੰ ਕਹਿ ਲਓ ਬਾਬਰ ਦੇ ਹਮਲੇ ਨਾਲ ਸੰਬੰਧਿਤ। ਆਹ ਜਦੋਂ ਚਿੱਤ ਵਿੱਚ ਧਨ ਅਤੇ ਜੋਬਨ ਹੋਵੇ, ਫਿਰ ਅਰਜ਼ ਕਹਿ ਜਵਾਨੀ ਪੈਸਾ ਦੋਨੋਂ ਹੋਣ ਨਾ, ਜਿਹੜਾ ਪਰਮਾਰਥ ਨੂੰ ਕਮਾਉਂਦਾ ਉਹ ਬੰਦਾ ਤਾਂ ਟਿਕ ਜਾਊਗਾ, ਵਾਹਿਗੁਰੂ ਅੱਗੇ ਅਰਦਾਸ ਕਰੂਗਾ। ਜਿਸ ਬੰਦੇ ਕੋਲ ਚਾਰ ਪੈਸੇ ਆ ਜਾਣ ਨਾ, ਉਹਨੂੰ ਰਾਤ ਨੀਂਦ ਨਹੀਂ ਜੇ ਪੈਂਦੀ ਜਿੰਨੀ ਦੇਰ ਤੱਕ ਸਮਾਜ 'ਚ ਦੱਸ ਨਾ ਲਏ ਮੇਰੇ ਪੱਲੇ ਕੁਝ ਕਹੇ ਵੇ। ਫਿਰ ਅਰਜ਼ ਸੁਣਿਓ, ਇਹਨੂੰ ਥੋੜ੍ਹਾ ਸਮਝਣ ਲਈ ਇੱਕ ਉਦਾਹਰਨ ਦਿੰਦੇ ਹਾਂ। ਟਾਲਸਟਾਏ ਦੀਆਂ ਕਹਾਣੀਆਂ ਬੜੀਆਂ ਸਿੱਖਿਆਦਾਇਕ ਨੇ ਜੀ। ਚਲੋ ਆਪਾਂ ਕਹਾਣੀ ਦਾ ਤੱਤ ਭਾਵ ਲੈਣਾ ਹੈ ਅਤੇ ਗੱਲ ਸਮਝਾਉਣ ਵਾਸਤੇ ਉਹਦੀ ਕਾਰ ਰਸ ਨਹੀਂ ਹੁੰਦਾ। ਕਹਿੰਦੇ ਇੱਕ ਕਿਸਾਨ ਸੀ, ਖੇਤੀ ਕਰਨ ਵਾਲਾ, ਉਹ ਬੰਦਾ ਬੜਾ ਸਬਰ ਸੰਤੋਖ ਵਾਲਾ। ਉਹਨੇ ਸਵੇਰੇ ਆਪਣੇ ਬਲਦ ਲੈ ਜਾਣੇ, ਢੱਗੇ ਬੈਲ ਲੈ ਜਾਣੇ, ਹਲ ਵਾਹਣਾ, ਐਂ ਚਿਹਰੇ 'ਤੇ ਉਹਦੇ ਖੇੜਾ ਰਹਿਣਾ। ਕਹਿੰਦੇ ਜਿਹੜਾ ਸ਼ੈਤਾਨ ਅਬਲੀਸ ਹੈ ਨਾ, ਸ਼ੈਤਾਨਾਂ ਦੇ ਵੀ ਨਾਂ ਨੇ, ਅਬਲੀਸ ਨੇ ਕੀ ਕੀਤਾ, ਉਹਨੇ ਜਿਹੜਾ ਆਪਣੇ ਤੋਂ ਅੱਗੇ ਸ਼ੈਤਾਨ ਸੀ ਛੋਟਾ, ਮੇਰੀ ਫਿਰ ਬੇਨਤੀ ਸੁਣਿਓ, ਮੈਂ ਕਹਾਣੀ ਕਹਿ ਰਿਹਾ ਵਾਂ, ਮੈਂ ਉਸ ਕਰਕੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਵੀ ਕਈ ਵਾਰੀ ਮਨ 'ਚ ਹੁੰਦਾ ਵੀ ਇਹ ਕਿਉਂ ਪੜ੍ਹਿਆ, ਕਿੱਥੋਂ ਪੜ੍ਹਿਆ। ਉਹਨੇ ਅਬਲੀਸ ਨੂੰ ਕਿਹਾ, ਅਬਲੀਸ ਨੇ ਆਪਣੇ ਜਿਹੜਾ ਅੱਗੇ ਸ਼ੈਤਾਨ ਛੋਟਾ ਉਹਨੂੰ ਕਿਹਾ ਵੀ ਆਹ ਬੰਦਾ ਇੰਨਾ ਟਿਕਿਆ ਹੋਇਆ, ਇਹ ਬੰਦਾ ਬੜਾ ਆਰਾਮ ਨਾਲ ਹਲ ਵਾਹੁੰਦਾ, ਆਪਣੇ ਘਰ ਨੂੰ ਪਾਲਦਾ, ਕੀ ਤੂੰ ਇਸ ਬੰਦੇ ਦੀ ਬੁੱਧੀ ਨੂੰ ਭ੍ਰਿਸ਼ਟ ਕਰਕੇ ਕੁਰਾਏ ਪਾ ਸਕਣਾ। ਬਸ ਇਹ ਕਹਾਣੀ ਬਹੁਤ ਕੁਝ ਦੱਸ ਜਾਏਗੀ ਕਿ ਇਸ ਨੂੰ ਕੁਰਾਏ ਪਾ ਸਕਣਾ। ਉਹ ਕਹਿੰਦਾ ਜੀ ਬਿਲਕੁਲ। ਕਹਿੰਦਾ ਇਹ ਬੰਦਾ ਵਿਚਲਿਤ ਹੋ ਜਾਏ, ਇਹਦੇ ਅੰਦਰ ਦੀ ਜਿਹੜੀ ਠੰਡ ਸ਼ਾਂਤੀ ਹੈ ਕੀ ਤੂੰ ਇਹਨੂੰ ਖੋ ਸਕਣਾ। ਉਹਨੇ ਕਿਹਾ ਜੀ ਮੈਂ ਯਤਨ ਕਰਾਂਗਾ, ਮੈਨੂੰ ਯਕੀਨ ਹੈ ਕਿ ਮੈਂ ਕਰ ਸਕਣਾ। ਉਹਨੇ ਕੀ ਕੀਤਾ ਜੀ, ਜਿੱਥੇ ਉਹ ਹਲ ਵਾਹ ਰਿਹਾ ਸੀ ਉਹ ਸ਼ੈਤਾਨ ਉੱਥੇ ਚਲਾ ਗਿਆ। ਉਹ ਜ਼ਿਮੀਂਦਾਰ ਨੇ ਕੀ ਕੀਤਾ, ਕਿਸਾਨ ਨੇ ਜੀ, ਆਪਣੇ ਕੋਟ ਦੇ ਵਿੱਚ ਨਾ ਰੋਟੀ ਲਪੇਟ ਕੇ ਪੂਣੇ 'ਚ, ਪਹਿਲਾਂ ਪੂਣੇ 'ਚ ਰੋਟੀ ਬੰਨਦੇ ਕਿਹੜੇ ਡੱਬੇ ਸਨ ਜੀ, ਉਹਨੇ ਪੂਣੇ 'ਚ ਰੋਟੀ ਲਪੇਟ ਕੇ ਆਪਣੀ ਕੋਟ ਦੀ ਜੇਬ ਦੇ ਵਿੱਚ ਨਾ ਝਾੜੀਆਂ ਦੇ ਵਿੱਚ ਰੱਖੀ 'ਚ ਲੁਕਾ ਕੇ। ਉਹ ਸ਼ੈਤਾਨ ਨੇ ਕੀ ਕੀਤਾ, ਪਹਿਲਾਂ ਇਹਦਾ ਕੋਟ ਪਕੜਿਆ, ਉਸ ਕੋਟ ਦੇ ਵਿੱਚੋਂ ਜਿਹੜੀ ਰੋਟੀ ਸੀ ਪੂਣੇ 'ਚ ਬੱਜੀ, ਉਹਨੇ ਖਾਣੀ ਸੀ, ਉਹ ਰੋਟੀ ਉਦੋਂ ਉਹਨੇ ਚੁਰਾ ਲਈ। ਇਹ ਬੰਦਾ ਹਲ ਵਾਹੀ ਜਾ ਰਿਹਾ, ਜਦੋਂ ਦੁਪਹਿਰੇ ਨੇ ਯੋਤਰਾ ਲਾ ਲਿਆ, ਪੁਰਾਣਾ ਸ਼ਬਦ ਯੋਤਰਾ ਲਾਉਣਾ, ਯੋਤਰਾ ਲਾ ਲਿਆ ਚੰਗੀ ਤਰ੍ਹਾਂ ਅਤੇ ਵਾਪਸ ਆਇਆ, ਇਹਨੇ ਆ ਕੇ ਕੋਟ ਵਿੱਚੋਂ ਰੋਟੀ ਕੱਢਣ ਲੱਗਾ, ਰੋਟੀ ਉੱਤੇ ਖਾਏ ਨਹੀਂ, ਉਹਨੇ ਖੱਬੇ ਸੱਜੇ ਦੇਖਿਆ, ਸ਼ੈਤਾਨ ਦੇਖ ਰਿਹਾ ਸੀ ਕਿ ਆਖਰ ਬੰਦਾ ਥੱਕ ਚੁੱਕਾ ਹੈ, ਇਹ ਇੰਨਾ ਸਮਾਂ ਧੋਪੇ ਨਹੀਂ ਹੈ, ਜਦੋਂ ਇਹਨੂੰ ਭੁੱਖ ਲੱਗੇਗੀ ਇਹ ਅੰਦਰੋਂ ਵਿਚਲਿਤ ਹੋਵੇਗਾ, ਅੰਦਰੋਂ ਬੋਲ ਕਬੂਲ ਕਰੇਗਾ, ਕੁਛ ਨਾ ਕੁਛ ਇਹ ਬੋਲੇਗਾ। ਉਸ ਵਕਤ ਉਹਨੇ ਕੀ ਕੀਤਾ ਜੀ, ਇਹ ਰੋਟੀ ਮਿਲੀ ਨਹੀਂ, ਉਹ ਬੜਾ ਬੰਦਾ ਸਬਰ ਵਾਲਾ ਸੀ, ਉਹਨੇ ਕੀ ਕੀਤਾ ਜੀ, ਕੋਲ ਪਾਣੀ ਵਗਦਾ ਸੀ ਨਿਰਮਲ, ਉੱਥੇ ਗਿਆ ਜੀ, ਉਹਨੇ 5-7 ਬੁੱਕ ਭਰ ਕੇ ਪਾਣੀ ਦੇ ਪੀਤੇ, ਰੁੱਖ ਦੀ ਛਾਵੇਂ ਬਹਿ ਗਿਆ। ਉਹਦੇ ਮਨ 'ਚ ਆਇਆ ਚਲੋ ਪਤਾ ਨਹੀਂ ਘਰੋਂ ਨਾ ਭੁੱਲ ਗਿਆ ਹੋਵਾਂ, ਪਰ ਇਹ ਵੀ ਕਹਿੰਦਾ ਮੈਂ ਰੱਖੀ, ਆਰਾਮ ਨਾਲ ਰੁੱਖ ਥੱਲੇ ਬੈਠਾ। ਉਦੋਂ ਬਾਅਦ ਜਦੋਂ ਸੂਰਜ ਢਲਿਆ ਉਹਨੇ ਦੁਬਾਰਾ ਹਲ ਜੋੜ ਲਿਆ, ਕਈ ਵਾਰੀ ਦੋ ਵਾਰੀ ਹਲ ਜੋਂਦੇ ਸਨ। ਜਿਹੜਾ ਅਬਲੀਸ ਹੈ ਉਸਨੇ ਸ਼ੈਤਾਨ ਨੂੰ ਕਿਹਾ ਆਪਣੇ ਤੋਂ ਛੋਟੇ ਨੂੰ,
ਕਹਿੰਦਾ ਤੂੰ ਤਾਂ ਕਹਿੰਦਾ ਸੀ ਬੰਦੇ ਨੂੰ ਮੈਂ ਕਿਰਾਏ ਪਾ ਸਕਣਾ, ਪਰ ਤੇਰੇ ਤੋਂ ਕੁਛ ਨਹੀਂ ਬਣਿਆ, ਤੇ ਜੇ ਤੂੰ ਇਹਨੂੰ ਕਿਰਾਏ ਨਾ ਪਾਇਆ ਤੇ ਤੈਨੂੰ ਹੋਲੀ ਵਾਟਰ ਦੇ ਵਿੱਚ ਨਵਾ ਦੇਣਾ ਹੈ, ਕਿਉਂਕਿ ਸ਼ੈਤਾਨ ਨੂੰ ਤੈਨੂੰ ਪਵਿੱਤਰ ਪਾਣੀ 'ਚ ਨਵਾਵਾਂਗਾ। ਉਹਨੇ ਕਿਹਾ ਜੀ ਮੈਨੂੰ ਇੱਕ ਮੌਕਾ ਹੋਰ ਦਿਓ। ਇਹ ਫਿਰ ਸ਼ੈਤਾਨ ਨੇ ਕੀ ਕੀਤਾ, ਇਹ ਉਸ ਕਿਸਾਨ ਦੇ ਕੋਲ ਨੌਕਰ ਬਣ ਕੇ ਚਲਾ ਗਿਆ। ਕਹਿੰਦਾ ਜੀ ਮੈਨੂੰ ਕੰਮ 'ਤੇ ਰੱਖ ਲਓਗੇ, ਮੈਂ ਸਿਰਫ ਰੋਟੀ ਪਾਣੀ ਲੈਣਾ, ਕੋਈ ਕੱਪੜਾ ਦੇ ਦਿਓ, ਮੈਂ ਤੁਹਾਡਾ ਸਬਰ ਸੰਤੋਖ ਵੇਖ ਕੇ, ਤੁਹਾਡੇ ਗੁਣ ਦੇਖ ਕੇ ਤੁਹਾਡੇ ਨਾਲ ਨੌਕਰੀ ਕਰਨੀ ਚਾਹੁੰਦਾ। ਉਹਨੇ ਜੀ ਨੌਕਰ ਰੱਖ ਲਿਆ। ਉਸ ਸ਼ੈਤਾਨ ਨੇ ਕਿਹਾ ਕਿਸਾਨ ਨੂੰ ਵੀ ਐਦਕੀ ਨਾ ਆਪਾਂ ਫਸਲ ਜਿਹੜੀ ਹੈ ਇਹ ਸਾਰੀ ਮੈਰਾ ਪੈਲੀ 'ਚ ਕਣਕ ਬੀਜਣੀ ਹੈ। ਮੈਰਾ ਆਪਾਂ ਸਮਝਦੇ ਹਾਂ ਨਾ ਉੱਚੀ ਪੈਲੀ, ਕਿ ਜਿਹੜੀ ਮੈਰਾ ਪੈਲੀ ਹੈ ਨਾ ਉੱਚੀ ਕਣਕ ਉਹਦੇ 'ਚ ਬੀਜਣੀ ਹੈ। ਉਹਨੇ ਕਿਹਾ ਨੌਕਰ ਬੜਾ ਚੰਗਾ ਹੈ, ਸੂਝਵਾਨ, ਇਹਦੀ ਮੰਨ ਲਈਏ। ਉਹਨੇ ਮੈਰੀ ਪੈਲੀ ਵਿੱਚ ਜਿਹੜੀ ਉੱਚੀ ਪੈਲੀ ਸੀ ਜੀ ਉਹਦੇ ਵਿੱਚ ਕਣਕ 'ਚ ਬੀਜੀ, ਕਣਕ ਨਿਕਲੀ ਬੜੀ ਜ਼ਿਆਦਾ, ਮੀਂਹ ਪਏ ਉਸ ਸਾਲ ਬੜੇ, ਜਿੰਨੀ ਨਿਵਾਣ ਪੈਲੀ ਸੀ ਸਾਰੀ ਡੁੱਬ ਗਈ, ਨੀਵੀਆਂ ਫਸਲਾਂ ਗਲ ਗਈਆਂ, ਡੁੱਬ ਗਈਆਂ। ਇਹਨੇ ਕਿਹਾ ਸੀ ਨਾ ਨਾ ਨੀਵੀਂ ਨਹੀਂ ਬੁੱਝਣੀ, ਨਿਆਈ ਨਹੀਂ ਉੱਚੀ ਮਹਿਰਾ ਪੈਲੀ। ਇੰਨਾ ਬੋਲ ਵੱਜਾ ਅਤੇ ਉਹਨੂੰ ਭਰੋਸਾ ਹੋ ਗਿਆ ਵੀ ਨੌਕਰ ਬੜਾ ਚੰਗਾ ਹੈ। ਅਗਲਾ ਸਾਲ ਆਇਆ, ਉਹਨੇ ਕਿਹਾ ਮਾਲਕ ਨੂੰ ਇੱਕ ਕੰਮ ਕਰੀਏ, ਆਪਾਂ ਐਤਕੀ ਆਪਾਂ ਮਹਿਰਾ ਪੈਲੀ 'ਚ ਬੀਜ ਨਹੀਂ ਬੀਜਣਾ, ਐਤਕੀ ਨੀਵੀਂ 'ਚ ਬੀਜਣਾ। ਉਹਨੂੰ ਭਰੋਸਾ ਹੋ ਗਿਆ। ਉਹਨੇ ਕਿਹਾ ਜੀ ਬਿਲਕੁਲ ਠੀਕ, ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਵਾਂ ਕਿ ਪੈਸਾ ਤਾਕਤ ਜਦੋਂ ਆਉਂਦੀ ਹੈ ਉਦੋਂ ਚੁਗਿਰਦਾ ਉਹੋ ਜਿਹਾ ਲੋਕਾਂ ਦਾ ਬਣ ਜਾਂਦਾ ਜਿਹੜੇ ਬੰਦੇ ਦੀ ਬੁੱਧੀ ਨੂੰ ਗਾਲ ਕੇ ਰੱਖ ਦਿੰਦੇ ਆ। ਉਹ ਕਹਿੰਦੇ ਬੰਦਿਆ ਤੇਰੇ ਪੈਸੇ ਕਾਹਦਾ ਹੈ, ਜੇ ਇਹ ਸਾਰੇ ਸਨ ਫਰਾਂਸਿਸਕੋ ਪਤਾ ਨਾ ਲੱਗਾ ਸਰਦਾਰ ਜੀ ਨੇ ਮੇਲਾ ਨਹੀਂ ਕਰਾਇਆ ਸੱਚੀ ਹੈ। ਅਤੇ ਜੇ ਆਹ ਬੰਦੇ ਭੰਗੜੇ 'ਚ ਨਾ ਆਉਂਦੇ ਆ, ਗਾਇਕ ਨਾ ਆਉਂਦਾ, ਮੈਂ ਪਿੱਛੇ ਜੇ ਗਿਆ ਜੀ, ਗੁੱਸਾ ਨਾ ਕਰਿਓ, ਇੱਥੇ ਮੈਂ ਇਹ ਨਹੀਂ ਕਹਿ ਰਿਹਾ, ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੇ, ਰਾਗੀ ਸਾਹਿਬ ਨੇ ਤੁਹਾਡੀ ਨਹੀਂ ਗੱਲ ਕਰ ਰਿਹਾ, ਮੈਂ ਇੱਥੋਂ ਤੱਕ ਦੇਖਿਆ ਝਿੜਕਾਂ ਖਾਂਦੇ ਹੋਏ, ਕਮਰੇ ਕੋਈ ਨਹੀਂ ਰਹਿਣ ਵਾਸਤੇ। ਮੈਂ ਇੱਕ ਜਗ੍ਹਾ ਗਿਆ, ਉਹ ਕਹਿਣ ਲੱਗੇ ਭਾਈ ਚਲੋ ਗੱਲਾਂ ਕਰ, ਗਾਇਕ ਆਇਆ ਸੀ ਜੀ, 3 ਘੰਟੇ ਲਾ ਗਿਆ, $32,000 ਦੇ ਦਿੱਤਾ ਜੀ ਅਸਾਂ, $32,000। ਮੈਂ ਅੱਜ ਉਹ ਬੇਨਤੀ ਕਰਨ ਲੱਗਾ, ਉਹ ਸਾਰਾ ਵਰਤਾਰਾ ਕਿਵੇਂ ਵਰਤਦਾ ਭਾਈ ਸਾਹਿਬ? ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਦੁਕਾਨ ਇੱਕੋ ਹੀ ਹੈ, ਉਸੇ ਦੁਕਾਨ ਤੋਂ ਸੁਹਾਗਣ ਨੂੰ ਜਦੋਂ ਵਿਆਹ ਕੀਤਾ ਜਾਂਦਾ ਸ਼ਿੰਗਾਰ ਉਹਦਾ ਲੈ ਕੇ ਆਉਂਦੇ ਹਾਂ। ਹਾਂਜੀ, ਉਹਦੀਆਂ ਵੰਗ, ਮੈਂ ਇਹਨੂੰ ਫਿਰ ਬੇਨਤੀ ਕਰਾਂ, ਇਹਨੂੰ ਅੰਮ੍ਰਿਤ ਸੰਚਾਰ ਨਾਲ ਅਰਥ ਨਾ ਕਰਿਓ, ਵੰਗਾਂ ਦਾ, ਉਹਦੇ ਰੰਗ ਰੋਗਣ ਦਾ, ਉਹਦੇ ਗਹਿਣਿਆਂ ਦਾ, ਇਹ ਉਦਾਹਰਣ ਦਾ ਇੱਕ ਪੱਖ ਲਈਦਾ ਹੁੰਦਾ ਜੀ। ਉਹ ਕਹਿੰਦੇ ਨੇ ਉਹੀ ਦੁਕਾਨ ਹੈ ਜਿੱਥੋਂ ਬੱਚੀ ਨੇ ਸੁਹਾਗਣ ਬਣਨਾ, ਉਹਦਾ ਜੋੜਾ ਖਰੀਦਿਆ ਗਿਆ, ਉਹਦਾ ਚੂੜਾ ਖਰੀਦਿਆ ਗਿਆ, ਉਹਦੇ ਗਹਿਣੇ ਖਰੀਦੇ ਗਏ। ਯਾਦ ਰੱਖਿਓ, ਉਹਨੇ ਵੀ ਆਪਣੇ ਤਨ 'ਤੇ ਸ਼ਿੰਗਾਰ ਦਾ ਸਮਾਨ ਉੱਥੋਂ ਹੀ ਖਰੀਦਿਆ, ਇੱਕ ਵੇਸ਼ਵਾ ਨਾਚੀ ਵੀ ਤਾਂ ਉੱਥੋਂ ਖਰੀਦ ਕੇ ਲਿਆਉਂਦੀ ਪਈ ਹੈ, ਪਰ ਦੋਨਾਂ ਦੀ ਵਰਤੋਂ ਵਿੱਚ ਫਰਕ ਹੈ। ਕਹਿੰਦੇ ਨੇ ਮਾਇਆ ਤਾਂ ਇੱਕ ਦੁਕਾਨ ਦੀ ਤਰ੍ਹਾਂ ਹੈ, ਗੁਰਮੁਖ ਦੀ ਵਰਤੋਂ ਇਸ ਤਰ੍ਹਾਂ ਜਿਵੇਂ ਸੁਹਾਗਣ ਦਾ ਸ਼ਿੰਗਾਰ ਹੈ, ਅਤੇ ਮਨਮੁਖ ਦੀ ਵਰਤੋਂ ਇਸ ਤਰ੍ਹਾਂ ਖਿਮਾ ਕਰ ਦਿਓ ਕਿ ਜਿਵੇਂ ਇੱਕ ਵੈਸ਼ਿਆ ਦਾ ਸ਼ਿੰਗਾਰ ਹੈ। ਮੈਂ ਲਫ਼ਜ਼ ਸਖਤ ਬੋਲ ਦਿੱਤੇ, ਪਰ ਭਾਈ ਸਾਹਿਬ ਨੇ ਆਪਣੀ ਰਚਨਾ 'ਚ ਕਿਹਾ ਇਸ ਤਰ੍ਹਾਂ ਹੈ। ਉਹਨੇ ਸ਼ਬਦ ਕਹਿ ਦਿੱਤਾ ਜੀ ਆਪਾਂ ਨਿਵਾਣ ਵਾਲੀ ਪੈਲੀ 'ਚ ਬੀਜ ਬੀਜਣਾ। ਉਹਨੇ ਕਿਹਾ ਠੀਕ ਹੈ। ਉਹ ਪੈਲੀ 'ਚ ਬੀਜ ਬੀਜਿਆ ਜੀ, ਉਸ ਸਾਲ ਮੀਂਹ ਕੋਈ ਨਹੀਂ ਪਏ, ਉੱਚੀਆਂ ਵਾਲੇ ਸੁੱਕ ਗਏ, ਨੀਵੀਆਂ ਵਾਲੇ ਦੀ ਫਸਲ ਬੜੀ। ਤਾਸਤਾ ਲਿਖਦਾ ਵੀ ਜਦੋਂ 2 ਸਾਲਾਂ 'ਚ ਪੈਸਾ ਵੀ ਆਇਆ, ਫਸਲ ਵੀ ਭਰਵੀਂ, ਅਤੇ ਇੱਕ ਦਿਨ ਸ਼ੈਤਾਨ ਘਰ ਬੈਠਾ ਸੀ ਇਹਨਾਂ ਦੋਵਾਂ ਜੀਆਂ ਦੇ ਕੋਲ, ਕਹਿੰਦਾ ਮੇਰੀ ਇੱਕ ਸਲਾਹ ਮੰਨੋਗੇ? ਕਹਿੰਦਾ ਦੱਸੋ।
ਕਹਿੰਦਾ ਪੈਸਾ ਵੀ ਬੜਾ ਆ ਗਿਆ, ਅਨਾਜ ਵੀ ਬੜਾ ਆ ਗਿਆ, ਪਰ ਕੀ ਕਰੋਗੇ ਪੈਸਾ ਘਰ ਰੱਖ ਕੇ ਜੇ ਰਿਸ਼ਤੇਦਾਰਾਂ ਨੂੰ ਪਤਾ ਨਾ ਲੱਗਾ ਸਾਡੇ ਕੋਲ ਇੰਨਾ ਕੁਝ ਕਹਿ। ਹਾਂਜੀ, ਤੁਹਾਡਾ ਕਾਹਦਾ ਪੈਸਾ, ਕਿਸੇ ਨੂੰ ਪਤਾ ਥੋੜ੍ਹਾ, ਇਹ ਪਤਾ ਲੱਗਣਾ ਚਾਹੀਦਾ ਤੁਹਾਡੇ ਪੱਲੇ ਕੁਝ ਹੈ। ਉਹ ਕਹਿਣ ਲੱਗੇ ਫਿਰ ਕਰੀਏ ਕੀ ਪਤਾ ਲੱਗਣ ਲਈ, ਉਹ ਕਹਿੰਦਾ ਪਾਰਟੀ ਕਰੋ। ਉਹ ਕਹਿੰਦਾ ਪਾਰਟੀ 'ਚ ਕਹਿੰਦਾ ਵੀ ਮਾਸ ਮੂਸ ਦਿਓ, ਸ਼ਰਾਬ ਦਿਓ ਰੱਜ ਕੇ। ਉਹਨੇ ਕਿਹਾ ਵੀ ਇਹ ਕੰਮ, ਉਹ ਸ਼ੈਤਾਨ ਬੋਲਿਆ, ਕਹਿਣ ਲੱਗਾ ਫਿਰ ਇੰਨਾ ਕੁਝ ਕਮਾਈ ਕਾਹਦੇ ਲਈ ਬੈਠਾ, ਗੁਆਂਢੀ ਨੂੰ ਪਤਾ ਤੇਰੇ ਪੱਲੇ ਕੀ ਹੈ, ਘੱਟੋ ਘੱਟ ਤੇਰਾ ਪਤਾ ਪੂਰੇ ਰਿਸ਼ਤੇਦਾਰਾਂ ਵਿੱਚ, ਸਮਾਜ ਵਿੱਚ, ਪਿੰਡ ਵਿੱਚ ਪਤਾ ਹੋਵੇ, ਤੂੰ ਇੰਨਾ ਕੁਝ ਕੀਤਾ। ਉਹਦੀ ਮੰਨ ਕੇ ਸ਼ੈਤਾਨ ਦੀ, ਪਹਿਲਾਂ ਸ਼ੈਤਾਨ ਨੇ ਚੰਗੇ ਰਾਹ ਪਾਇਆ, ਅਖੀਰ 'ਚ ਉਹਨਾਂ ਮੰਨ ਕੇ ਜੀ ਪਾਰਟੀ ਰੱਖ ਲਈ। ਟਾਲਸਟਾਏ ਲਿਖਦਾ ਜੀ, ਸੱਦੇ ਪੱਤਰ ਦੇ ਦਿੱਤੇ, ਰਿਸ਼ਤੇਦਾਰ ਹੁਮਾ ਹੁਮਾ ਆ ਕੇ ਪੁੱਜੇ, ਅਤੇ ਸੱਚੀ ਮੁੱਚੀ ਜਦੋਂ ਪੈਸਾ ਹੁੰਦਾ ਹੈ ਨਾ, ਉਦੋਂ ਦੂਰ ਦੀ ਕਿਤੇ ਜਿਹੜੀ ਪੀੜ੍ਹੀ 15-20 ਪੀੜ੍ਹੀਆਂ ਪਿੱਛੋਂ ਹੁੰਦੀ, ਉਹ ਵੀ ਰਿਸ਼ਤੇ ਬਣਾ ਲੈਂਦੀ ਹੈ। ਜਿੱਦਣ ਪਿਆਰੇ ਦੁੱਖ ਹੁੰਦਾ ਨਾ, ਉੱਦਣ ਸੱਕੇ ਮਾਂ ਜਾਏ ਭਰਾ ਵੀ ਬੂਹੇ ਬੰਦ ਕਰ ਦਿੰਦੇ ਆ। ਇਹ ਗੁਰਬਾਣੀ ਦਾ ਤੱਤ ਹੈ, ਪਰ ਪਤਾ ਉਦੋਂ ਲੱਗਦਾ ਜਦੋਂ ਆਪਣੇ ਨਾਲ ਵਾਪਰਦਾ। ਪਹਿਲਾਂ ਤਾਂ ਬੰਦਾ ਪੜ੍ਹਦਾ ਰਹਿੰਦਾ, ਸੁਖਮੈਂ ਆਨ ਬਹੁਤ ਮਿੰਟ ਬੈਠ ਰਹੁਤ ਰਹਿਤ ਚਹੁ ਦਿਸਕੇ ਰਹਿ, ਪਰ ਅਸਲੀਅਤ ਉਦੋਂ ਪਤਾ ਲੱਗਦੀ ਹੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਜਦੋਂ ਮੁਸੀਬਤ ਆ ਗਈ, ਉਦੋਂ ਕੋਈ ਨੇੜੇ ਨਾ ਆਇਆ। ਉਹਨੇ ਜੀ ਸਾਰੇ ਸੱਦ ਲਏ, ਸਾਰੇ ਇਕੱਠੇ ਹੋ ਕੇ ਹੋਮਾ ਪਾ ਕੇ ਪੁੱਜ ਗਏ। ਉਹਨੇ ਸ਼ੈਤਾਨ ਨੇ ਕਿਹਾ, ਗੱਲ ਹੋਰ ਕਰ, ਸਰਬ ਜੋ ਕੁਝ ਕਰਨਾ ਤੇਰੀ ਘਰ ਵਾਲੀ ਖਰੇ। ਆਉਂਦਾ ਕਿਉਂ? ਕਹਿੰਦਾ ਆਖਰ ਏਡੇ ਸੋਨੇ ਦੀਆਂ ਚੂੜੀਆਂ ਪਾਈਆਂ, ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਜਦੋਂ ਸਭ ਕੁਝ ਵੰਡੇਗੀ। ਮੈਂ ਵਾਹਿਗੁਰੂ ਗੁਰੂ ਘਰ ਬੈਠਾ ਬੇਨਤੀ ਕਰ ਰਿਹਾ, ਸਮਾਜ ਦੀ ਉਹਨੇ ਦਸ਼ਾ ਕਹੀ। ਉਹਨੇ ਕਿਹਾ ਜੀ ਬਿਲਕੁਲ, ਉਹ ਜੀ ਵੰਡਣ ਲੱਗ ਪਈ, ਲੋਕ ਪੀਣ ਖਾਣ ਲੱਗ ਪਏ, ਅਚਨਚੇਤ ਉਹਦੇ ਵੰਡਦਿਆਂ ਸਰਵ ਕਰਦਿਆਂ ਉਹਦੇ ਪੈਰ ਨੂੰ ਮੇਜ਼ ਨਾਲ ਕੇ ਕੁਰਸੀ ਨਾਲ ਪੈਰ ਡਿੱਗ ਅੜਿਆ, ਉਹ ਡਿੱਗ ਪਈ, ਭਾਂਡਾ ਡਿੱਗ ਪਿਆ, ਉਹ ਥੱਲੇ ਇੱਕੋਦਮ ਕਿਸੇ ਦੇ ਕੱਪੜੇ 'ਤੇ ਪੈ ਗਿਆ ਜੋ ਕੁਝ ਵੰਡ ਰਹੀ ਸੀ। ਉਸ ਕਿਸਾਨ ਨੂੰ ਨਸ਼ੇ 'ਚ ਗੁੱਟ ਹੋਇਆ ਸੀ, ਉਹਨੇ ਪੈਂਦਿਆਂ ਸਾਰ ਘਰ ਵਾਲੇ ਨੂੰ ਚਪੇੜਾਂ ਮਾਰਨੀਆਂ ਸ਼ੁਰੂ ਕਰਤੀਆਂ, ਕਲੇਸ਼ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਉਹ ਆਪ ਵਰਤਾਉਂਦਾ, ਸੱਚ ਇਹ ਵੀ ਉੱਥੇ ਇੰਨਾ ਕਲੇਸ਼ ਪਿਆ, ਇੱਕ ਦੂਜੇ ਦੇ ਜੁੰਡੋ ਜੁੰਡੀ ਹੋ ਗਿਆ, ਮਾਰਨ ਕੁੱਟਣ ਲੱਗ ਪਏ, ਗਾਲੀ ਗਲੋਚ ਕਰ ਲਾ ਪਏ। ਅਖੀਰ 'ਤੇ ਅੱਧੀ ਰਾਤ ਤੱਕ ਜਿਹੜੇ ਅੱਧੇ ਨੇੜੇ ਤਨ ਉਹਨਾਂ ਨੂੰ ਵਿਦਿਆ ਕਰਨ ਗਿਆ ਲੜਖੜਾਉਂਦਾ, ਜਦੋਂ ਵਾਪਸ ਆਇਆ ਤਾਂ ਨਾਲੀ ਦੇ ਵਿੱਚ ਡਿੱਗਾ ਹੋਇਆ ਮੂੰਹ ਸਾਰਾ ਗੰਦੇ ਪਾਣੀ ਨਾਲ ਭਰਿਆ। ਸ਼ੈਤਾਨ ਨੇ ਜਾਂਦਿਆਂ ਦੇ ਕੇ ਥਾਪੜਾ ਕਿਹਾ, ਬਸ ਮੇਰਾ ਕੰਮ ਇੰਨਾ ਹੀ ਸੀ, ਜਿੱਥੇ ਤੈਨੂੰ ਪਹੁੰਚਾਉਣਾ ਸੀ ਮੈਂ ਪਹੁੰਚਾ ਦਿੱਤਾ। ਕਹਾਣੀ ਇੱਥੇ ਮੁੱਕ ਜਾਂਦੀ ਹੈ, ਪਰ ਗੁਰਮੁਖੋ ਯਾਦ ਰੱਖਿਓ, ਇਕੱਲੀ ਉਹ ਕਹਾਣੀ ਨੇ, ਉਹਨੇ ਸੱਚੀ ਮੁੱਚੀ ਇਨਸਾਨ ਦਾ ਅੰਦਰ ਪ੍ਰਗਟ ਕਰ ਦਿੱਤਾ। ਪਹਿਲਾਂ ਮਨ ਕਹਿੰਦਾ ਨਹੀਂ ਮਨਾ, ਇੱਕ ਵਕਤ ਦੀ ਰੋਟੀ ਮਿਲ ਜਾਏ ਸੱਚੀ, ਜੇ ਬਸ ਇੱਕ ਨਿੱਕਾ ਜਿਹਾ ਘਰ ਬਣ ਜਾਏ, ਉਦੋਂ ਬਾਅਦ ਠੀਕ ਹੈ, ਕੁਛ ਨਹੀਂ ਚਾਹੀਦਾ। ਪਰ ਇਨਸਾਨ ਦੀ ਫਿਤਰਤ ਹੈ, ਮੈਂ ਆਪ ਜੀ ਨੂੰ ਕੇਵਲ ਕਹਿ ਰਿਹਾ, ਆਪਣੇ ਆਪ ਵਿੱਚ ਜੋ ਕੁਛ ਮਿਲ ਜਾਂਦਾ ਹੈ ਉਹ ਚੇਤੇ 'ਚ ਨਹੀਂ ਰਹਿੰਦਾ, ਜੋ ਦੂਜੇ ਕੋਲ ਹੈ ਉਹਦਾ ਚਿਤਵਨ ਸ਼ੁਰੂ ਹੋ ਜਾਂਦਾ ਹੈ। ਫਿਰ ਬੇਨਤੀ, 10 ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬੇਖੋਟ ਗਵਾਵੇ, ਏਕ ਪੀ ਨਾ ਦੇ 10 ਪੀ, ਹਿਰਲੇ ਤੋ ਮੂੜਾ ਕਹੋ ਕਹਾਂ ਕਰੇ। ਉਹ ਜਿਹੜੀ ਚੀਜ਼ ਨਹੀਂ ਮਿਲੀ ਉਹਦੇ ਲਈ ਤਰਲੋ ਮੱਛੀ ਹੋ ਰਿਹਾ, ਹਾਏ ਮੈਨੂੰ ਮਿਲਣੀ ਚਾਹੀਦੀ ਹੈ। ਅਤੇ ਪਿਆਰਿਓ, ਜਿੱਦਣ ਉਹ ਮਿਲ ਗਈ ਅਤੇ ਜਿਹਦੇ ਕੋਲ ਸੀ ਉਹਦੇ ਬਰਾਬਰ ਹੋ ਗਏ, ਯਾਦ ਰੱਖਿਓ ਬਰਾਬਰਤਾ ਤੋਂ ਬਿਨਾਂ ਆਪਣੇ ਤੋਂ ਵੱਡਾ ਫਿਰ ਨਜ਼ਰ ਪੈਣ ਲੱਗ ਪੈਂਦਾ।
ਫਿਰ ਬੰਦਾ ਉੱਧਰ ਭੱਜਦਾ, ਉਹਦੇ ਬਰਾਬਰ ਹੋਣਾ, ਅਤੇ ਜਿੱਦਣ ਉਹਦੇ ਬਰਾਬਰ ਹੋ ਜਾਏ ਉਦੋਂ ਵੱਡਾ ਕੋਈ ਹੋਰ ਟੱਕਰ ਜਾਂਦਾ, ਕੰਪੀਟੀਸ਼ਨ ਕਿਤੇ ਰੁਕਦਾ ਜੀ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਨੇ ਤੀਜਾ ਪੈਰ ਹੈ ਅੰਦਰ ਚਿੰਤਨ, ਸਿਰਫ ਮਾਇਆ ਦਾ ਅਤੇ ਜਵਾਨੀ ਦਾ ਚੱਲਦਾ ਪਿਆ। ਇਹਨੂੰ ਇਉਂ ਕਹਿ ਲਓ, ਇੱਕ ਜਿਹੜਾ ਸਤਿਗੁਰਾਂ ਦਾ ਸ਼ਲੋਕ ਹੈ, ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ। ਇਹ ਭਾਵੇਂ ਅੰਦਰ ਦੀ ਵਿਆਖਿਆ ਹੀ ਹੈ ਕਿ ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੈ ਵਿਚਾਰ, ਅੰਧੀ ਰਈਅਤ ਗਿਆਨ ਵੀ ਖੋਣੀ। ਉਂਝ ਗੁਰਮੁਖ ਵਿਦਵਾਨਾਂ ਨੇ ਅਰਥ ਇਹ ਇੱਥੇ ਕਿਸੇ ਬੰਦੇ ਦਾ ਨਾਂ ਤਾਂ ਲਿਆ ਹੀ ਨਹੀਂ, ਰੁਤਬਿਆਂ ਦਾ ਨਾਂ ਲਿਆ ਹੈ। ਲੱਭ ਪਾਪ ਦੋ ਰਾਜਾ ਮਹਿਤਾ, ਇੱਕ ਲਾਲਚ ਅਤੇ ਦੂਜਾ ਪਾਪ, ਕਿਉਂਕਿ ਲਾਲਚ ਅਤੇ ਪਾਪ ਦੀ ਆਪਣੀ ਸਾਂਝੇਦਾਰੀ ਹੈ, ਇਹਨਾਂ ਦਾ ਬਿਜ਼ਨਸ ਇਕੱਠਾ ਸੀ ਇਉਂ ਕਹਿ ਲਓ। ਕਿਉਂਕਿ ਲਾਲਚ ਤੋਂ ਬਿਨਾਂ ਪਾਪ ਨਹੀਂ ਹੁੰਦਾ ਅਤੇ ਪਾਪ ਤੋਂ ਬਿਨਾਂ ਲਾਲਚ ਦੀ ਪੂਰਤੀ ਨਹੀਂ ਹੁੰਦੀ। ਇਹ ਦੋਨੋਂ ਮਹਾਰਾਜ ਕਹਿੰਦੇ ਇਕੱਠੇ ਰਹਿੰਦੇ ਨੇ ਜਿੱਥੇ ਰਹਿੰਦੇ। ਲੱਭ ਪਾਪ ਦੋ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਇੱਥੇ ਫਿਰ ਜਾਂ ਝੂਠ ਹੈ ਕੂੜ ਹੈ ਉਹ ਸਿਕਦਾਰ ਬਣ ਜਾਂਦਾ, ਕਾਮ ਨੇਬ ਜਿਹੜੀ ਵਾਸ਼ਨਾ ਹੈ ਉਹ ਸਲਾਹਕਾਰ ਬਣ ਜਾਂਦੀ ਹੈ। ਕਾਮ ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੈ ਵਿਚਾਰ, ਅੰਧੀ ਰਈਅਤ ਗਿਆਨ ਵੀ ਕੋਣੀ। ਆ ਮੈਂ ਇਹਦੇ ਅਰਥ ਕਰਾਂਗਾ, ਰਈਅਤ ਦਾ ਅਰਥ ਪਰਜਾ ਕਰਾਂਗੇ ਨਾ, ਅੰਦਰ ਕਾਮ ਹੈ ਅੰਦਰ ਲਾਲਚ ਹੈ ਅੰਦਰ ਪਾਪ ਹੈ, ਕਿਹੜੀ ਪਰਜਾ ਅੰਨੀ ਹੋ ਗਈ। ਆਹ ਜਿਹੜੇ ਰੱਬ ਨੇ ਇੰਦਰੇ ਦਿੱਤੇ ਸਨ ਨਾ, ਇਹ ਸਾਰੇ ਦੇ ਸਾਰੇ ਇੰਦਰੇ ਅੰਨੇ ਹੋ ਗਏ, ਨੇਤਰ ਬਾਣੀ ਨਹੀਂ ਦੇਖਦੇ, ਕੰਨ ਬਾਣੀ ਨਹੀਂ ਸੁਣਦੇ, ਜੀਵ ਨਹੀਂ ਸੁਣਦੀ, ਸਾਰੀ ਦੀ ਸਾਈਰ ਸਾਰੀ ਰਈਅਤ ਸਾਰੀ ਪਰਜਾ ਸਰੀਰ ਦੀ ਅੰਨੀ ਹੋ ਚੁੱਕੀ। ਸਤਿਗੁਰਾਂ ਨੇ ਬਾਣੀ 'ਚ ਕਿਹਾ ਕਿ ਫਿਰ ਮੈਂ ਅਰਜ਼ ਕਰਾਂਗਾ, ਉਹ ਜੋਬਨ ਜਿਹੜਾ ਸਿਮਰਨ ਵਾਲੇ ਪਾਸੇ ਜੁੜ ਪਿਆ, ਉਹਨੂੰ ਥੋੜ੍ਹਾ ਜਿਹਾ ਹੋਰ ਬਚਨ ਸਤਿਗੁਰੂ ਅਹਿਮਨਾਬਾਦ ਗਏ। ਮੈਂ ਜਿਹੜੀ ਆਪ ਨੂੰ ਅਰਜ਼ ਕਰਨ ਲੱਗਾ, ਤੀਜਾ ਪੈਰ ਹੈ ਰੈਣਕੈ ਵਣ ਜਾਰਿਆ ਮਿੱਤਰਾ ਧਨ ਜੋਬਨ ਸਿਉਂ ਚਿੱਤ। ਮਹਾਰਾਜ ਜੀ ਗਏ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਿਲਕਦੇ ਹੋਏ ਲੋਕ ਦੇਖੇ, ਆਪਣੀ ਰਸਨਾ ਤੋਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ। ਸਾਰੇ ਅਸੀਂ ਸਤਿਗੁਰਾਂ ਦੇ ਬਚਨ ਪੜ੍ਹਨੇ, ਅਤੇ ਇਹ ਵੀ ਸੱਚ ਹੈ, ਇਤਿਹਾਸਕਾਰ ਕੂਕ ਕੂਕ ਕੇ ਕਹਿੰਦੇ ਆ ਕਿ ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਵਿੱਚ ਆਪਣੀ ਬਾਣੀ ਵਿੱਚ ਕਹੇ ਆ, ਕਿਸੇ ਵੀ ਇਤਿਹਾਸਕਾਰ ਨੇ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੀ ਨਹੀਂ। ਫਿਰ ਅਰਜ਼ ਹੈ, ਅਸੀਂ ਆਮ ਤੌਰ 'ਤੇ ਮੈਂ ਕਹਿੰਦਾ ਸੀ ਸ਼ਬਦ ਵਰਤਦੇ ਹਾਂ, ਬਾਬਰ ਨੂੰ ਕਿਹਾ ਜਾਬਰ, ਬਾਬਰ ਨੂੰ ਕਿਹਾ ਜਾਬਰ, ਜਾਂ ਜਨਮ ਸਾਖੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਕਹਿ ਨਾਨਕ ਸੁਣ ਬਾਬਰ ਮੀਰ ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਪਰ ਪਿਆਰਿਓ, ਇਕੱਲਾ ਜਾਬਰ ਨਹੀਂ ਕਿਹਾ, ਇਹ ਸ਼ਬਦਾਵਲੀ ਜਦੋਂ ਅਸੀਂ ਪੜ੍ਹਦੇ ਹਾਂ ਸਾਰੀ, ਪਾਪ ਦੀ ਜੰਜ ਦਾ ਲਾੜਾ ਕਿਹਾ ਹੈ, ਔਰਤਾਂ ਦਾ ਦਾਨ ਮੰਗਦਾ ਹੈ, ਆਮ ਤੌਰ 'ਤੇ ਸੁਹਾਗ ਪਾਇਆ ਜਾਂਦਾ ਚੀਰ ਦੇ ਵਿੱਚ, ਬਾਬਰ ਆਇਆ ਸੱਚੀ ਮੁੱਚੀ ਰੱਤ ਦਾ ਕੁੰਗੂ ਪਾਇਆ ਜਾਂਦਾ। ਫਿਰ ਅਰਜ਼ ਸੁਣਿਓ, ਕਿਉਂਕਿ ਜੋਰੀ ਮੰਗਿਆ ਦਾਨ ਵੇ ਲਾਲੋ ਦੇ ਅਰਥ ਆਪਾਂ ਕਰ ਰਹੇ ਹਾਂ ਧੱਕੇ ਨਾਲ, ਪਰ ਮੈਂ ਇਹ ਨਹੀਂ ਕਿ ਜੋ ਮੈਂ ਅਰਥ ਕਰ ਰਿਹਾ ਆਖਰੀ ਅਰਥ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲ ਹੂੰ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇੱਕ ਗੁਰਮੁਖ ਨੇ ਜੋਰੀ ਦਾ ਅਰਥ ਇਸਤਰੀ ਲਿੰਗ ਰੂਪ 'ਚ ਕੀਤਾ, ਜੋਰੂ ਤੋਂ ਇਸਤਰੀਆਂ ਦਾ ਦਾਨ ਮੰਗਦਾ ਪਿਆ, ਕਿਉਂਕਿ ਉਹ ਕਹਿ ਰਹੇ ਨੇ ਪ੍ਰਕਰਨ ਸਾਰਾ ਵਿਆਹ ਦਾ ਚੱਲ ਰਿਹਾ,
ਜੋਰੀ ਮੰਗੇ ਦਾਨ ਵੇ ਲਾ ਲਓ, ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ, ਪ੍ਰਧਾਨ ਵੇ ਲਾ ਲਓ ਕਾਜੀਆਂ ਬਾਹਮਣਾ ਕੀ ਗੱਲ ਥੱਕੀ। ਹੁਣ ਕਾਜੀ ਨੇ ਨਿਕਾਹ ਨਹੀਂ ਪੜ੍ਹਨਾ, ਬ੍ਰਾਹਮਣ ਨੇ ਮੰਤਰ ਵੇਦ ਮੰਤਰ ਪੜ੍ਹ ਕੇ ਫੇਰੇ ਨਹੀਂ ਕਰਾਉਣੇ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜ੍ਹੇ ਸ਼ੈਤਾਨ ਵੇ ਲਾ ਲਓ। ਮਹਾਰਾਜ ਨੇ ਸ਼ਬਦ ਵਰਤਿਆ। ਮੈਂ ਅਰਜ਼ ਕਰਾਂ, ਹੁਣ ਸਤਿਗੁਰੂ ਉੱਥੇ ਜਾਂਦੇ ਆ, ਜੋ ਇਹ ਬਚਨ ਨੇ ਇਹ ਇਸ ਦੀ ਕੋਈ ਬਰਾਬਰਤਾ ਨਹੀਂ ਕੋਈ ਕਰ ਸਕਦਾ। ਸਤਿਗੁਰੂ ਜਾਂਦੇ ਆ ਉੱਥੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚਦੇ ਆ, ਚਾਰ ਚੁਫੇਰੇ ਅਸੀਂ ਦੇਖਦੇ ਹਾਂ, ਬਹੁਤ ਜ਼ਿਆਦਾ ਉੱਥੇ ਕੱਟ ਵੱਢ ਹੋਈ ਪਈ। ਮੇਰੀ ਬੇਨਤੀ ਫਿਰ ਸੁਣਿਓ ਥੋੜ੍ਹੀ ਜੀ, ਆਪਾਂ ਕਥਾ ਕਰ ਰਹੇ ਹਾਂ। ਧੰਨ ਜੋਬਨ ਸਿਓ ਚਿੱਤ, ਤੀਜੇ ਪੈਰੇ ਰੈਣਕੈ ਵਣ ਜਾ ਰਿਹਾ ਮਿੱਤਰਾ, ਧੰਨ ਜੋਬਨ ਸਿਓ ਚਿੱਤ। ਬਾਬਰ ਨੂੰ ਕਿਹਾ ਵੀ ਇਹਨੇ ਜ਼ੁਲਮ ਕੀਤਾ, ਸੁਣਿਓ ਗੱਲ, ਇਹ ਕਿਹਾ ਵੀ ਇਹਨੇ ਧੱਕਾ ਕੀਤਾ, ਜਿਹੜਾ ਸ਼ਬਦ ਪੜ੍ਹਨੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਜੰਮ ਕਰ ਕਹਿ, ਜੰਮ ਬਣ ਕੇ ਜੰਮ ਕਰ ਮੁਗਲ ਚੜਾਇਆ। ਉਸ ਵਿੱਚ ਇੱਕ ਬਚਨ ਕਹਿ ਕਿ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ। ਰਤਨਾਂ ਵਰਗੇ ਜਿਹੜੇ ਸਰੀਰ ਨੇ ਨਾ ਜੀ, ਸੱਚੀ ਮੁੱਚੀ ਪਾੜ ਦਿੱਤੇ, ਚੀਰ ਦਿੱਤੇ। ਉੱਥੇ ਸ਼ਬਦ ਕੁੱਤੀ ਹੈ, ਕੁੱਤਿਆਂ ਨੇ। ਫਿਰ ਲਫ਼ਜ਼ ਧਿਆਨ ਨਾਲ ਸੁਣਿਓ, ਕਿਉਂਕਿ ਕਹਿਣਾ ਬਹੁਤ ਸੌਖਾ ਹੈ, ਮੈਂ ਕਹਿੰਦਾ ਉਹ ਬੰਦਾ ਜੇਤੂ ਬਣ ਕੇ ਆ ਰਿਹਾ ਹੈ, ਦਣ ਦਣਾਂ ਦਾ ਆ ਰਿਹਾ, ਉਹਦੇ ਲਈ ਸ਼ਬਦਾਵਲੀ ਉਸ ਵੇਲੇ ਵਰਤਣੀ ਕਿ ਜੰਮ ਕਰ ਮੁਗਲ ਚੜਾਇਆ, ਰਤਨ ਵਿਗਾੜ ਵਗੋਏ ਕੁੱਤੀ, ਕੁੱਤਿਆਂ ਨੇ ਰਤਨਾਂ ਵਰਗੇ ਤਨ ਪਾੜ ਦਿੱਤੇ, ਮੋਇਆ ਸਾਰ ਨਾ ਕਾਈ। ਉਹ ਕਹਿਣ ਲੱਗੇ ਇੰਨੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਨੇ, ਨਾ ਕੋਈ ਮੁਰਦਿਆਂ ਨੂੰ ਫੂਕਣ ਵਾਲਾ ਅਤੇ ਨਾ ਕੋਈ ਦਫਨਾਉਣ ਵਾਲਾ ਹੈ, ਮੋਇਆ ਸਾਰ ਨਾ ਕਾਈ, ਉਹਨਾਂ ਦੀ ਕੋਈ ਸੰਭਾਲ ਨਹੀਂ ਕਰਦਾ ਪਿਆ। ਮੈਂ ਆਪ ਨੂੰ ਬੇਨਤੀ ਕਰਾਂ, ਜਿੱਥੇ ਉਸ ਦੀ ਉਸ ਤ੍ਰਾਸਦੀ ਨੂੰ ਬਿਆਨ ਕੀਤਾ, ਉੱਥੇ ਆ ਤੀਜੇ ਪੈਰ ਦਾ ਜ਼ਿਕਰ ਗੁਰੂ ਜੀ ਨੇ ਬਾਣੀ 'ਚ ਕੀਤਾ। ਥੋੜ੍ਹਾ ਜਿਹਾ ਉਹ ਸ਼ਬਦ ਆਪ ਸਭ ਨੂੰ ਚੇਤੇ ਹੋਣਾ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ। ਯਾਦ ਰੱਖਿਓ, ਵਿਸ਼ੇ ਤੋਂ ਦੂਰ ਨਹੀਂ ਜਾਣਾ। ਤੀਜਾ ਪੈਰ ਹੈ ਰਹਿਣ ਕੈਵਣ ਜਾ ਰਿਹਾ ਮਿੱਤਰਾ, ਧੰਨ ਜੋਬਨ ਸਿਉ ਚਿੱਤ। ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ, ਗੱਲ ਵਿੱਚ ਆਵੇ ਧੂੜ। ਮਹਿਲਾਂ ਅੰਦਰ ਖੁੰਦੀਆਂ, ਹੁਣ ਬਹਿਣ ਨਾ ਮਿਲ ਹਦੂਰ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ। ਬੜੇ ਅਰਥ ਸੌਖੇ ਨੇ ਜੀ ਮਹਾਰਾਜ ਦੇ। ਚਲੋ ਫਿਰ ਵੀ, ਕਿ ਜਿਨ੍ਹਾਂ ਦੇ ਸਿਰਾਂ ਉੱਤੇ ਵਿਆਹੀਆਂ ਹੋਈਆਂ ਸੁਹਾਗਣਾਂ ਦੇ ਜ਼ਿਕਰ ਕਰ ਰਹੇ, ਜਿਨ੍ਹਾਂ ਦੇ ਸਿਰ ਦੇ ਉੱਤੇ ਕੇਸਾਂ ਦੀਆਂ ਪੱਟੀਆਂ ਸ਼ੋਭਦੀਆਂ ਸਨ ਜੀ, ਕੇਸਾਂ ਦੀਆਂ ਪੱਟੀਆਂ ਬੀਬੀਆਂ ਬਣਾਉਂਦੀਆਂ ਨੇ, ਅਤੇ ਜਿਹੜਾ ਵਿਚਕਾਰ ਵਾਲਾ ਚੀਰ ਕੱਢਿਆ ਉਹਦੇ ਵਿੱਚ ਉਹਨਾਂ ਨੇ ਸੰਧੂਰ ਪਾਇਆ ਹੈ। ਮਹਾਰਾਜ ਕਹਿੰਦੇ ਜਿਹੜੇ ਏਡੇ ਏਡੇ ਲੰਮੇ ਕੇਸਾਂ ਦੀਆਂ ਪੱਟੀਆਂ ਬਣਦੀਆਂ ਸਨ ਨਾ, ਬਾਬਰ ਦੇ ਸਿਪਾਹੀਆਂ ਨੇ ਤਿੱਖੀਆਂ ਕੈਂਚੀਆਂ ਲੈ ਕੇ ਉਹ ਕੇਸ ਕਤਲ ਕੈਸ ਕੱਟ ਦਿੱਤੇ, ਕੁਤਰ ਦਿੱਤੇ ਪਿਆਰਿਓ। ਉਹਨਾਂ ਦੇ ਗਲੇ ਦੇ ਵਿੱਚ ਖਿੱਚ ਖਿੱਚ ਕੇ, ਜਦੋਂ ਖਿੱਚਦੇ ਨੇ ਉੱਡਦੀ ਕੋਈ ਧੂੜ ਕਰਕੇ ਉਹਨਾਂ ਦੇ ਗਲੇ ਧੂੜ ਨਾਲ ਮਿੱਟੀ ਨਾਲ ਭਰੇ ਪਏ ਨੇ, ਆਵਾਜ਼ ਨਹੀਂ ਨਿਕਲਦੀ। ਫਿਰ ਬੇਨਤੀ, ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ, ਗੱਲ ਵਿੱਚ ਆਵੇ ਧੂੜ। ਮਹਿਲਾਂ ਅੰਦਰ ਖੁੰਦੀਆਂ, ਜਿਹੜੀਆਂ ਮਹਿਲਾਂ ਵਿੱਚ ਮਹੱਲਾਂ ਵਿੱਚ ਰਹਿੰਦੀਆਂ ਸਨ, ਮਹਾਰਾਜ ਕਹਿੰਦੇ ਘਰ ਆਪਣਾ ਹੀ ਹੈ, ਹੁਣ ਬਹਿਲ ਨਾ ਮਿਲ ਹਦੂਰ। ਹੁਣ ਉਸ ਮਹਿਲ ਦੇ, ਉਸ ਹਵੇਲੀ ਦੇ, ਉਸ ਕਿਲੇ ਦੇ ਨੇੜੇ ਕੋਈ ਨਹੀਂ ਫਟਕਣ ਦਿੰਦਾ, ਆਪਣੇ ਘਰ
ਅਤੇ ਆਪਣੇ ਘਰ ਦੇ ਵਿੱਚ ਹੀ ਸੱਚੀ ਮੁੱਚੀ ਬੇਗਾਨੇ ਬਣ ਗਏ, ਆਪਣੇ ਘਰ ਵਿੱਚ ਨਹੀਂ ਵੜਨ ਦਿੰਦੇ ਪਏ। ਹਜ਼ੂਰ ਨੇ ਬਚਨ ਕੀਤਾ, ਮਹਿਲਾਂ ਅੰਦਰ ਖੁੰਦੀਆਂ ਹੁਣ ਬਹਿਣ ਨਾ ਮਿਲਣਾ ਹਦੂਰ। ਪਰ ਇਹ ਗੱਲ ਯਾਦ ਰੱਖੋ, ਗੁਰਮਤਿ ਦਾ ਬੈਲੈਂਸ ਕੈਸਾ ਹੈ। ਬਾਦਸ਼ਾਹ ਹਾਕਮ ਨੂੰ ਕਹਿਤਾ ਤੂੰ ਜ਼ੁਲਮ ਕਰ ਰਿਹਾ, ਪਰ ਜਦੋਂ ਵਾਹਿਗੁਰੂ ਜੀ ਦੇ ਵਰਤਾਰੇ ਦਾ ਜ਼ਿਕਰ ਆਇਆ ਨਾ, ਉੱਥੇ ਹੱਥ ਜੋੜ ਕੇ ਕਿਹਾ ਆਦੇਸ਼ ਬਾਬਾ, ਆਦੇਸ਼ ਵਾਹਿਗੁਰੂ ਜੀ, ਨਮਸਕਾਰ ਹੈ ਤੈਨੂੰ, ਮੱਥਾ ਟੇਕਿਆ ਤੈਨੂੰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ, ਆਦਿ ਪੁਰਖ ਜੀ ਤੁਹਾਡਾ ਕਿਸੇ ਨੇ ਥਾਂ ਨਹੀਂ ਪਾਇਆ। ਅਗਲੇ ਬਚਨ, ਜਦੋਂ ਸੀਆਂ ਵਿਆਹੀਆਂ, ਇਹ ਜਿਨ੍ਹਾਂ ਦੇ ਸਿਰ ਮੁੰਨ ਦਿੱਤੇ ਗਏ, ਇਹ ਜਦੋਂ ਵਿਆਹ ਕੇ ਆਈਆਂ, ਇੰਨਾ ਪੈਸਾ, ਯਾਦ ਰੱਖਿਓ ਫਿਰ ਲਫ਼ਜ਼ ਮੈਂ ਵਰਤਾਂਗਾ, ਤੀਜਾ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ ਧਨ ਜੋਬਨ ਸੁਚਿਤ। ਜਦੋਂ ਸੀਆਂ ਵਿਆਹੀਆਂ, ਲਾੜੇ ਸੋਹਣ ਪਾਸ, ਲਾੜੇ ਘਰ ਵਾਲੇ ਆਏ ਨਾਲ, ਚੰਗੇ ਲੱਗ ਰਹੇ ਸਨ। ਜਦੋਂ ਸੀਆਂ ਵਿਆਹੀਆਂ, ਲਾੜੇ ਸੋਹਣ ਪਾਸ, ਹਿੰ ਡੋਲੀ ਹੀ ਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਡੋਲੀਆਂ 'ਤੇ ਚੜ ਕੇ ਆਈਆਂ। ਹਾਥੀ ਦੰਦ ਦੇ ਬਣਾਏ ਹੋਏ ਚੂੜੇ ਇਹਨਾਂ ਨੇ ਪਾਏ, ਪੂੰਜੀ ਇਹਨਾਂ ਕੋਲ ਬਹੁਤ। ਹੀ ਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਏ। ਜਦੋਂ ਘਰ ਆਈਆਂ, ਉੱਤੋਂ ਪਾਣੀ ਵਾਰ ਵਾਰ ਕੇ ਪੀਤਾ, ਉੱਪਰੋਂ ਪਾਣੀ ਵਾਰੀਏ, ਝੱਲੇ ਚਿਮਕਣ ਪਾਸ। ਆਹ ਜਿਹੜੇ ਪੱਖੇ ਚੱਲਦੇ ਨਾ, ਪਹਿਲੀਆਂ ਪੱਖੀਆਂ ਹੁੰਦੀਆਂ ਸਨ ਆਪਣੇ ਘਰਾਂ 'ਚ, ਬੀਬੀਆਂ ਵਿੱਚ ਕੱਚ ਵੀ ਲਾਉਂਦੀਆਂ ਹੁੰਦੀਆਂ ਸਨ, ਉਹ ਜਦੋਂ ਝੱਲਦੀਆਂ ਸਨ ਤਾਂ ਕਈ ਵਾਰੀ ਘੁੰਗਰਾਂ ਦੀ ਆਵਾਜ਼ ਵੀ ਆਉਂਦੀ ਸੀ। ਮਹਾਰਾਜ ਕਹਿੰਦੇ ਉਹ ਪੱਖੀਆਂ ਝੱਲੀਆਂ ਜਾਂਦੀਆਂ ਨੇ, ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਹਿਠੀਆਂ, ਲੱਖ ਲੈਣ ਖੜੀਆਂ। ਇਹ ਯਾਦ ਰੱਖਿਓ, ਉਹਨਾਂ ਦਾ ਜ਼ਿਕਰ ਕੀਤਾ ਜਾ ਚੀਰਿਆ ਚਾਰ ਰਿਹਾ ਜਿਨ੍ਹਾਂ ਕੋਲ ਪੈਸੇ ਦੀ ਕਮੀ ਕੋਈ ਨਹੀਂ। ਉਹ ਪਿਆਰਿਓ ਇੰਨਾ ਸਗਨ, ਉਸ ਵੇਲੇ ਇੱਕ ਲੱਖ ਲੈਣ ਬਹਿਠੀਆਂ, ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਸਿਜੜੀਆਂ। ਆਹ ਡਰਾਈ ਫਰੂਟ ਖਾਂਦੀਆਂ ਨੇ, ਮੇਵੇ ਖਾਂਦੀਆਂ ਨੇ, ਬਦਾਮ ਖਾਂਦੀਆਂ ਨੇ, ਗਰੀਆਂ ਖਾਂਦੀਆਂ ਨੇ, ਸ਼ੁਹਾਰੇ ਖਾਂਦੀਆਂ ਨੇ, ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਸਿਜੜੀਆਂ। ਤਿੰਨ ਗੱਲ ਸਿਲਕਾਂ ਪਾਈਆਂ, ਸਿਲਕ ਦਾ ਅਰਥ ਰੱਸੀ, ਉਹਨਾਂ ਦੇ ਗਲ 'ਚ ਰੱਸੀਆਂ ਪਾ ਦਿੱਤੀਆਂ। ਫਿਰ ਆਪ ਜੀ ਕਹੋਗੇ ਵੀ ਸ਼ਬਦ ਤਾਂ ਚੱਲ ਰਿਹਾ ਧਨ ਜੋਬਨ, ਇਹ ਧਨ ਜੋਬਨ ਸੋ ਚਿੱਤ। ਮਹਾਰਾਜ ਕਹਿੰਦੇ ਆਹ ਕੁਝ ਇਹਦਾ ਰਿਜ਼ਲਟ ਨਿਕਲਦਾ। ਤਿੰਨ ਗੱਲ ਸਿਲਕਾਂ ਪਾਈਆਂ, ਟੁੱਟਣ ਮੋਤਸਰੀਆਂ, ਮੋਤਸਰੀਆਂ ਜਿਹੜੀਆਂ ਮੋਤੀਆਂ ਦੀਆਂ ਮਾਲਾਂ ਸਨ ਨਾ ਜੀ, ਉਹ ਟੁੱਟ ਗਈਆਂ। ਇੱਕ ਇੱਕ ਮੋਤੀ ਜਿਹੜਾ ਜ਼ਮੀਨ 'ਤੇ ਰੁਲਦਾ ਪਿਆ, ਜਿੱਥੇ ਮੋਤੀਆਂ ਦੀਆਂ ਮਾਲਾਂ ਗਲੇ ਸਨ, ਉੱਥੇ ਰੱਸੀਆਂ ਪਾਈਆਂ। ਤਿੰਨ ਗੱਲ ਸਿਲਕਾਂ ਪਾਈਆਂ, ਟੁੱਟਣ ਮੋਤਸਰੀਆਂ, ਅੱਗੇ ਜੀ ਧਨ ਜੋਬਨ ਦੋਏ ਵੈਰੀ ਹੋਏ, ਤੀਜੇ ਪੈਰ ਹੈ ਰਹਿਣਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਓ ਚਿੱਤ। ਗੁਰਮੁਖੋ ਯਾਦ ਰੱਖੋ, ਇਹ ਵੈਰੀ ਬਣ ਗਿਆ। ਮਹਾਰਾਜ ਬਚਨ ਕਰ ਰਿਹਾ, ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਜੋਬਨ ਅਤੇ ਪੈਸਾ, ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਜਿੱਥੇ ਆ ਜਾਏ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਆਪ ਸਭ ਜਾਣਦੇ ਹੋ, ਜਿਹੜਾ ਸਵਰੂਪ ਆ ਹੈ ਸਤਿਗੁਰਾਂ ਦਾ, ਇਹਦੇ 'ਤੇ 1200 ਅੰਗ ਤੇ ਹੈ ਗੁਰੂ ਸਾਹਿਬ ਦਾ ਬਚਨ। ਕਿਉਂਕਿ ਉਂਝ ਮੈਂ ਆਪ ਜੀ ਨੂੰ ਕਈ ਵਾਰੀ ਬੇਨਤੀ ਕੀਤੀ, ਜਿਹੜੇ ਹਸਤਲਿਕ ਸਵਰੂਪ ਨੇ ਸਤਿਗੁਰਾਂ ਦੇ, ਉਹਨਾਂ ਦੇ ਅੰਗ ਇੱਕੋ ਜਿਹੇ ਨਹੀਂ ਜੀ। ਵਾਹਿਗੁਰੂ ਅੰਗ ਗਿਣਤੀ ਘੱਟ ਵੱਧ ਨੇ, ਪਰ ਬਾਣੀ ਇੱਕ ਹੈ। ਉਂਝ ਫਿਰ ਵੀ ਮੈਂ ਆਪ ਜੀ 'ਤੇ ਸੰਤਿਆ ਕਰਨ ਦਿਓ, ਭਾਈ ਸਾਹਿਬ ਵੀ ਅੱਜ ਆਏ ਆ, ਮੈਂ ਫਿਰ ਵੀ ਅਰਜ਼ ਕਰਾਂਗਾ, ਮਿਹਨਤ ਕਰਨੀ ਪੈਣੀ ਹੈ, ਪਰ ਯਤਨ ਕਰੀਏ।
ਲੜੀਵਾਰ ਹੀ ਗੁਰੂ ਗ੍ਰੰਥ ਸਾਹਿਬ ਤੋਂ ਸੰਥਿਆ ਕੀਤੀ ਜਾਏ। ਮੈਂ ਆਪ ਨੂੰ ਕਿਹਾ ਬੇਨਤੀ ਹੈ, ਮਿਹਨਤ ਕਰਨੀ ਪੈਂਦੀ ਹੈ, ਅਭਿਆਸ ਕਰਨਾ ਪੈਣਾ ਹੈ, ਕਿਉਂਕਿ ਉੱਥੇ ਉਹਦੇ ਨਾਲ ਜਿੰਨੀ ਸੁਰਤ ਟਿਕਦੀ ਹੈ, ਜਿੰਨੀ ਇਕਾਗਰਤਾ ਬਣਦੀ ਹੈ। ਆਮ ਤੌਰ 'ਤੇ ਇਹ ਨਹੀਂ ਕਿ ਮੈਂ ਹੁਣ ਕਹਾਂਗਾ ਜਿਹੜੇ ਪਾਤਸ਼ਾਹ ਤੋਂ ਪਾਠ ਕਰਦੇ ਨੇ ਉਹ ਗਲਤ ਗੱਲ ਹੈ, ਨਹੀਂ, ਬਿਲਕੁਲ ਗਲਤ ਨਹੀਂ, ਪਰ ਜੇ ਕਿਤੇ ਇਹਦਾ ਅਭਿਆਸ ਹੋ ਜਾਏ ਨਾ ਜੀ, ਇਹਦੇ ਵਰਗੀ ਸਮਝੋ ਤੁਸੀਂ ਵੀ ਸਿਰੇ ਹੀ ਹੈ। ਹਜ਼ੂਰ ਸੱਚੇ ਪਾਤਸ਼ਾਹ, ਮੈਂ ਫਿਰ ਉਸ ਵਿਸ਼ੇ 'ਤੇ ਆਉਣ ਲੱਗਾ ਕਿ ਜੋਬਨ ਅਤੇ ਪੈਸਾ ਜਿੱਥੇ ਆਏਗਾ ਉੱਥੇ ਹੰਕਾਰ ਨੇ ਆਉਣੇ ਆਉਣਾ। ਬਾਬਾ ਜੀ ਨੇ ਕਿਹਾ ਜੋਬਨ ਧਨ ਪ੍ਰਭਤਾ ਕੈ ਮਦ ਮੈਂ, ਗੁਰੂ ਤੇਗ ਬਹਾਦਰ ਸਾਹਿਬ ਜੀ, ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨਸ ਰਹੇ ਦੀਵਾਨਾ ਦਿਨ ਰਾਤ ਕਮਲਾ ਹੋਇਆ ਫਿਰਦਾ ਹੈ। ਜਦੋਂ ਇਹਦੇ ਕੋਲ ਪੈਸਾ ਹੈ, ਜਦੋਂ ਇਹਦੇ ਕੋਲ ਦੌਲਤ ਹੈ, ਇਸੇ ਕਰਕੇ ਗੁਰੂ ਸਾਹਿਬ ਦੀ ਬਾਣੀ 'ਚ ਜਦੋਂ ਜੋਬਨ ਵਿੱਚ ਮਸਤ ਹੋਇਆ ਬੰਦਾ, ਮਹਾਰਾਜ ਨੇ ਤਾਂ ਬੜੇ ਉਪਦੇਸ਼ ਦਿੱਤੇ, ਜੋ ਜਾਣਾ ਮੈਂ ਜੋਬਨਵੰਤ, ਹੰਕਾਰੀ ਹੈ ਨਾ ਕਿ ਮੇਰੀ ਜਵਾਨੀ ਮੇਰਾ ਮੇਰੀ ਅੱਜ ਸੱਚੀ ਜੇ ਆਹ ਕੋਵਿਡ ਨੇ ਬਹੁਤ ਕੁਝ ਸਿਖਾਇਆ, ਆਪਣੇ ਲੋਕ ਅਸੀਂ ਬਹੁਤ ਘੱਟ ਜਿੰਨੇ, ਅਸੀਂ ਲੋਕਾਂ ਵਾਸਤੇ ਜਿੰਨੇ ਹਾਂ, ਹੈ ਨਾ, ਕੱਪੜਾ ਤਾਂ ਆਪਣੇ ਲਈ ਪਾਉਣਾ, ਆਪਣੇ ਲਈ ਤਾਂ ਸਾਦੇ ਨਾਲ ਵੀ ਸਰ ਸਕਦਾ, ਲੋਕਾਂ ਲਈ ਸਾਦੇ ਨਾਲ ਨਹੀਂ ਸਰਨਾ, ਕਿਉਂਕਿ ਲੋਕਾਂ ਨੂੰ ਵਿਖਾਉਣ ਵਾਸਤੇ ਕੱਪੜਾ ਕੁਝ ਹੋਰ ਚਾਹੀਦਾ ਹੈ। ਬੰਦਾ ਆਪਣੇ ਲਈ ਕਿੱਥੇ ਜਿੰਦਾ ਹੈ? ਇੱਥੇ ਤਾਂ ਧਰਮ ਦੀ ਦੁਨੀਆ ਵਿੱਚ ਵੀ ਲੋਕ ਲੋਕਾਂ ਵਾਸਤੇ ਧਰਮ ਕਮਾਉਂਦੇ ਆ, ਵੀ ਸਿਮਰਨ ਤੂੰ ਕੀਤਾ 40 ਦਿਨ, ਸਿਮਰਨ ਤੂੰ ਕੀਤਾ 6 ਮਹੀਨੇ, ਅਤੇ ਲੋਕਾਂ ਨੂੰ ਕਿਉਂ ਦੱਸਣਾ ਪਿਆ? ਤੇਰੇ ਆਤਮਾ ਦੇ ਉਧਾਰ ਲਈ ਹੈ, ਤੂੰ ਆਪਣਾ ਉਧਾਰ ਕਰਨਾ ਹੈ, ਉਸਦੀ ਦੁਕਾਨ ਮਤ ਸਜਾ। ਸੱਚ ਇਹ ਵੇ ਕਿ ਜਿਹੜਾ ਦੁਕਾਨ ਸਜਾਉਂਦਾ ਆਪਣੀ ਕਮਾਈ ਦੀ, ਉਹ ਖੁਦਾ ਦੇ ਨੇੜੇ ਨਹੀਂ ਹੁੰਦਾ, ਉਹ ਵਪਾਰ ਕਰ ਰਿਹਾ। ਬਾਬਾ ਜੀ ਨੇ ਕਿਹਾ ਜਿਹੜਾ ਰੱਬ ਦੇ ਨੇੜੇ ਹੁੰਦਾ ਉਹ ਤਾਂ ਕੋਲ ਸੁੱਤੇ ਨੂੰ ਵੀ ਭੇਦ ਨਹੀਂ ਦਿੰਦਾ। ਸਾਬਰ ਅੰਦਰ ਸਾਬਰੀ ਤਨ ਇਵੇਂ ਜਲੇਣ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹੁਣ ਪੈਸਾ ਆ ਜਾਏ ਅਤੇ ਤਾਕਤ ਆ ਜਾਏ, ਜੋਬਨ ਨੂੰ ਆਪਾਂ ਤਾਕਤ 'ਚ ਲੈ ਲਈਏ। 1200 ਅੰਗ 'ਤੇ ਉਹ ਸ਼ਬਦ ਜਿਹੜਾ ਆਪ ਸਾਰੇ ਪੜ੍ਹਦੇ ਹੋ ਕਿ ਗੁਰੂ ਰਾਮਦਾਸ ਜੀ ਨੇ ਸ਼ਬਦ ਕਿਹਾ ਕਿ ਉਹ ਪੁੱਤਰ ਮੇਰਿਆ, ਕਿਉਂ ਲੜਨਾ ਜਵਾਨੀ, ਇਹ ਪੈਸੇ ਅਤੇ ਤਾਕਤ ਕਰਕੇ ਲੜ ਰਿਹਾ ਨਾ। ਇਹਦਾ ਮਤਲਬ ਕਿ ਧਨ ਜੋਬਨ ਵੀ ਜਦੋਂ ਚਿਤਵਨੀ ਚੱਲਣ ਲੱਗ ਪਵੇ, ਉਦੋਂ ਗੁਰੂ ਪਿਤਾ ਵੀ ਬੰਦੇ ਨੂੰ ਉਹ ਗੁਰੂ ਨਹੀਂ ਦਿਸਦਾ, ਉਹ ਵੀ ਸਾਹਮਣੇ ਬੋਲਣ ਲੱਗ ਪੈਂਦਾ। ਇਹ ਇਕੱਲਾ ਇਤਿਹਾਸ ਨਹੀਂ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਪ੍ਰਿਥੀ ਚੰਦ ਨੂੰ ਕਹਿ ਰਹੇ, ਪੁੱਤਰ ਕਿਉਂ ਝਗੜਨਾ ਪਏ, ਜਿਨ ਕੇ ਜਣੇ ਬਡੀਰੇ ਤੁਮ ਹੋ 300 ਝਗੜਤ ਪਾਪ। ਅਗਲੀ ਗੱਲ ਕਹਿ ਰਹੇ ਨੇ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਕਿਉਂਕਿ ਪੈਸਾ ਕੋਲ, ਇਹਦਾ ਮਤਲਬ ਕਿ ਪੈਸਾ ਗੁਰੂ ਪੁੱਤਰ ਕੋਲ ਵੀ ਆਇਆ, ਅਤੇ ਸੱਚ ਇਹ ਵੇ ਉਹਨੇ ਵੀ ਆਪਣੀ ਮਰਿਆਦਾ ਦੀ ਉਲੰਘਣਾ ਕੀਤੀ, ਉਹਨੇ ਆਪਣਾ ਉਹ ਜਿਹੜਾ ਸਲੀਕਾ ਸੀ ਉਹਨੂੰ ਤਿਆਗ ਦਿੱਤਾ, ਅਤੇ ਮਹਾਰਾਜ ਜੀ ਨੂੰ ਇਹ ਕਹਿਣਾ ਪੈ ਗਿਆ, ਭਾਈ ਤੂੰ ਅੱਗੇ ਕਿਉਂ ਬੋਲਣਾ ਪਿਆ ਹੋਏ, ਇਹ ਸ਼ਬਦ ਕਿਉਂ ਤੂੰ ਬੋਲ ਰਿਹਾ? ਤੂੰ ਕਹਿ ਰਿਹਾ, ਬਾਬਾ ਬੁੱਢਾ ਸਾਹਿਬ ਨੇ ਬਕਾਇਦਾ ਕਿਹਾ, ਬਾਬਾ ਜੀ ਨੇ ਜਦੋਂ ਇਹ ਬਹੁਤ ਸਿਰ ਚੜ੍ਹ ਕੇ ਬੋਲਿਆ, ਮੈਂ ਮੇਰੀ ਸੇਵਾ ਮੇਰੀ ਸੇਵਾ, ਬਾਬਾ ਜੀ ਨੇ ਕਿਹਾ ਉਹ ਚੁੱਪ ਕਰ ਓਏ, ਬਿਨਾਂ ਨਿਮਰਤਾ ਹੋਏ ਨਾ ਸੇਵਾ, ਸੇਵਾ ਕਹਾਂ ਮਹਾਂ ਅਮੇਵਾ। ਇਹ ਹੰਕਾਰ ਚੁੱਕੀ ਫਿਰਨੇ, ਸੇਵਾ ਥੋੜ੍ਹਾ। ਗੁਰੂ ਰਾਮਦਾਸ ਬਚਨ ਕਰ ਰਹੇ ਨੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਕੋ 300 ਝਗੜਤ ਪਾਪ। ਜੇ ਕੋਈ ਪੁੱਛੇ ਨਾ ਅੱਜ ਦੇ ਸਮਾਜ ਨੂੰ ਜੀ, ਗੁਰਬਾਣੀ ਅਨੁਸਾਰ ਮੇਰਾ ਖਿਆਲ ਹੈ ਆਹ ਜਿਹੜਾ ਸ਼ਬਦ ਹੈ ਨਾ,
ਇਹ ਹਰ ਪੁੱਤਰ ਅਤੇ ਨੂੰਹ ਨੂੰ ਚੇਤੇ ਰੱਖਣਾ ਚਾਹੀਦਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਇਹਦਾ ਗੁੱਸਾ ਨਾ ਕਰਿਓ ਇਸ ਚੀਜ਼ ਦਾ, ਹਰ ਪੁੱਤਰ ਨੂੰ ਅਤੇ ਨੂੰਹ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਭਾਵੇਂ ਤੁਹਾਡੇ ਕੋਲ ਪਦਵੀਆਂ ਬੜੀਆਂ ਨੇ, ਪੈਸਾ ਬੜਾ ਹੈ, ਸਭ ਕੁਝ ਹੈ, ਪਰ ਉਹਨਾਂ ਜਨਮ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਜਿਣਕੇ ਜਣੇ ਵਡੀਰੇ ਤੁਮ ਹੋ। ਦੇਖੋ ਇਹਦਾ ਮਤਲਬ ਜਿੰਨੇ ਜਨਮ ਦਿੱਤਾ ਅਤੇ ਜਿੰਨੇ ਆਪਣੀ ਕਮਾਈ ਕਰਕੇ ਤੈਨੂੰ ਇਸ ਰੁਤਬੇ 'ਤੇ ਪਹੁੰਚਾਇਆ, ਜਿੰਨੇ ਜਨਮ ਦਿੱਤਾ ਅਤੇ ਵੱਡਿਆਂ ਕੀਤਾ ਉਹਨਾਂ ਨਾਲ ਝਗੜਾ ਕਰਦਿਆਂ ਹੋਇਆ ਰੂਹਾਨੀ ਪਾਪ ਚੜ੍ਹਦਾ ਹੈ, ਰੂਹਾਨੀਅਤ ਤੈਨੂੰ ਪਾਪ ਮੰਨਦੀ ਹੈ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਏ ਵਿਖਿਆ ਰਸ ਤੋ ਲਾਗੈ ਪਛਤਾਪ ਖਿਨ ਲੱਗਣਾ ਹੈ, ਇਹਨੇ ਤੈਨੂੰ ਛੱਡ ਦੇਣਾ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਤੀਜਾ ਪੈਰ ਬੜਾ ਮੁਸ਼ਕਲ ਜੀ ਕਾਬੂ ਕਰਨਾ, ਨਹੀਂ ਕੁਛ ਹੁੰਦਾ ਜੀ। ਅੱਜ ਤੁਸੀਂ ਚਾਹੇ ਇੱਥੇ ਵੇਖੋ ਤੂੰ ਬੀਜ ਨਾਸ ਨਹੀਂ, ਸੱਚੀ ਇਹ ਵੀ ਜਦੋਂ ਪੈਸਾ ਅਤੇ ਜਵਾਨੀ ਆਉਂਦੀ ਹੈ ਉਦੋਂ ਲੋਕ ਕਹਿਣ ਲੱਗ ਪੈਂਦੇ ਸਾਡੀ ਪਰਸਨਲ ਲਾਈਫ ਵਿੱਚ ਤੁਸੀਂ ਦਖਲ ਨਾ ਦਿਆ ਕਰੋ, ਸਾਡੀ ਆਪਣੀ ਪ੍ਰਾਈਵੇਸੀ ਹੈ। ਮੈਂ ਇੱਕ ਵਾਰ ਇੱਥੇ ਕਿਹਾ ਸੀ, ਭਾਈ ਦਰਸ਼ਨ ਸਿੰਘ ਬੈਠੇ ਸੀ, ਉਹ ਮੈਨੂੰ ਗੱਲ ਬੜੀ ਚੰਗੀ ਲੱਗੀ, ਮੈਂ ਹਰ ਥਾਂ ਕਿਹਾ ਇਹ ਤਾਂ ਦੱਸਿਆ ਜਾ ਰਿਹਾ ਸਕੂਲ 'ਚ, ਆਹ ਤੇਰਾ ਹੱਕ ਹੈ, ਆਹ ਤੇਰਾ ਹੱਕ ਹੈ, ਤੂੰ ਆਹ ਕਰ ਸਕਣਾ, ਤੇਰੀ ਆਪਣੀ ਪਰਸਨੈਲਿਟੀ ਹੈ। ਉਹ ਪਿਆਰਿਓ ਸਾਡਾ ਧਰਮ ਕਹਿੰਦਾ ਹੱਕ ਤਾਂ ਤੇਰਾ ਬਹੁਤ ਕੁਛ ਹੈ, ਪਰ ਇਸ ਗੱਲ ਨੂੰ ਕਦੀ ਭੁੱਲੀ ਨਾ ਤੇਰੇ ਕੁਝ ਫਰਜ਼ ਵੀ ਨੇ। ਹੱਕ ਤਾਂ ਨਿਆਣੇ ਹੀ ਮੰਗਦੇ ਪਏ ਆ ਅਤੇ ਫਰਜ਼ ਤਾਂ ਸਿਆਣੇ ਵੀ ਭੁੱਲਦੇ ਪਏ। ਗੁਰੂ ਸਾਹਿਬ ਜੀ ਨੇ ਫਰਮਾਇਆ ਤੀਜਾ ਪੈਰ ਚੇਤੇ 'ਚ ਚੱਲ ਪਿਆ, ਮੰਨ ਲਓ ਚਿੰਤਨ ਕਰ ਰਿਹਾ, ਪੈਸਾ ਨਹੀਂ ਮਿਲਿਆ, ਚਿੰਤਨ ਚੱਲ ਰਿਹਾ। ਜਿਸ ਥਾਂ 'ਤੇ ਚਿੰਤਨ ਚੱਲੇਗਾ ਪੈਸੇ ਦਾ, ਮੈਂ ਫਿਰ ਅਰਜ਼ ਕਰਾਂਗਾ, ਬਰੀਕੀ ਹੈ ਪੈਸਾ ਨਹੀਂ, ਪਰ ਚਿੱਤ ਉਹਦੇ ਵਿੱਚ ਇੰਨਾ ਕੁ ਖਚਤ ਹੋ ਗਿਆ, ਹਾਏ ਮੇਰੇ ਕੋਲ ਇੰਨਾ ਹੋਵੇ, ਹਾਏ ਆਹ ਜੋਬਨ ਨੂੰ ਮੈਂ ਮਾਣ ਸਕਾਂ, ਇਸ ਜਵਾਨੀ ਨੂੰ ਮੈਂ ਹੰਢਾ ਸਕਾਂ। ਗੁਰੂ ਸਾਹਿਬ ਕਹਿੰਦੇ ਜਿੱਥੇ ਇਹ ਚੇਤਾ ਚੱਲਣ ਲੱਗ ਪਏ ਉੱਥੇ ਸਤਨਾਮ ਵਾਹਿਗੁਰੂ ਦਾ ਚੇਤਾ ਨਹੀਂ ਚੱਲਦਾ ਹੁੰਦਾ। ਜਿਹਨੂੰ ਆਪਾਂ ਪੜ੍ਹਦੇ ਰਸ ਸੋਇਨਾ ਰਸ ਰੂਪਾ ਕਾਮਲ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਿਸ, ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਚੇਤੇ 'ਚ ਕੀ ਚੱਲਦਾ ਪਿਆ? ਹਜ਼ੂਰ ਫਰਮਾ ਰਹੇ ਨੇ ਇਹ ਤੀਜਾ ਪੈਰ ਹੈ ਜੀ, ਪੈਸਾ ਅਤੇ ਜਵਾਨੀ, ਇਹਦੇ ਵਿੱਚ ਅੰਦਰ ਇੰਨਾ ਕੁ ਖਚਤ ਹੋ ਗਿਆ, ਫਿਰ ਦੇਖੋ ਚੇਤਾ ਕਿਵੇਂ ਚੱਲਦਾ। ਗੁਰਦੁਆਰੇ ਬੈਠਾ ਨਾ, ਸਿਮਰਨ 'ਚ ਬੈਠਿਆਂ ਵੀ ਚੇਤਾ ਉਹੀ ਚੱਲਦਾ। ਜਿਵੇਂ ਇੱਕ ਸ਼ਬਦ ਮਹਾਰਾਜ ਨੇ ਇਹ ਕੂੰਜ ਦੀ ਉਦਾਹਰਣ ਲਈ ਨਾ, ਸਿਮਰਨ ਲਈ, ਪਰਮਾਤਮਾ ਦੇ ਸਿਮਰਨ ਲਈ, ਭਾਈ ਸਾਹਿਬ ਨੇ ਵੀ ਕਿਹਾ, ਇਹ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਕੂੰਜ ਹਿਰਦੈ ਸਿਮਰਨ ਕਰੇ ਲੈ ਬੱਚਾ ਉੱਡਦੀ ਅਸਮਾਨ ਹੈ। ਰੋਜ਼ ਅਸੀਂ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦਾ ਬਚਨ ਪੜ੍ਹਦੇ ਹਾਂ ਨਾ, ਇਹ ਉਡੈ ਊੜ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਛਰਿਆ। ਮੈਂ ਫਿਰ ਅਰਜ਼ ਕਰਾਂਗਾ, ਮੈਂ ਚਿੱਤ ਦੀ ਗੱਲ ਹੋ ਰਹੀ ਹੈ ਇੱਥੇ, ਖਿਆਲ ਦੀ ਗੱਲ ਹੋ ਰਹੀ, ਚਿਤਵਨੀ ਕਾਹਦੀ ਚੱਲਦੀ ਪਈ ਹੈ, ਇਹ ਗੱਲ ਹੋਰ। ਜੇ ਕਰਮ ਨਾਮ ਹੀ ਹੋਵੇ, ਚਿਤਵਨੀ ਚੰਗੀ ਬਣ ਜਾਏ, ਚਿਤਵਨੀ ਚੰਗੀ ਇੱਕ ਦਿਨ ਜੀਵਨ ਚੰਗਾ ਬਣਾ ਦਿੰਦੀ ਹੈ। ਫਿਰ ਬੇਨਤੀ ਜੀ, ਜੇ ਖਿਆਲ ਚੰਗਾ ਹੋਵੇ, ਸ਼ੁਭ ਚਿੰਤਨ ਹੋਵੇ, ਚੰਗਾ ਚਿੰਤਨ ਹੋਵੇ, ਇੱਥੋਂ ਤੱਕ ਭਾਈ ਸਾਹਿਬ ਕਹਿੰਦੇ ਤੂੰ ਸੇਵਾ ਕਰਨੀ ਚਾਹੁੰਦਾ, ਗੁਰਸਿੱਖਾਂ ਦੀ ਕਰਨੀ ਚਾਹੁੰਦਾ, ਤੇਰੇ ਕੋਲ ਇੰਨਾ ਪੈਸਾ ਨਹੀਂ, ਤੇਰੇ ਕੋਲ ਦੌਲਤ ਨਹੀਂ, ਤੇਰੇ ਕੋਲ ਇੰਨੀ ਸਹੂਲਤ ਨਹੀਂ, ਬਸ ਤੂੰ ਇੱਕ ਕੰਮ ਕਰੀ, ਤੂੰ ਸੰਗਤ ਵੀ ਜਾ ਕੇ ਬਸ ਲੰਗਰ 'ਚ ਖਲੋ ਕੇ ਚੇਤੇ ਹੀ ਕਰ ਲਈ, ਤੇਰੇ ਚੇਤੇ ਕਰਨ ਵਿੱਚ ਵੀ ਸੇਵਾ ਸਵੀਕਾਰ ਹੋ ਜਾਏਗੀ। ਇਹ ਪੌੜੀ ਆਪ ਜੀ ਕਿਤੇ ਪੜ੍ਹਿਓ, ਧਰਤੀ ਬੀਓ ਬਜਾਏ ਸਹਿਸ ਬੁਲਾਇਆ,
ਗੁਰਸਿੱਖ ਮੁੱਖ ਪਵਾਏ ਨਾਲ ਲੇਖ ਲਿਖਾਇਆ, ਉਹਦੇ ਅਖੀਰ ਵਿੱਚ ਗੁਰਸਿੱਖ ਚਿੱਤ ਵਸਾਏ ਇਹ ਚ ਪੁਜਾਇਆ। ਉਹਦੇ ਕੋਲ ਪੈਸਾ ਨਹੀਂ ਪਰ ਚਿੱਤ ਹੀ ਕੀਤਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਕੂੰਜ ਬੱਚੇ ਨੂੰ ਚੇਤੇ ਕਰਦੀ, ਕਿਵੇਂ ਧਨ ਜੋਬਨ 'ਚ ਚਿੱਤ ਹੈ। ਇਹ ਮਹਾਰਾਜ ਦਾ ਇੱਕ ਬਚਨ ਹੈ, ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ ਆ ਧਨ ਜੋਬਨ ਸਿਓ ਚਿੱਤ। ਮੈਂ ਸਿਰਫ ਇੱਕੋ ਹੀ ਲਵੇ ਅਤੇ ਬੇਨਤੀ ਕਰ ਚੱਲਿਆ, ਧਨ ਜੋਬਨ ਅਸਲੀ ਗੱਲ ਆ ਚਿੱਤ ਦੀ। ਕੂੰਜ ਚੁਗਦੀ ਹੈ ਜੀ ਦਾਣਾ ਅਤੇ ਨਾਲ ਬੱਚੇ ਨੂੰ ਚੇਤੇ ਕਰ ਲੈਂਦੀ, ਚੁਗਿਆ ਫਿਰ ਉਹਨੂੰ ਚੇਤੇ ਕਰ ਲਿਆ, ਚੁਗਿਆ ਫਿਰ ਚੇਤੇ ਕਰ ਲਿਆ। ਅਤੇ ਉਹ ਚੇਤਾ ਇੰਨਾ ਜ਼ਬਰਦਸਤ ਹੈ, ਕੂੰਜ ਚੇਤੇ ਕਰਦੀ ਪਈ ਹੈ, ਫਿਜ਼ੀਕਲ ਤੌਰ 'ਤੇ ਬੱਚਾ ਬਹੁਤ ਦੂਰ ਹੈ, ਕੂੰਜ ਦੇ ਚੇਤੇ ਨਾਲ ਉਸਦੇ ਬੱਚੇ ਨੂੰ ਤਾਕਤ ਮਿਲਦੀ ਹੈ। ਗੁਰੂ ਕਹਿੰਦਾ ਇਸ ਤਰ੍ਹਾਂ ਤੈਨੂੰ ਮਾਇਆ ਨੇ ਠੱਗ ਲਿਆ ਓਏ, ਜਿਵੇਂ ਕੂੰਜ ਵਾਰ ਵਾਰ ਚੇਤੇ ਕਰਦੀ ਹੈ, ਤੇਰੇ ਚਿੰਤਨ 'ਚ ਪੈਸਾ ਅਤੇ ਜਵਾਨੀ ਹੀ ਚੱਲਦੀ ਹੈ। ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚਰੇ ਖੂੰਜ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਕਬੀਰ ਸਾਹਿਬ ਦਾ ਸ਼ਲੋਕ ਕਿ ਜਿਸ ਤਰ੍ਹਾਂ ਕੂੰਜ ਚੇਤੇ ਕਰਦੀ ਉਸ ਤਰ੍ਹਾਂ ਚੇਤਾ ਹੋ ਰਿਹਾ ਤੇਰਾ। ਇਸੇ ਕਰਕੇ ਸਿਆਣੇ ਕਹਿੰਦੇ ਆ ਕਿ ਚੇਤਾ ਚੰਗਾ ਹੀ ਕਰੋ, ਕਿਉਂਕਿ ਮਾੜਾ ਚੇਤਾ ਨੁਕਸਾਨ ਬਹੁਤ ਕਰਦਾ ਹੈ, ਖਾਸ ਕਰਕੇ ਜਿਹੜੇ ਨਾਮ ਸਿਮਰਨ ਦੇ ਅਭਿਆਸੀ ਨੇ। ਕਰਮ ਨਾ ਕਰੋ ਪਰ ਚੇਤੇ ਹੀ ਕਰ ਲਓ, ਕਈ ਵਾਰੀ ਬਸ ਕਰਾ ਦਿੰਦਾ ਬੰਦੇ ਦੀ ਸਿਮਰਨ ਕਰਦਿਆਂ। ਉਹ ਜਿਵੇਂ ਦੁੱਧ 'ਚ ਪਾਈ ਕੋਈ ਕਾਂਜੀ ਦੀ ਬੂੰਦ ਦੁੱਧ ਫਟਾ ਦਿੰਦੀ ਹੈ, ਗੰਦੀ ਚਿਤਵਨੀ ਸੇਚੇ ਰੱਖਿਓ ਕਿੰਨੇ ਘੰਟਿਆਂ ਦੀ ਸਾਧਨਾ ਨੂੰ ਫਟਾ ਕੇ ਰੱਖ ਜਾਂਦੀ। ਗੁਰੂ ਸਾਹਿਬ ਨੇ ਇੱਥੇ ਸ਼ਬਦ ਵਰਤਿਆ, ਧਿਆਨ ਹੀ ਪਏ, ਔਰਤ ਵੱਲ ਧਿਆਨ, ਪੈਸੇ ਵੱਲ ਧਿਆਨ, ਕਾਮ ਵੱਲ ਧਿਆਨ। ਮਹਾਰਾਜ ਕਹਿੰਦੇ ਨਾਮ ਵੱਲ ਧਿਆਨ ਕਿੱਥੇ ਲੱਗਣਾ ਹੈ। ਅਗਲੀ ਗੱਲ ਜਿਹੜੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਜਵਾਨੀ ਮੈਰਿਜ ਕੀਤੀ ਮਾੜੀ ਨਹੀਂ। ਗੁਰੂ ਸਾਹਿਬ ਨੇ ਬਚਨ ਕੀਤਾ, ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ ਬੌੜ ਜਨਮ ਨਾ ਛਾਪਣ। ਪਿਆਰਿਓ ਕਿ ਸਵਸਥ ਵਿਵਸਥਾ, ਜਦੋਂ ਜਵਾਨੀ ਹੈ ਨਾ ਉਦੋਂ ਸੇਵਾ ਕਰ ਰੱਜ ਕੇ, ਕਿਉਂਕਿ ਸਰੀਰ ਬੜਾ ਸਾਥ ਦਿੰਦਾ ਪਿਆ, ਹੱਥ ਪੈਰ ਗੋਡੇ ਗਾਡੇ ਸਭ ਕੁਝ ਐਂ ਸਾਥ ਦਿੰਦੇ ਨੇ। ਹੁਣ ਸੱਚੀ ਮੈਂ ਵੀ ਰੋਜ਼ ਸੀਟ ਰੱਖ ਕੇ ਬਹਿਣਾ ਸੰਗਤ 'ਚ ਅਤੇ ਕਥਾ, ਮੈਂ ਵੀ ਭਰ ਜਵਾਨੀ 'ਚ ਇੱਥੇ ਕਰਦਾ ਰਿਹਾ। ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓ। ਮੈਂ ਸੱਚੀ ਤੁਹਾਨੂੰ ਦੱਸਾਂ, ਉਹ ਜਦੋਂ ਸੈਰ ਕਰਦੇ ਆ ਨਾ, ਬਹੁਤ ਸਮੇਂ ਕਿ 97 ਦੀ ਗੱਲ ਹੈ, ਅਤੇ ਮੈਂ ਇੱਥੇ ਕਥਾ ਕੀਤੀ ਜੀ, ਅਤੇ ਮੈਂ ਆਹ ਪ੍ਰਮਾਣ ਦਿੱਤਾ, ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਇਹਨਾਂ ਲੱਤਾਂ ਨਾਲ ਤੂੰ ਪਹਾੜਾਂ ਦੀ ਚੋਟੀ 'ਤੇ ਚੜ੍ਹ ਗਿਆ ਉਹ ਫਰੀਦਾ। ਬਾਬਾ ਜੀ ਕਹਿ ਰਹੇ ਨੇ, ਫਰੀਦਾ ਤੇਰੇ ਸਰਾਣੇ ਕੁੱਜਾ ਪਿਆ ਹੈ, ਤੂੰ ਵਜੂ ਕਰਨ ਜੋਗਾ ਵੀ ਨਹੀਂ, ਕਿਉਂਕਿ ਅੱਜ ਪਾਣੀ ਦਾ ਕੁੱਜਾ ਸਰਾਣੇ ਗੋਡੇ ਲੱਤਾਂ ਨਹੀਂ ਚੱਲਦੇ। ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓਮ। ਪਰ ਚੇਤੇ ਰੱਖਿਓ, ਹੁਣ ਉਹ ਆਪਣੇ ਤਨ ਨਾਲ ਵਾਪਰ ਰਿਹਾ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖੋ ਜਵਾਨੀ ਇੱਕ ਮੌਕਾ ਜੇ ਰੱਬ ਦੀ ਬੰਦਗੀ ਕਰਨ ਦਾ, ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ। ਹੁਣ ਜਦੋਂ ਸੇਵਾ ਰੱਜ ਕੇ ਕਰ ਲਈ, ਮੱਧ ਤੋਂ ਅੰਤ, ਫਿਰ ਬੇਨਤੀ ਸੁਣਿਓ, ਪਹਿਲਾਂ ਜਵਾਨੀ ਫਿਰ ਮੱਧ ਤੋਂ ਲੈ ਕੇ ਅੰਤ ਤੱਕ ਬੰਦਗੀ ਕਰ। ਜੇ ਤੂੰ ਬੰਦਗੀ ਕਰੇਗਾ, ਜਨਮ ਮਰਨ ਵਾਲਾ ਠੱਪਾ ਤੇਰੇ ਤੋਂ ਮੁੱਕ ਜਾਏਗਾ। ਇਸ ਨੂੰ ਬਾਬਾ ਜੀ ਨੇ ਕਿਹਾ, ਜੋਬਨ ਜਾਂਦੇ ਨਾ ਡਰਾਂ, ਜਵਾਨੀ ਬੜੀ ਕੀਮਤੀ, ਕੋਈ ਗੱਲ ਨਹੀਂ, ਸੱਚੀ ਮੁੱਚੀ ਬੰਦਾ ਤਰਲੇ ਲੈਂਦਾ ਨਾ ਜਾਏ। ਮੈਂ ਪਿਛਲੇ ਦਿਨ ਹੀ ਕਿਹਾ ਜੀ, ਵਾਹਿਗੁਰੂ ਜੀ 55 ਸਾਲ ਤੱਕ ਬੰਦਾ ਉਮਰ ਸਹੀ ਸਹੀ ਦੱਸਦਾ ਹੈ ਨਾ,
ਵੀ 50-55 ਤੱਕ ਜਦੋਂ 55 ਟੱਪਦੀ ਹੈ ਨਾ, ਉਦੋਂ ਫਿਰ ਕੋਈ ਨਹੀਂ ਬਸ ਇੰਨਾ ਸਮਾਂ ਉਹ ਡਰਦਾ ਦੱਸਣ ਤੋਂ, ਕਿਉਂਕਿ ਸਾਹਮਣੇ ਮੌਤ ਦਿਸਦੀ ਪਈ ਹੈ। ਹਾਲਾਂਕਿ ਮੌਤ ਦਾ ਤਾਂ ਪਤਾ ਹੀ ਕੋਈ ਨਹੀਂ ਨਾ। ਗੁਰੂ ਸਾਹਿਬ ਜੀ ਨੇ ਫਰਮਾਇਆ ਜਵਾਨੀ ਜਾਣ ਦਾ ਡਰ ਨਹੀਂ, ਡਰ ਤਾਂ ਇਹ ਵੇ ਕਿ ਕਿਤੇ ਵਾਹਿਗੁਰੂ ਜੀ ਦੀ ਪ੍ਰੀਤ ਨਾ ਚਲੀ ਜਾਏ, ਕਿਉਂਕਿ ਪ੍ਰੀਤ ਤੋਂ ਬਿਨਾਂ ਜਵਾਨੀ ਇਸ ਤਰ੍ਹਾਂ ਜਿਵੇਂ ਰੁੱਖ ਦੀਆਂ ਜੜ੍ਹਾਂ ਸੁੱਕ ਜਾਣ 'ਤੇ ਰੁੱਖ ਸੁੱਕ ਜਾਂਦਾ ਹੈ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਇਹ ਵੀ ਤਾਂ ਜੋਬਨ ਕਹਿਣਾ, ਇਹਦੇ ਥੋੜ੍ਹੇ ਅਰਥ ਆਪਾਂ ਕਰ ਲਏ। ਫਰੀਦਾ ਉਮਰ ਸੁਹਾਵੜੀ, ਇੱਕ ਤਾਂ ਉਮਰ ਸੁਹਾਵੜੀ ਸੁੱਖ ਵਾਲੀ, ਜਦੋਂ ਜਵਾਨੀ ਹੈ, ਕੋਈ ਦੁੱਖ ਨਹੀਂ, ਕੋਈ ਸ਼ੂਗਰ ਨਹੀਂ, ਕੋਈ ਬਲੱਡ ਪ੍ਰੈਸ਼ਰ ਨਹੀਂ, ਕੋਈ ਡਿਪਰੈਸ਼ਨ ਨਹੀਂ। ਕਹਿੰਦੇ ਕਿੰਨੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੀ ਉਮਰ ਰੱਬ ਨੇ ਇਹੋ ਜਿਹੀ ਸੁੱਖਾਂ ਵਾਲੀ ਦਿੱਤੀ ਹੈ। ਇਹਦਾ ਅਰਥ ਇਹ ਜਿਹਨੂੰ ਕੋਈ ਦੁੱਖ ਨਹੀਂ। ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ, ਸਵਨੜੀ ਸੋਹਣੇ ਰੰਗ ਵਾਲੀ, ਇਹਦਾ ਅਰਥ ਜਿਹਨੂੰ ਕੋਈ ਰੋਗ ਨਹੀਂ, ਸੋਹਣੀ ਦੇ, ਕੰਚਨ ਦੇਈ। ਵਿਰਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇ, ਉਮਰ ਵੀ ਸੋਹਣੀ ਹੋਵੇ, ਜਵਾਨੀ ਹੋਵੇ, ਜ਼ੋਰ ਵੀ ਹੋਵੇ। ਕਹਿੰਦੇ ਨੇ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਜਵਾਨੀ ਵਿੱਚ ਰੱਬ ਦੀ ਇਬਾਦਤ ਵੱਲ ਜੁੜਿਆ ਹੁੰਦਾ ਹੈ। ਮੈਂ ਫਿਰ ਬੇਨਤੀ ਕਰਾਂਗਾ ਕਿ ਜੋਬਨ ਇੱਕ ਬੜੀ ਵੱਡੀ ਤਾਕਤ ਹੈ ਸਾਡੇ ਕੋਲ। ਵਾਹਿਗੁਰੂ ਕਰੇ ਜੇ ਸਹੀ ਰਸਤਾ ਹੋ ਜਾਏ, ਉਸ ਪਾਸੇ ਤੁਰ ਪਵੇ, ਅਤੇ ਇਹਦਾ ਮੁੱਲ ਹੀ ਕੋਈ ਨਹੀਂ, ਕੋਈ ਨਹੀਂ ਕੀਮਤ ਪਾ ਸਕਦਾ। ਇੱਕ ਬੇਨਤੀ ਹੋਰ ਕਰਕੇ, ਪਰ ਜਿਸ ਜੋਬਨ ਦਾ ਮਾਣ ਕਰ ਰਹੇ ਹਾਂ, ਇਹ ਕਿਵੇਂ ਉੱਡਦਾ ਜੀ? ਅੱਜ ਤੁਸੀਂ ਦੇਖਦੇ ਹੋ ਅਸੀਂ ਪੰਜਾਬ ਦੀ ਤ੍ਰਾਸਦੀ ਦਾ ਕਰਨੇ ਹਾਂ ਜ਼ਿਕਰ ਨਾ ਜੀ, ਨਸ਼ੇ ਦਾ ਜ਼ਿਕਰ ਕਰਨੇ ਹਾਂ ਚਿੱਟੇ। ਉਂਝ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਮੈਂ ਪੂਰਾ ਭਾਰਤ ਘੁੰਮਣਾ। ਇਹ ਜਿਹੜੀ ਬਿਮਾਰੀ ਹੈ ਨਾ ਵਰਲਡਵਾਈਡ, ਇਹ ਇਕੱਲੀ ਪੰਜਾਬ 'ਚ ਕੋਈ ਨਹੀਂ। ਇੱਥੇ ਝਾਤੀ ਮਾਰ ਕੇ ਦੇਖੋ, ਇੱਥੇ ਬੜੀਆਂ ਬਲਾਵਾਂ ਬੈਠੀਆਂ ਨੇ। ਇੱਥੇ ਨਿੱਕੇ ਨਿੱਕੇ ਨਿਆਣੇ ਇੱਥੇ ਵੀ ਡੁੱਬਦੇ ਪਏ ਨੇ। ਪਰ ਮੈਂ ਫਿਰ ਬੇਨਤੀ ਕਰਾਂਗਾ, ਉੱਥੇ ਰਾਜਨੀਤੀਕਰਨ ਬਹੁਤ ਹੁੰਦਾ ਹੈ ਨਾ, ਬਹੁਤ ਜ਼ਿਆਦਾ। ਪਰ ਇਹ 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 ਐਸੀ ਚੀਜ਼ ਹੈ ਜਿਸ ਬੰਦੇ ਨੂੰ ਲੱਗ ਜਾਏ ਜ਼ਿੰਦਗੀ ਤਬਾਹ ਕਰ। ਹਾਂ, ਗੁਰੂ ਘਰ 'ਚ ਵਾਪਸ ਲਿਆਉਣਾ ਨਾ ਜੇ ਕਿਸੇ ਨੂੰ, ਨਸ਼ਾ ਛਡਾਊ ਕੇਂਦਰ 'ਚ ਲੈ ਜਾਓ, ਫਲਾਣੀ ਜਗ੍ਹਾ। ਉਹ ਗੁਰਮੁਖੋ, ਬਿਮਾਰੀਆਂ ਫਿਜ਼ੀਕਲ ਲੱਗੀ ਬਿਮਾਰੀ ਤੋਂ ਬਚਣਾ ਦਵਾਈਆਂ ਨਾਲ ਸੌਖਾ ਹੈ, ਪਰ ਮਨ ਦੀਆਂ ਬਣੀਆਂ ਆਦਤਾਂ ਦਵਾਈਆਂ ਨਾਲ ਨਹੀਂ ਬਦਲਦੀਆਂ, ਉਹ ਗੁਰੂ ਅਤੇ ਕਿਰਪਾ ਅਤੇ ਸੰਗਤ ਨਾਲ ਬਦਲਦੀਆਂ ਨੇ। ਆਦਤ ਨੂੰ ਟੀਕਾ ਬਦਲ ਦੇਊਗਾ? ਆਦਤ ਨੂੰ ਬਦਲਣ ਵਾਸਤੇ ਤਾਂ ਉਹਦੀ ਬਖਸ਼ਿਸ਼ ਚਾਹੀਦੀ ਹੈ। ਨੌਜਵਾਨ ਜੀ ਪੁੱਛੋ ਕੋਈ ਨਾ, ਰੱਬ ਨੇ ਬਹੁਤ ਕੁਝ ਦਿੱਤਾ, ਪੈਸਾ ਬੜਾ, ਮਾਪਿਆਂ ਦਾ ਇਕੱਲਾ ਇਕੱਲਾ ਪੁੱਤਰ, ਅਤੇ ਆ ਜਿਹੜੀ ਮੈਂ ਕਹਾਣੀ ਤੁਹਾਨੂੰ ਟਾਇਲ ਸਤਾਈ ਹੈ ਨਾ, ਇਹ ਬੰਦੇ ਬੜੇ ਟੱਕਰਦੇ ਜੇ ਸ਼ੈਤਾਨ। ਜਦੋਂ ਬੰਦੇ ਦੇ ਕੋਲ 4 ਪੈਸੇ ਨੇ, ਸਲਾਹ ਕਰ, ਸੱਚੀ ਪੁੱਛੋ ਨਾ, ਇਹ ਬਿਨਾਂ ਪੈਸਿਆਂ ਤੋਂ ਸਲਾਹ ਦੇਣ ਵਾਸਤੇ ਆ ਜਾਂਦੇ। ਬਹੁਤ ਕੁਝ ਪੈਸਾ ਜੀ ਉਹਦੇ ਕੋਲ। ਉਹਨਾਂ ਕਿਹਾ, ਪ੍ਰੇਮੀਆਂ ਤੈਨੂੰ ਕਿਸ ਚੀਜ਼ ਦੀ ਪਰਵਾਹ? ਗੁਰੂ ਅਮਰਦਾਸ ਵੇਲੇ ਜਵਾਨੀ ਵੀ, ਪੈਸਾ ਵੀ, ਮਾਪੇ ਸਿਰ 'ਤੇ ਕੋਈ ਨਹੀਂ, ਧੱਕ ਦਿੱਤਾ ਕੁਰਾਏ, ਅੱਜ ਨਸ਼ੇ 'ਚ ਲਾਇਆ, ਕੱਲ੍ਹ ਲਾਇਆ। ਪਿਆਰਿਓ, ਅਖੀਰ 'ਤੇ ਉਸ ਨਸ਼ੇ ਨੇ ਇਹਦੀ ਕਾਇਆ ਨੂੰ, ਉਸ ਵਿਸ਼ੇ ਨੇ ਇਹਦੀ ਕਾਇਆ ਨੂੰ ਗਾਲ ਕੇ ਰੱਖ ਦਿੱਤਾ, ਕੋੜ ਪੈ ਗਿਆ ਸਿਰ ਤੋਂ ਪੈਰਾਂ ਤੱਕ, ਕੋੜ ਸਾਖਸਾ ਕੀ ਤੁਸੀਂ ਜਾਣਦੇ ਹੋ। ਅਤੇ ਜਦੋਂ ਕੋੜ ਪਿਆ, ਜਿਸਮ ਦੇ ਵਿੱਚੋਂ ਖੂਨ ਨਿਕਲੇ, ਕਿੰਨੇ ਨੇੜੇ ਟੱਕਰਨਾ, ਕੋਈ ਨੇੜੇ ਨਹੀਂ ਆਉਂਦਾ। ਅਖੀਰ 'ਤੇ ਕਿਸੇ ਨੇ ਕਿਹਾ, ਉਹ ਪ੍ਰੇਮਿਆ,
ਤਰਸ ਵਾਲ ਕੇ ਦਿਰਦੇ 'ਚ ਆਇਆ ਅਤੇ ਉਹਨੂੰ ਸਾਰੇ ਛੱਡ ਕੇ ਚਲੇ ਗਏ ਆ। ਤੂੰ ਇੱਕ ਕੰਮ ਕਰ, ਕਿਸੇ ਤਰੀਕੇ ਨਾਲ ਵਿਆਸ ਦੇ ਕਿਨਾਰੇ ਗੋਇੰਦਵਾਲ ਪਹੁੰਚ ਸਕਣਾ, ਉੱਥੇ ਕੀ ਜੀ? ਉੱਥੇ ਕਹਿਣ ਲੱਗੇ ਇੱਕ ਗੁਰੂ ਵੈਦ ਹੈ ਗੁਰੂ ਅਮਰਦਾਸ, ਜਿਹਨੂੰ ਘਰ ਵਿੱਚੋਂ ਵੀ ਧੱਕ ਦਿੱਤਾ ਜੇ, ਉਹ ਨਥਾਵਿਆਂ ਨੂੰ ਥਾਂ ਦਿੰਦਾ ਹੈ। ਸੱਚੀ ਉਹ ਨਿਧਰਿਆਂ ਦੀ ਧੀਰ, ਨਿਧਰਿਆਂ ਦੀ ਧਿਰ ਬਣਦਾ ਹੈ। ਇਹ 12 ਬਖਸ਼ਾਂ ਵਿੱਚੋਂ ਇੱਕ ਇਹ ਵੀ ਹੈ, ਨਿਧਰਿਆਂ ਦੀ ਧਾਰ ਧਿਰ, ਨਿਧੀਰਿਆਂ ਦੀ ਧੀਰ। ਫਿਰ ਸੁਣਿਓ, ਨਿਧਰਿਆਂ ਦੀ ਧਾਰ ਧਿਰ ਕਹਿ ਲਓ, ਨਿਧੀਰਿਆਂ ਦੀ ਧੀਰ, ਜਿਹਨੂੰ ਧੀਰਜ ਕੋਈ ਨਹੀਂ ਦਿੰਦਾ, ਜਿਹਦੇ ਨਾਲ ਕੋਈ ਨਹੀਂ ਖਲੋਂਦਾ। ਤੂੰ ਇੱਕ ਵਾਰੀ ਚੱਲ ਤਾਂ ਸਹੀ। ਉਹ ਚਲਾ ਗਿਆ, ਜਿਹਨੂੰ ਲੈ ਗਏ ਕੁਝ ਕਹਿੰਦੇ ਨੇ ਸੰਗਤ ਦੇ ਪ੍ਰਾਣੀ ਆਏ, ਤਰਸ ਆਇਆ, ਬਸ ਉੱਥੇ ਬਹਿ ਗਿਆ। ਅੱਗੇ ਰੋਜ਼ ਬਾਣੀ, ਮੈਂ ਫਿਰ ਬੇਨਤੀ ਕਰਾਂਗਾ, ਹੁਣ ਅਸੀਂ ਵੀ ਜਦੋਂ ਕਿ ਜਾਂਦੇ ਹਾਂ ਨਾ, ਇਹ ਬੱਚਿਆਂ ਨੂੰ ਕੋਈ ਸਮਝਾਓ, ਮੈਂ ਫਿਰ ਬੇਨਤੀ ਕਰਾਂਗਾ। ਗੁਰਮੁਖੋ, ਇਹ ਕਿਸੇ ਕੋਲ ਜਾਦੂ ਦੀ ਛੁੜੀ ਕੋਈ ਨਹੀਂ, ਉਹ ਜੇ ਜੇਬ ਕੱਟਣ ਵਾਲਾ ਕੋਈ ਆ ਗਿਆ ਤਾਂ ਗੱਲ ਵੱਖਰੀ ਹੈ, ਪੁੜੀ ਪੜੀ ਦੇ ਜੂ ਕੋਈ, ਆਹ ਮਾਲਾ ਮੇਰੀ ਪਾ ਲੈ, ਆਹ ਕਰ ਲੈ। ਸੱਚੀ ਜੇ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ, ਬਾਣੀ ਨਾਲ ਜੁੜੇਗਾ ਅਤੇ ਆਪਣੇ ਆਪ ਛੁੱਟੇਗਾ। ਇੱਕ ਦਵਾਈ ਰੱਬ ਦੀ ਐਵੇਂ ਭੁਲੇਖੇ 'ਚ ਨਾ ਤੁਰੀਏ ਫਿਰੀਏ। ਸੰਗਤ ਵਿੱਚ, ਸੰਗਤ ਬੜੀ ਵੱਡੀ, ਹੁਣ ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਇੱਥੇ ਵੀ ਅਤੇ ਉੱਥੇ ਵੀ ਗੁਰਮੁਖ ਸੰਗਤ ਦਾ ਜਿਹੜਾ ਸਤਿਗੁਰਾਂ ਨੇ ਇਹ ਸੰਸਥਾ ਹੈ ਜੀ, ਸੰਗਤ ਕਹਿ ਲਓ, ਇਹ ਐਸਤਾ ਐਸਤਾ ਖਤਮ ਹੁੰਦਾ ਪਿਆ। ਉੱਥੇ ਤਾਂ ਇੰਨਾ ਕੁ ਜੀ, ਸਾਡੇ ਜੀ ਲੁਧਿਆਣੇ ਵਿੱਚ ਕੁਛ ਗੁਰਦੁਆਰੇ ਨੇ ਜਿੱਥੇ ਸਵੇਰੇ ਸੰਗਤ ਨੇ ਅਤੇ ਭਾਈ ਸਾਹਿਬ ਬੈਠੇ ਆ, ਆਸਾ ਦੀਵਾਰ ਦਾ ਕੀਰਤਨ ਹੋ ਰਿਹਾ, ਕੋਈ ਪ੍ਰਾਣੀ ਕੋਈ ਨਹੀਂ, ਇੱਕ ਚੌਰ ਵਾਲਾ ਵਿਚਾਰਾ ਬੈਠਾ ਹੁੰਦਾ ਨਾਲ ਚੌਰ ਕਰ ਰਿਹਾ। ਗੁਰਦੁਆਰਿਆਂ ਦੀਆਂ ਸੰਗਤਾਂ ਘਟਣ ਲੱਗ ਪੈਣਗੀਆਂ, ਪੰਥ ਦਾ ਨੁਕਸਾਨ ਹੋਵੇਗਾ। ਅਤੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਇਸ ਢੰਗ ਨਾਲ ਪ੍ਰਬੰਧ ਚਲਾਉਣ ਕੇ ਗੁਰੂ ਕੀ ਸੰਗਤ ਗੁਰੂ ਦੇ ਸ਼ਬਦ ਨਾਲ ਜੁੜੇ, ਧੜੇ ਨਾ ਪਾਲਣ, ਧਰਮ ਨੂੰ ਪਾਲਣ। ਇਹ ਕੌੜਾ ਸੱਚ ਹੈ, ਉੱਥੋਂ ਲੈ ਕੇ ਸਾਰੀਆਂ ਥਾਵਾਂ ਤੱਕ ਜੇ ਸੰਗਤ ਹੀ ਨਾ ਰਹੀ। ਹੁਣ ਮੰਨ ਲਓ, ਮੈਂ ਉਦੋਂ ਹੀ ਕੱਲ੍ਹ ਆਪ ਜੀ ਨੂੰ ਕਿਹਾ, ਆ ਨਿੱਕੇ ਨਿੱਕੇ ਬੱਚੇ ਨੇ ਮਹਾਰਾਜ, ਸਲੂ ਬਲਝਾਉਂਦੇ ਹੋ। ਮੈਂ ਕੱਲ੍ਹ ਤੋਂ ਪਰਸੋਂ ਸੁਣਾ ਲੱਗਾ, ਵਿੱਚ ਇਹ ਗੱਲ ਛੱਡ ਦਿੱਤੀ, ਫਰਿੱਜ ਨੂੰ ਗਿਆ ਜੀ, ਮੈਂ ਤੁਹਾਨੂੰ ਦੱਸਿਆ ਬੁੱਧਵਾਰ ਦਾ ਦੀਵਾਨ ਸੀ ਅਤੇ ਬੱਚੇ ਦਾ ਦੀਵਾਨ, ਅਤੇ ਉਦੋਂ ਉਹਨਾਂ ਕਿਹਾ ਜੀ ਭਾਈ ਸਾਹਿਬ ਅੱਜ ਆਏ ਨਹੀਂ, ਚਲੋ ਉਹਨਾਂ ਅਦਬ ਕੀਤਾ ਵੀ ਅੱਜ ਬੱਚਿਆਂ ਦਾ ਪ੍ਰੋਗਰਾਮ ਵਿੱਚ ਬੰਦ ਕਰਕੇ ਨਾ ਜੀ, ਅਤੇ ਕਥਾ ਸ਼ੁਰੂ ਕਰਨ। ਮੈਂ ਜਦੋਂ ਮੈਂ ਬੈਠਾ ਨਾ ਜੀ, ਸੱਚੀ ਲਓ, ਮੇਰਾ ਖਿਆਲ 4 ਸਾਲ ਦਾ ਨਿਆਣਾ ਉਹਨਾਂ ਪਿੱਛੋਂ ਚੜ੍ਹ ਕੇ ਆ ਗਿਆ, ਮੇਰਾ ਕੱਪੜਾ ਛੁੱਕੇ ਚ, ਕਹਿੰਦਾ ਬਾਬਾ ਜੀ ਮੈਂ 5 ਪਿਆਰੇ ਮੁਸ਼ਕਲ ਨਾਲ ਚੇਤੇ ਕੀਤੇ, ਮੈਨੂੰ ਸੁਣਾ ਲੈਂਦੇ ਹੋ। ਇਹਦਾ ਮਤਲਬ ਉਸ ਬੱਚੇ ਦੇ ਅੰਦਰ ਕਿੰਨਾ ਚਿੰਤਨ ਚੱਲਦਾ ਹੋਵੇਗਾ। ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ, ਸੰਗਤ ਵਿੱਚੋਂ ਹੀ ਸੰਤ ਪੈਦਾ ਹੁੰਦਾ ਹੈ। ਮਾਂ ਅਤੇ ਬਾਪ ਦਾ ਸੰਯੋਗ ਸੁੱਧ ਪੈਦਾ ਕਰਦਾ ਹੈ, ਸੰਗਤ ਸ਼ਬਦ ਗੁਰਬਾਣੀ ਦਾ ਸੰਯੋਗ ਪੈਦਾ ਹੁੰਦਾ, ਇਹਦੇ ਵਿੱਚੋਂ ਮਹਾਂਪੁਰਖ ਪੈਦਾ ਹੁੰਦਾ ਹੈ। ਸਤਿਗੁਰਾਂ ਨੇ ਉਹ ਸੰਗਤ 'ਚ ਆ ਗਿਆ, ਕਿੱਥੇ ਨਸ਼ੈੜੀ, ਕਿੱਥੇ ਗਲਿਆ ਹੋਇਆ ਤਨ, ਬਾਹਰ ਬਹਿ ਗਿਆ ਜੀ, ਜਿਹਨੇ ਲੰਘਣਾ ਇੱਕ ਇੱਕ ਤੁੱਕ ਸਿਖਾਈ ਜਾਣ, ਆਹ ਤੁੱਕ ਪੜ੍ਹ ਲੈ। ਐਸਤਾ ਐਸਤਾ ਇੰਨੀ ਮਿਹਰ ਹੋ ਗਈ, ਧੂੜ ਲਾਉਣ ਲੱਗ ਪਿਆ ਆਪਣੇ ਜਿਸਮ ਉੱਤੇ। ਗੁਰਮੁਖੋ, ਧੂੜ ਐਵੇਂ ਮਿੱਟੀ ਨਹੀਂ ਹੁੰਦੀ, ਹੁਣ ਤਾਂ ਹਰ ਪਹਿਲਾਂ ਕਹਿੰਦਾ ਕੁਹਾੜਾ ਚੱਲਦਾ, ਕੁਹਾੜਾ ਕੋਈ ਨਹੀਂ ਚੱਲਦਾ, ਹੁਣ ਤਾਂ ਸੱਚੀ ਮੁੱਚੀ ਆਰੇ ਹੀ ਚੱਲਦੇ ਨੇ ਸਾਰੀਆਂ ਥਾਵਾਂ 'ਤੇ। ਇਹ ਵੀ ਗਲਤ, ਇਹ ਵੀ ਗਲਤ, ਇਹ ਵੀ ਗਲਤ। ਯਾਦ ਰੱਖੋ, ਕਿਸੇ ਕੌਮ ਨੂੰ ਨਸ਼ਟ ਕਰਨਾ ਉਹਦੇ 'ਚ ਸ਼ੱਕ ਪੈਦਾ ਕਰੋ, ਕਿਉਂਕਿ ਸ਼ੱਕ ਜਦੋਂ ਕੌਮ ਨੂੰ ਮਾਰ ਸਕਦਾ ਤੋ ਵੀ ਨਹੀਂ ਮਾਰ ਸਕਦੀ। ਮਹਾਰਾਜਾ ਰਣਜੀਤ ਸਿੰਘ ਦੇ ਖੁੰਦਿਆਂ ਸ਼ੱਕ ਪੈਦਾ ਹੋ ਗਿਆ,
ਅਟਾਰੀ ਵਾਲੇ ਸਰਦਾਰ ਵਾਪਸ ਚਲੇ ਗਏ। ਸੱਕੇ ਪਿਓ ਅਤੇ ਪੁੱਤਰ ਖੜਕ ਸਿੰਘ ਅਤੇ ਨੌ ਨਿਹਾਲ ਦੇ ਵਿੱਚ ਸ਼ੱਕ ਪੈਦਾ ਕਰ ਦਿੱਤਾ, ਹੋਇਆ ਨਾ ਇਹ ਸਾਡਾ ਵੀ ਹਾਲ ਹੋਇਆ। ਪਹਿਲਾਂ ਬੰਦਗੀ ਵਾਲੇ ਜਿਹੜੇ ਚੰਗੇ ਵਿਦਵਾਨ ਸਨ, ਮਹਾਂਪੁਰਖ ਸੰਸਥਾ, ਇਹਨਾਂ ਪ੍ਰਤੀ ਸ਼ੱਕ ਪੈਦਾ ਕਰੋ, ਫਿਰ ਲਿਟਰੇਚਰ ਪਰ ਹੀ ਸ਼ੱਕ ਪੈਦਾ ਕਰੋ, ਫਿਰ ਜਿਹੜੇ ਬੁਲਾਰੇ ਚੰਗੇ ਬੋਲ ਰਿਹਾ ਉਹਨਾਂ ਪ੍ਰਤੀ ਸ਼ੱਕ ਪੈਦਾ ਕਰੋ। ਅਤੇ ਪਿਆਰਿਓ, ਸ਼ੱਕ ਤਾਂ ਉਹ ਰੇਤ ਦਾ ਕਣਕ ਹੈ, ਜੇ ਅੱਖ ਵਿੱਚ ਰੇਤ ਦਾ ਕਣ ਪੈ ਜਾਏ ਤਾਂ ਸੂਰਜ ਦੀ ਰੋਸ਼ਨੀ ਬੰਦ ਹੋ ਜਾਂਦੀ ਹੈ, ਕਿਉਂਕਿ ਕਣ ਜਿਹੜਾ ਉਹ ਬੰਦ ਕਰ ਦਿੰਦਾ ਅੱਖ ਨੂੰ। ਅਤੇ ਜਿਸ ਕੌਮ ਵਿੱਚ ਸ਼ੱਕ ਪੈਦਾ ਹੋ ਜਾਏ, ਯਾਦ ਰੱਖਿਓ ਉਸ ਦੀ ਤਰੱਕੀ ਰੁਕ ਜਾਂਦੀ ਹੈ। ਉਹ ਆ ਗਿਆ ਜੀ, ਉਹਨੇ ਤੁਕਾ ਬਾਣੀ ਦੇ ਸਤਿਗੁਰਾਂ ਦੇ ਬਚਨ ਪੜ੍ਹਨੇ ਸ਼ੁਰੂ ਕਰ ਦਿੱਤੇ, ਧੂੜ ਲਾਉਣੀ ਸ਼ੁਰੂ ਕੀਤੀ, ਗੁਰਮੁਖਾਂ ਦੇ ਚਰਨਾਂ ਦੀ ਧੂੜ ਹੈ, ਅੱਜ ਹੋਰ ਕੱਲ੍ਹ ਹੋਰ। ਇੱਕ ਦਿਨ ਲੰਘਦਿਆਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਦਰ ਨਾ ਛੱਡੀ, ਇਹ ਘਰ ਨਾ ਛੱਡੀ, ਤੂੰ ਤਾਂ ਆਪ ਚੱਲ ਕੇ ਆ ਗਿਆ ਹੈ, ਇੱਥੇ ਤਾਂ ਆਦਿ ਗੁਰੂ ਉਸ ਬੰਦੇ ਦੇ ਖੁਦ ਘਰ ਚੱਲ ਕੇ ਗਏ ਸਨ ਜਿਹਦਾ ਸਾਰਾ ਤਨ ਹੀ ਕੋੜ ਨਾਲ ਪੀੜਿਤ ਸੀ, ਦੀਪਾਲਪੁਰ ਦਾ ਨੂਰੀ ਗੁਰਮੁਖ। ਇੱਕ ਦਿਨ ਐਸਾ ਆਇਆ, ਇਹ ਪ੍ਰੇਮਾ ਗਾਉਣ ਲੱਗ ਪਿਆ, ਗਿਆ ਕਿ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਇਹਦਾ ਮਤਲਬ ਸੀ ਮੇਰਾ ਗਵਾਚਿਆ ਹੋਇਆ ਸਰੀਰ ਫਿਰ ਲੱਭ ਗਿਆ। ਗੁਰੂ ਅਮਰਦਾਸ ਜੀ ਨੇ ਬੁਲਾਇਆ, ਕਹਿਣ ਲੱਗੇ ਇਹਨਾਂ ਨੂੰ ਇਸ਼ਨਾਨ ਕਰਾਓ, ਇਸ਼ਨਾਨ ਕਰਾਇਆ, ਸੁੰਦਰ ਬਸਤਰ ਪਹਿਨਾਏ। ਮੈਂ ਫਿਰ ਬੇਨਤੀ ਕਰਾਂਗਾ ਕਿ ਜੇ ਕੋਈ ਧਨ ਜੋਬਨ ਦੇ ਨਸ਼ੇ ਵਿੱਚ ਕੁਰਾਏ ਵੀ ਪੈ ਗਿਆ, ਵਾਪਸ ਗੁਰੂ ਦਰਬਾਰ ਵਿੱਚ ਆ ਜਾਏ, ਗੁਰੂ ਨਾਨਕ ਸਾਹਿਬ ਉਹਦੀ ਬਾਂਹ ਜ਼ਰੂਰ ਪਕੜਦੇ ਆ। ਬਸਤਰ ਪਹਿਨਾਏ ਅਤੇ ਮਹਾਰਾਜ ਨੇ ਕਿਹਾ, ਮਾਪਿਆਂ ਨਾ ਪ੍ਰੇਮਾ ਰੱਖਿਆ ਤਾਂ ਮੇਰਾ ਮੁਰਾਰੀ ਹੈ, ਮੁਰਾਰੀ ਹੈ। ਸੰਗਤ 'ਚ ਕਹਿੰਦੇ ਆ, ਕੋਈ ਹੈ ਸਿੱਖ ਜਿਹੜਾ ਆਪਣੀ ਬੇਟੀ ਦਾ ਰਿਸ਼ਤਾ ਦੇ ਜੀ ਇਹਨੂੰ? ਕਿੱਥੇ ਬੰਦਾ ਕੋੜ ਦਾ ਪੀੜਿਤ ਕਿੰਨੇ ਦਿਨਾਂ ਬੇਟਾ, ਕੋਈ ਹੈ ਜਿਹੜਾ ਧੀ ਦਾ ਰਿਸ਼ਤਾ ਦੇ? ਉਸੇ ਵਕਤ ਭਾਈ ਸ਼ੀਆਂ ਜੀ ਉੱਠੇ, ਕਹਿਣ ਲੱਗੇ, ਮਹਾਰਾਜ ਮੈਂ ਰਿਸ਼ਤਾ ਦੇਣਾ। ਘਰ ਵਾਲੀ ਉਹਨਾਂ ਦੀ ਥੋੜ੍ਹੀ ਸਖਤ ਸੀ, ਉਹ ਲੰਗਰ ਸੇਵਾ ਕਰ ਰਹੀ ਸੀ, ਕਿਸੇ ਜਾ ਕੇ ਦੱਸਿਆ ਤੂੰ ਇੱਥੇ ਰੋਟੀਆਂ ਥੱਲੀ ਜਾਂਦੀ ਹੈ, ਰੋਟੀਆਂ ਪਕਾਨੀ ਲੰਗਰ ਦੀਆਂ, ਤੇਰੀ ਧੀ ਦਾ ਰਿਸ਼ਤਾ ਕਰਤਾ ਉਹ ਜਿਹੜਾ ਕੋੜੀ ਸੀ, ਕਿਉਂਕਿ ਸਾਰਿਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ। ਮੈਨੂੰ ਬਖਸ਼ ਦਿਆ ਜੇ, ਗੁਰੂ ਕਾਲ ਵੀ ਸਾਰੇ ਬ੍ਰਹਮ ਗਿਆਨੀ ਦੇ ਥੋੜ੍ਹਾ ਸਨ, ਗੁੱਸਾ ਨਾ ਕਰਿਓ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ, ਨਿਖਾਲ ਨਿਖਾਲ ਨਿਖਾਲ, ਕਪਟ ਤਾਂ ਉਦੋਂ ਵੀ ਕੁਮਾਰੇ। ਉਹ ਆਈ ਜੀ, ਆਉਂਦਿਆਂ ਸਰ ਮਹਾਰਾਜ ਨੂੰ ਕਹਿੰਦੀ, ਦੇਖੋ ਜੀ ਇਹ ਕੀ ਕਰਤਾ, ਇਹਦਾ ਖਾਨਦਾਨ ਕੀ, ਇਹਦਾ ਪਿਛੋਕੜ ਕੀ, ਇਹ ਕੌਣ ਕੋੜੀ ਬੰਦਾ? ਹਜ਼ੂਰ ਨੇ ਜਦੋਂ ਬੋਲ ਗਈ, ਬੀਬੀ ਬੋਲ ਕੇ ਚੁੱਪ ਕਰ ਗਈ, ਕਹਿਣ ਲੱਗੇ, ਇਹਦਾ ਮਾਂ ਬਾਪ ਗੁਰੂ ਅਮਰਦਾਸ ਹੈ, ਇਹਦਾ ਘਰਾਣਾ ਗੁਰੂ ਨਾਨਕ ਦੀ ਸੰਗਤ ਹੈ, ਇਹਦਾ ਪਿਛੋਕੜ ਗੁਰੂ ਨਾਨਕ ਦਾ ਘਰ ਹੈ। ਮੈਂ ਬੱਚੀ ਤੇਰੀ ਆਪਣੀ ਝੋਲੀ 'ਚ ਪਵਾਉਂਦਾ। ਪਿਆਰਿਓ, ਕਿੱਥੇ ਬੰਦਾ ਡੁੱਲਿਆ ਹੋਇਆ, ਕਿੱਥੇ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ, 22 ਮੰਜੀਆਂ ਵਿੱਚ ਇੱਕ ਮੰਜੀ ਮੱਥੋ ਅਤੇ ਮੁਰਾਰੀ ਨੂੰ ਹਜ਼ੂਰ ਨੇ ਦਿੱਤੀ ਸੀ, ਦੰਪਤੀ ਨੂੰ ਮੰਜੀ ਦਿੱਤੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਇਹ ਚਿੰਤਨ ਵੀ ਬੜਾ ਖਤਰਨਾਕ, ਫਿਰ ਇਹ ਤਾਂ ਇੰਨਾ ਭੈੜਾ ਜਿਹੜਾ ਜਵਾਨੀ 'ਚ ਚੱਲਦਾ ਹੈ ਨਾ, ਇਹ ਬੁਢੇਪੇ 'ਚ ਵੀ ਨਹੀਂ ਰੁਕਦਾ। ਯਾਦ ਰੱਖਿਓ ਕਿ
ਕਿਉਂਕਿ ਉਹ ਪੱਕ ਗਿਆ ਨਾ, ਇਸੇ ਕਰਕੇ ਗੁਰੂ ਜੀ ਨੇ ਕਿਹਾ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ ਸ਼ਰਮੈ ਬਲ ਬੁੱਧ ਨਾਠੀ ਤਾਂ ਕਾਮ ਪਵਸ ਮਧਾਣੀ। ਉਹ ਚੇਤਾ ਮੰਜੇ ਤੇ ਪਏ ਤੇ ਵੀ ਚੱਲੀ ਜਾਂਦਾ, ਚੇਤੇ ਨੂੰ ਕੱਟਣਾ ਬੜਾ ਮੁਸ਼ਕਲ ਜੀ ਗੁਰਮੁਖੋ। ਇਸੇ ਕਰਕੇ ਗੁਰੂ ਜੀ ਨੇ ਜੋ ਬਰੀਕ ਗੱਲ ਕਹੀ ਕਿ ਤੀਜੇ ਪੈਰ ਵਿੱਚ ਤੇਰਾ ਚੇਤਾ ਪੱਕ ਗਿਆ, ਤੇਰੇ ਚੇਤੇ ਵੀ ਸਿਰਫ ਪੈਸਾ ਤੇ ਦੋ ਜਵਾਨੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਮਾਤ ਦਿੱਤੀ ਆ। ਪਹਿਲਾ ਸਲੋਕ ਹੀ ਮਹਾਰਾਜ ਦਾ ਏਵੇ ਜੋਬਨ ਬਾਰੇ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੁਰ ਸੁਈਆ ਕਿਵ ਕਰੀ ਨਿਵਣ ਨਾ ਜਾਏ ਥਨੀ। ਫਿਰ ਬੇਨਤੀ, ਇਹ ਔਰਤ ਨੂੰ ਕਿਹਾ ਗਿਆ ਤੀਜੇ ਪੈਰੈ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਨ ਸੋ ਚਿੱਤ, ਉਹ ਤੰਗੀ ਉੱਚਾ ਕੱਦ ਪਰ ਜੋਬਨ ਮੈਂ ਲਵੇ, ਚਲੋ ਅਖਰੀ ਅਰਥ ਨਹੀਂ ਕਰਾਂਗਾ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੁੜ ਸੂਈਆ ਕਿਵ ਕਰੀ, ਸੂਈਆ ਦਰ ਤੇ ਮੱਥਾ ਟੇਕਣਾ, ਸਸੁੜ ਦਰ ਤੇ ਸੱਸ, ਮੇਰਾ ਕੱਦ ਉੱਚਾ ਮੇਰਾ ਜੋਬਨ ਇੰਨਾ ਭਾਰਾ, ਇਸ ਮਾਈ ਨੂੰ ਮੈਂ ਮੱਥਾ ਕਿਵੇਂ ਟੇਕਾਂ, ਮੈਂ ਝੁੱਕ ਨਹੀਂ ਸਕਦੀ ਸੱਸ ਅੱਗੇ। ਸੱਸਰ ਸੂਈਆ ਕਿਵ ਕਰੀ ਅੱਗੋਂ, ਫਿਰ ਗੁਰਮੁਖ ਸਖੀ ਕਹਿੰਦੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਖਰੀ ਸੇ ਪੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਬ ਥਣੀ। ਤੂੰ ਕਾਹਦਾ ਹੰਕਾਰ ਕਰਨੀ ਵੀ ਜੋਬਨ ਦਾ, ਇੱਥੇ ਤੇ ਪਹਾੜਾਂ ਵਰਗੇ ਅਡੋਲ ਜਿਹੜੇ ਕਿਲੇ ਸਨ ਇੱਕ ਦਿਨ ਉਹ ਵੀ ਮਿੱਟੀ ਹੋ ਗਿਆ, ਇਸ ਜਵਾਨੀ ਨੇ ਕੀ ਰਹਿਣਾ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਜੀ ਨੇ ਕਿਹਾ ਭਾਈ ਸਿੱਖੋ ਤੀਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਉਹ ਰਾਤ ਦਿਆ ਵਪਾਰੀ ਮਿੱਤਰਾ ਧਨ ਜੋਬਨ ਸਿਉਂ ਚਿੱਤ, ਤੇਰੇ ਅੰਦਰ ਤੇ ਚਿੰਤਨ ਸਿਮਰਨ ਕੀ ਪੈਸੇ ਦਾ ਤੇ ਜੋਬਨ ਦਾ ਚੱਲਦਾ, ਜਵਾਨੀ ਦਾ ਚੱਲਦਾ। ਧਨ ਜੋਬਨ ਸਿਉਂ ਚਿੱਤ ਹਰ ਕਾ ਨਾਮ ਨਾ ਚਿੱਤ ਹੀ ਵਣਜਾਰਿਆ ਮਿੱਤਰਾ, ਹਰ ਕਾ ਨਾਮ ਖਰੀ ਦੇ ਨਾਮ ਨੂੰ ਵਾਹਿਗੁਰੂ ਜੀ ਦੇ ਨਾਮ ਨੂੰ ਨਾ ਚਿੱਤ ਹੀ, ਤੂੰ ਨਹੀਂ ਚੇਤੇ ਕਰਦਾ, ਚੇਤਾ ਪੈਸਾ ਤੇ ਜਵਾਨੀ ਹੈ। ਮਹਾਰਾਜ ਕਹਿੰਦੇ ਬਣ ਜਾ ਰਿਹਾ ਮਿੱਤਰਾ, ਜੇ ਕਿਤੇ ਸਹਿਜ ਪਾਠ ਕਰਦੇ ਹਾਂ ਇਸ ਤਰ੍ਹਾਂ ਕੀਤਾ ਜਾਏ, ਜੇ ਮਹਾਰਾਜ ਨੇ ਗੱਲਾਂ ਕਰੇ ਬੰਦਾ, ਹਰ ਕਾ ਨਾਮ ਨਾ ਚੇਤ ਹੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟਾ ਹੈ ਜਿੱਤ, ਜਿਹੜੇ ਆ ਚੇਤੇ ਨੇ ਤੈਨੂੰ ਬੰਨ ਕੇ ਰੱਖਿਆ, ਇਹਦੇ ਤੋਂ ਤੂੰ ਤਾਂ ਛੁੱਟ ਸਕਣਾ ਜੇ ਖਰੀ ਕਾ ਚੇਤਾ ਕਰੇ, ਇੱਥੇ ਚੇਤੀ ਸ਼ਬਦ ਵਰਤਿਆ, ਜੇ ਉਹਦਾ ਚੇਤਾ ਆ ਜਾਏਗਾ ਇਹ ਚੇਤਾ ਆਪਣੇ ਆਪ ਮਿਟ ਜਾਊਗਾ। ਮੈਂ ਫਿਰ ਬੇਨਤੀ ਕਰਾਂਗਾ ਪਿਆਰੇ, ਸੌ ਥਰਸਾ ਸਿਰੇ ਤੇ ਗੰਢ, ਐਵੇਂ ਚੋਖੀਆਂ ਗੱਲਾਂ ਕੀ, ਉਸ ਨੂੰ ਚੇਤੇ ਵਿੱਚੋਂ ਕੱਢਣਾ ਹੈ ਨਾ ਤੇ ਰੱਬ ਨੂੰ ਚੇਤੇ 'ਚ ਲੈ ਜਾਈਏ। ਆ ਜਿਹੜੀ ਬੁੱਲੇ ਵਾਲੀ ਗੱਲ ਕਹਿੰਦੇ ਰੱਬ ਦਾ ਕੀ ਪਾਣਾ ਇੱਧਰੋਂ ਪਟਨਾ ਤੇ ਇੱਧਰ ਲਾਣਾ, ਉਹ ਗੱਲ ਕਾਣ ਵਾਲੀ ਨਹੀਂ ਸੀ, ਕੇਵਲ ਸਿੱਧੀ ਗੱਲ। ਜੇ ਮੈਲਾ ਪਾਣੀ ਭਾਂਡੇ 'ਚ ਭਰਿਆ, ਇੱਕ ਤਾਂ ਹੁੰਦਾ ਨਾ ਬਾਹਰ ਦੂਜੀ ਤਰ੍ਹਾਂ ਰੋੜ ਦੇਣਾ, ਅਤੇ ਉਹਨੂੰ ਕੱਢਣ ਵਾਸਤੇ ਚੰਗਾ ਨਿਰਮਲ ਪਾਣੀ ਇੰਨਾ ਕੁ ਪਾਈ ਜਾਓ ਮੈਲਾ ਆਪਣੇ ਆਪ ਬਾਹਰ ਨਿਕਲ ਜਾਣਾ ਹੈ। ਜਿਹੜਾ ਚੇਤਾ ਕਈ ਜਨਮਾਂ ਦਾ ਪਿਆ ਹੈ ਨਾ, ਜਦੋਂ ਵਾਹਿਗੁਰੂ ਜੀ ਨੂੰ ਚੇਤੇ ਕਰਾਂਗੇ ਸਿਮਰਨ ਕਰਾਂਗੇ, ਮਹਾਰਾਜ ਕਹਿੰਦੇ ਜੇ ਨਾ ਚੇਤੇ ਕੀਤਾ ਫਿਰ ਕੀ ਹੋਵੇਗਾ, ਹਰ ਕਾ ਨਾਮ ਨਾ ਚੇਤ ਹੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟਾ ਜਿੱਤ, ਤੇਰੇ ਚੇਤਾ ਸੰਗਲ ਬਣ ਗਿਆ, ਕਿਉਂਕਿ ਸੰਗਲ ਹੀ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹ ਜੰਜੀਰੀਆਂ ਨੇ ਅੱਗੇ ਜੀ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਪ੍ਰਾਣੀ, ਕੀ ਹੋਇਆ, ਬਿਕਲ ਭਇਆ ਸੰਗ ਮਾਇਆ, ਸੱਚੀ ਮੁੱਚੀ ਮਾਇਆ 'ਚ ਵਿਆਕੁਲ ਹੋ ਗਿਆ। ਬਿਕਲ ਭਇਆ ਸੰਗ ਮਾਇਆ, ਧਨ ਸਿਉਂ ਰੱਤਾ
ਜੋਬਨ ਮੱਤਾ ਪੈਸੇ 'ਚ ਰੰਗਿਆ ਪਿਆ, ਪਰਵਾਹ ਨਾ ਕਰੋ ਜੀ। ਜੋਬਨ ਮੱਤਾ ਜਵਾਨੀ ਦੇ ਨਸ਼ੇ ਵਿੱਚ ਮੱਤਾ ਦਰ ਅਤੇ ਮਸਤ ਹੈ। ਧਨ ਸਿਉ ਰੱਤਾ ਜੋਬਨ ਮੱਤਾ, ਬਾਬਾ ਜੀ ਕਹਿੰਦੇ ਲੋਕ ਤੇਰੇ ਪਿੱਛੇ ਜਿੰਦਾਬਾਦ ਕਹਿਣਗੇ, ਪਰ ਅਹਿਲਾ ਜਨਮ ਗਵਾਇਆ, ਤੂੰ ਆਪਣਾ ਮੁਕੰਮਲ ਦਾ ਮੁਕੰਮਲ ਸਾਰੀ ਜ਼ਿੰਦਗੀ ਗਵਾ ਦਿੱਤੀ ਹੈ। ਮੈਂ ਫਿਰ ਬੇਨਤੀ ਕਰਾਂ, ਉਂਝ ਵੈਸੇ ਅੱਜ ਸਾਡਾ ਮਾਪਦੰਡ ਪੈਸਾ, ਲੋਕ ਅਤੇ ਸ਼ੌਹਰਤ ਬਣ ਗਈ ਹੈ। ਇਹ ਰੂਹਾਨੀ ਪੰਥ ਦੀ ਮਾਪਦੰਡ ਵੀ ਇਹ ਬਣ ਗਿਆ ਜੀ, ਮਾਫ਼ ਕਰ ਦਿਆ ਜੇ, ਪੰਥ ਦਾ ਮਾਪਦੰਡ ਇਹ ਵੇ ਜਿਹਦੇ ਪਿੱਛੇ ਬਹੁਤ ਲੋਕ ਤੁਰ ਪਏ ਆ, ਜਿਹਦੇ ਕੋਲ ਪੈਸਾ ਬੜਾ, ਜਿਹਨੂੰ ਮੰਨਣ ਵਾਲੇ ਬੜੇ ਆ। ਉਹ ਮੈਂ ਅਕਸਰ ਬੇਨਤੀ ਕਰਨ ਨਾ, ਗੁਰਮੁਖੋ ਭੀੜਾਂ ਇਕੱਲੀਆਂ ਧਰਮ ਨਹੀਂ ਹੁੰਦੀਆਂ। ਸੱਚ ਇਹ ਵੇ ਕਿ ਕਮਾਈ ਵਾਲਾ ਜਿੱਥੇ ਤੁਰਦਾ ਕੋਈ ਜ਼ਰੂਰੀ ਨਹੀਂ ਉਹਦੇ ਪਿੱਛੇ ਭੀੜ ਵੀ ਤੁਰੇ। ਅਤੇ ਜੇ ਭੀੜ ਨੂੰ ਕਹੀਏ ਵੀ ਇਸ ਕਰਕੇ ਵੀ ਜੀ ਹਰ ਬੰਦਾ ਸ਼ੋਭਾ ਕਰ ਰਿਹਾ, ਮੇਰੀ ਫਿਰ ਬੇਨਤੀ ਜੇ ਕਿਰਦਾਰ ਜ਼ਰੂਰ ਦੇਖੇ ਜਾਣ, ਸਿੱਖੀ ਦਾ ਕਿਰਦਾਰ ਹੀ ਸਰਦਾਰ ਹੈ। ਅਤੇ ਜੇ ਕਹੀ ਜੀ ਫਲਾਣੇ ਪਿੱਛੇ ਬੜੀ ਦੁਨੀਆ, ਬਾਬਾ ਜੀ ਨੇ ਕਿਹਾ ਚੰਗਾ ਨਾਂ ਰਖਾਇਆ ਕਹਿ ਜਸ ਕੀਰਤ ਜਗ ਲੇ, ਉੱਥੇ ਤਾਂ ਬਚਨ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ, ਇੰਨੀ ਦੁਨੀਆ ਨਾਲ ਚੱਲੈ ਸਭ ਕੋਈ, ਚੰਗਾ ਨਾਂ ਰਖਾਇਆ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ। ਕਿ ਗੁਰੂ ਜੀ ਕਹਿੰਦੇ ਨੇ ਪੂਰਾ ਜਨਮ ਪੈਸੇ 'ਚ ਅਤੇ ਜਵਾਨੀ 'ਚ ਖਤਮ ਕਰ ਦਿੱਤਾ। ਵੀ ਸੱਚੀ ਮੁੱਚੀ ਜੀ, ਕੱਲ੍ਹ ਵੀ ਮੈਂ ਆਪ ਜੀ ਨੂੰ ਕਿਹਾ ਕੱਲ੍ਹ ਨੂੰ ਅਗਲਾ ਸ਼ਬਦ ਆਉਣਾ ਨਾ, ਵੀ ਆਹ ਚੌਥਾ ਵੈਰ ਆ ਗਿਆ, ਆਹ ਜਿੰਨੇ ਸਾਡੇ ਦਾੜੇ ਚਿੱਟੇ ਨੇ ਨਾ ਜਾਂ ਬੀਬੀਆਂ ਦੇ ਕੇਸ ਸਿਰ ਦੇ ਚਿੱਟੇ, ਖਿਮਾ ਕਰਿਓ, ਇਹ ਫਸਲ ਪੱਕ ਗਈ ਹੈ। ਇਹ ਇਹ ਹੁਣ ਬਸ ਅੱਜ ਜਾਂ ਕੱਲ੍ਹ ਲਾਵਾ ਭੇਜ ਦੇਣਾ ਰੱਬ ਨੇ, ਉਹਨਾਂ ਨੂੰ ਖਿੱਚ ਕੇ ਲਾਇਆ, ਕਿਉਂਕਿ ਚੌਥਾ ਪੈਰ ਹੈ, ਰੈਣਕਿਆ ਬਣ ਜਾ ਰਿਹਾ ਮਿੱਤਰਾ, ਲਾ ਵੀ ਆਇਆ, ਹਾਂ ਵੱਢਣ ਵਾਲਾ ਹੋ ਗਿਆ, ਵਾਢੀ ਪੈਣੀ ਪੈਣੀ। ਅਤੇ ਨਿਸ਼ਾਨੀ ਇਹ ਵੇ ਸਿੱਟੇ ਪੀਲੇ ਹੋ ਜਾਣ, ਹਾਂਜੀ, ਅਤੇ ਸਮਝੋ ਹੁਣ ਅਗਲਾ ਕੰਮ ਖਤਮ, ਕਦੀ ਵੀ ਆ ਪੈ ਸਕਦਾ, ਲਾਵੇ ਆ ਸਕਦੇ ਆ। ਅਤੇ ਜਦੋਂ ਆ ਕੇਸ ਚਿੱਟੇ ਹੋ ਜਾਣ ਨਾ, ਕੱਲ੍ਹ ਮੈਰਿਜ ਕਰਾਂਗਾ, ਉਦੋਂ ਵੀ ਚੇਤੇ ਰੱਖੀਏ, ਪਤਾ ਨਹੀਂ ਕਿਹੜੇ ਦਿਨ ਦਿਨੇ ਕਿ ਸ਼ਾਮੀ ਦੁਪਹਿਰੇ ਕਦੋਂ ਲਾਵਾ ਆਉਣਾ ਅਤੇ ਵੱਢ ਕੇ ਲੈ ਜਾਣਾ। ਪਰ ਜੇ ਫਿਰ ਵੀ ਤੇਰੇ ਕੋਲ ਜਵਾਨੀ ਦਾ ਜਾਂ ਵਕਤ ਹੈ, ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਸਾਰੀ ਜ਼ਿੰਦਗੀ ਗਵਾ ਦਿੱਤੀ, ਕੀ ਨਹੀਂ ਕੀਤਾ, ਧਰਮ ਛੇਤੀ ਵਪਾਰ ਨਾ ਕੀਤੋ, ਪਿਆਰਿਆ ਧਰਮ ਵਾਲੀ ਗੱਲ ਹੀ ਕੋਈ ਨਹੀਂ ਕੀਤੀ, ਧਰਮ ਵਾਲੇ ਪਾਸੇ ਤੂੰ ਤੁਰਿਆ ਹੀ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਕਿ ਅਸੀਂ ਧਰਮ ਦੀ ਵਿਆਥਿਆ ਸਿੱਖ ਧਰਮ ਹਿੰਦੂ ਧਰਮ ਇਹ ਕਰਨੇ ਹਾਂ ਨਾ, ਜਦੋਂ ਪਿਆਰਿਓ ਆਦਮ ਜਾਤ ਵੀ ਨਹੀਂ ਸੀ ਨਾ, ਪੈਦਾ ਹੀ ਨਹੀਂ ਸੀ ਹੋਇਆ, ਧਰਮ ਤਾਂ ਉਦੋਂ ਵੀ ਸੀ ਜੀ। ਜਿਹੜਾ ਦੈਵੀ ਧਰਮ ਹੈ, ਸੰਪਰਦਾ ਧਰਮ ਸ਼ਬਦ ਨਹੀਂ ਵਰਤ ਰਿਹਾ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਦਾ ਵਪਾਰ ਨਹੀਂ ਕੀਤਾ, ਧਰਮ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਵੇ। ਸਿਰਫ ਜੇ ਕੋਈ ਪੁੱਛੇ ਜੀ ਰਿਲੀਜਨ ਨੂੰ ਵਿਸਤਾਰ ਜਿੰਨਾ ਮਰਜ਼ੀ ਕਰ ਲਓ, ਤੁਸੀਂ ਮਰਿਆਦਾ 'ਚ ਆ ਜਾਓਗੇ, ਹਰ ਧਰਮ ਦੇ ਗੁਣਾਂ ਵੱਲ ਆ ਜਾਓਗੇ, ਉਹਦੇ ਧਰਮ ਗ੍ਰੰਥ ਵੱਲ ਆ ਜਾਓਗੇ, ਉਹਦੇ ਪੈਗੰਬਰ ਵੱਲ ਆ ਜਾਓਗੇ। ਜੇ ਗੁਰੂ ਜੀ ਨੂੰ ਪੁੱਛੋ ਧਰਮ ਦਾ ਵਪਾਰ ਕੀ ਹੈ, ਬਸ ਦੋ ਗੱਲਾਂ 'ਚ ਗੱਲ ਨਿਬੇੜ ਦਿੰਦੇ ਆ, ਇੱਕ ਸਿਮਰਨ ਕਰਿਆ ਕਰ, ਦੂਜੇ ਕਰਮ ਕਰਤੂਤ ਚੰਗੇ ਕਰਿਆ ਕਰ।
ਸਰਬ ਧਰਮ ਹੈ, ਸ੍ਰੇਸ਼ਟ ਧਰਮ, ਧਰਮ ਸੇਤੀ ਵਪਾਰ ਨਾ ਕੀਤੋ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਖਰ ਕੋ ਨਾਮ ਜਪ ਨਿਰਮਲ ਕਰਮ, ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਮਹਾਰਾਜ ਕਹਿੰਦੇ ਧਰਮ ਕਮਾਉਂਦਿਆਂ ਦੇਰੀ ਨਾ ਕਰ, ਦ੍ਰਿੜੰਤ ਨਾਮੰਗ ਤਜੰਤ ਲੋਭੰਗ। ਲਾਲਚ ਛੱਡ ਦੇ ਨਾਮ ਨੂੰ ਦ੍ਰਿੜ ਕਰ ਲੈ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਧਰਮ ਦਾ ਵਪਾਰ ਨਹੀਂ ਕੀਤਾ, ਬਾਹਰਮੁਖੀ ਬਹੁਤ ਕੁਛ ਕੀਤਾ। ਮਹਾਰਾਜ ਅੱਗੇ ਕਹਿੰਦੇ ਨੇ ਕਰਮ ਨਾ ਕੀਤੋ ਮਿੱਤ, ਧਰਮ ਜਿਹੜਾ ਕਰਮ ਕਰਦਾ ਦੱਸ ਰਿਹਾ ਉਹ ਕਰਮ ਵੀ ਨਹੀਂ ਕੀਤਾ, ਆਪਣੀ ਕਰਮ ਕਰਦਾ ਰਿਹਾ। ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ। ਇੱਥੇ ਥੋੜ੍ਹੀ ਜਿਹੀ ਯਾਦ ਰੱਖਿਓ ਕਿ ਮੇਰੀ ਬੇਨਤੀ ਹੈ, ਜਿਹੜੇ ਬਾਕੀ ਪਹਿਰ ਸਨ ਉਹ 'ਚ ਆਇਆ ਸੀ ਇਹ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰ ਹੈ। ਦੂਸਰੇ ਪਹਿਰ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਹੋ ਨਾਨਕ ਪ੍ਰਾਣੀ ਦੂਜਾ ਪਹਿਰ ਹੈ। ਹੁਣ ਸਤਿਗੁਰਾਂ ਨੇ ਜਿਹੜਾ ਤੀਸਰਾ ਪਹਿਰ ਹੈ ਨਾ ਇਹਦੇ 'ਚ ਪ੍ਰਾਣੀ ਸ਼ਬਦ ਪਿੱਛੇ ਵਰਤਿਆ, ਕਹੋ ਨਾਨਕ ਤੀਜਾ ਪਹਿਰਾ ਪ੍ਰਾਣੀ, ਫਿਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰ ਹੈ, ਕਹੋ ਨਾਨਕ ਪ੍ਰਾਣੀ ਦੂਜਾ ਪਹਿਰ ਹੈ। ਇੱਥੇ ਭੇਟ ਪਾਠ ਇਸ ਢੰਗ ਨਾਲ ਮਹਾਰਾਜ ਨੇ ਦਰਜ ਕਰ ਦਿੱਤਾ, ਕਹੋ ਨਾਨਕ ਤੀਜਾ ਪਹਿਰਾ ਪ੍ਰਾਣੀ। ਇਸ ਜ਼ਿੰਦਗੀ ਦੇ ਤੀਜੇ ਪਹਿਰ ਦੇ ਵਿੱਚ ਮਹਾਰਾਜ ਕਹਿੰਦੇ ਧਨ ਜੋਬਨ ਸਿਉਂ ਚਿੱਤ, ਤੇਰਾ ਅੰਦਰ ਜਵਾਨੀ ਵੱਲ, ਪੈਸੇ ਵੱਲ, ਵਾਸ਼ਨਾ ਵੱਲ। ਮੈਂ ਸਿਰਫ ਅੱਜ ਬੇਨਤੀ ਕੀਤੀ ਭਾਈ, ਇੱਥੇ ਚਿੱਤ ਹੀ ਸਭ ਕੁਝ ਕਰ ਜਾਂਦਾ। ਜੇ ਚਿੱਤ ਵਿੱਚ ਇਹ ਉਤਸ਼ਾਹ ਬਣਿਆ ਰਹੇ ਬੰਦਗੀ ਕਰਨੀ, ਸਿਮਰਨ ਕਰਨਾ, ਕਿਉਂਕਿ ਪੈਦਾ ਹੋਈ ਚਿਤਵਨੀ ਇੱਕ ਦਿਨ ਜੀਵਨ ਬਖਸ਼ਦੀ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।